ਸੋ ਸ੍ਰੀ ਗੱਲਿਸਾਰੇ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਵੱਡਾ 247 ਤੇ ਮੇਰਾ ਨਾਮ ਹੈ ਗगन ਤੇ ਅੱਜ ਤਾਂ ਪੂਰੇ ਪੂਰੇ 8 ਵਜੇ ਆਪਾਂ ਆ ਗਏ ਪੂਰੇ ਪੂਰੇ 8 ਵਜੇ ਕਲਾਸ ਸ਼ੁਰੂ ਹੋ ਗਈ ਹੈ ਬੱਚੇ ਅੱਜ ਘਟ ਆਏ ਨੇ ਕਹਿੰਦੇ ਜੀ ਸਰ ਨੇ ਤਾਂ ਲੇਟ ਆਣਾ ਬਟ ਆਪਾਂ ਆ ਜਾ ਕੇ ਬਿਲਕੁਲ ਟਾਈਮ ਤੇ ਤਾਂ ਐਦਾਂ ਹੀ ਟਾਈਮ ਤੇ ਆਇਆ ਕਰੋ ਜਿੰਨੇ ਬੱਚੇ ਆਏ ਨੇ ਬਾਕੀ ਹੋਗੇ ਨੇ ਲੇਟ ਬਾਕੀ ਦੇਖੋ ਉਹਨਾਂ ਦੀ ਗਲਤੀ ਆ ਆਪਾਂ ਤਾਂ ਦੇਖੋ ਜਮਾਈ ਟਾਈਮ ਤੇ ਆ ਗਏ ਜਿਹੜਾ ਟਾਈਮ ਸਾਨੂੰ ਕਿਹਾ ਹੁੰਦਾ ਅੱਜ ਛੇਤੀ ਆ ਗਏ ਚਲੋ ਹੈਨਾ ਕੋਈ ਗੱਲ ਨਹੀਂ ਤਾਜੀ ਇੱਕ ਵਾਰ ਫਿਰ ਸੈਸ਼ਨ ਨੂੰ ਸਾਰੇ ਜਣੇ ਸ਼ੇਅਰ ਕਰ ਦੋ ਤਾਂ ਕਿ ਜਿਹੜੇ ਜਿਹੜੇ ਨਹੀਂ ਆਏ ਉਹਨਾਂ ਕੋਲ ਪਹੁੰਚ ਜ ਸੁਨੇਹਾ ਵੀ ਸਰ ਆ ਗਏ ਨੇ ਅੱਜ ਛੇਤੀ ਆ ਗਏ ਨੇ ਅੱਜ ਛੇਤੀ ਤੱਕ ਹੀ ਆ ਯਾਰ 5 ਮਿੰਟ ਛੇਤੀ ਆਇਆ ਚਲੋ 1 ਮਿੰਟ ਦੋ ਮੈਨੂੰ ਹਾਂਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਹੈ ਤਾਂ ਜੀ ਅੱਜ ਹੋ ਗਿਆ ਆਪਣਾ ਕੀ ਤਰੀਕ ਹੋ ਗਈ 3 ਦਸੰਬਰ ਹੋ ਗਈ 18ਵਾਂ ਪਾਠ ਹੋ ਗਿਆ ਅੱਜ ਅਕਟੂਬਰ ਤੇ ਨਵੰਬਰ ਤੱਕ ਕਰੰਟ ਅਫੇਅਰ ਕਰ ਰਹੇ ਆ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਕਰ ਰਹੇ ਆ ਤਾਂ ਕੋਈ ਵੀ ਮੇਰਾ ਵੀਰ ਭਰਾ ਭੈਣ ਕੋਈ ਨਾ ਛੱਡੇ ਕਲਾਸ ਜੇ ਕੋਈ ਹਜੇ ਤੱਕ ਆਇਆ ਨਹੀਂ ਤੁਹਾਡਾ ਯਾਰ ਬੈਲੀ ਕੋਈ ਓਹੋ ਜੇ ਕੋਈ ਤੁਹਾਡਾ ਯਾਰ ਬੈਲੀ ਹੁਣ ਤੱਕ ਆ ਨਹੀਂ ਆਇਆ ਤਾਂ ਉਹਦੇ ਕੋਲ ਸੁਨੇਹਾ ਲਾ ਦਿਓ ਵੀ ਕਲਾਸ ਹੋਣ ਜਾ ਰਹੀ ਹੈ ਸ਼ੁਰੂ ਤੇ ਤਾਂ ਮਤਲਬ ਕਰ ਦਿਓ ਕਿ ਮਤਲਬ ਜੀ ਕਰ ਦਿਓ ਸੈਸ਼ਨ ਨੂੰ ਸ਼ੇਅਰ ਕਰ ਦਿਓ ਇੱਕ ਵਾਰ ਸੈਸ਼ਨ ਨੂੰ ਜਿੱਥੇ ਜਿੱਥੇ ਕਰ ਸਕਦੇ ਹੋ ਮਤਲਬ ਜਿੱਥੇ ਤੁਸੀਂ ਕਰ ਸਕਦੇ ਹੋ ਆਬਵੀਅਸਲੀ ਗੱਲ ਹੈ ਤੁਸੀਂ ਕਿਸੇ ਕੋਲ ਐ ਤਾਂ ਹੈ ਨਹੀਂ ਤੁਹਾਡਾ ਕਜ਼ਨ ਹੈ ਜਿਹੜਾ 10ਵੀਂ ਚ ਪੜਦਾ ਉਹਨੂੰ ਸ਼ੇਅਰ ਕਰ ਦਉਂਗੀ ਬਈ ਆ ਵੇਖ ਲੈ ਕਰੰਟ ਅਫੇਅਰ ਦਿਖਲਾ ਵੈਸੇ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਜੇ ਕਰ ਸਕਦੇ ਹੋ ਤਾਂ ਬਹੁਤ ਹੀ ਵਧੀਆ ਗੱਲ ਹੈ ਹੈਨਾ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਜੈ ਹਿੰਦ ਕੀ ਹਾਲ ਸਾਰਿਆਂ ਦਾ ਹਾਂਜੀ ਇੱਕ ਵਾਰ ਦੇਖ ਲਿਏ ਕੀ ਕਹਿੰਦੇ ਬੱਚੇ ਅੱਛਾ 7:58 ਤੇ ਕਹਿੰਦੇ ਅੱਜ ਸਰ ਚਲੋ हां जी ਤੁਹਾਡੇ ਲਈ ਇੱਕ ਉਹ ਵੀ ਸਰਪ੍ਰਾਈਜ਼ ਜਬੀ ਮੈਂ ਅਸੀ ਦੱਸਿਆ ਸੀ ਵੀ ਹੁਣ ਪੰਜਾਬ ਵੱਡਾ 247 ਤੇ ਪੰਜਾਬ ਵੱਡਾ 247 ਤੇ ਪੀਐਸ ਟੈਟ ਦੀ ਕੋਚਿੰਗ ਵੀ ਚੱਲ ਰਹੀ ਹੈ ਹੁਣ ਪੀਐਸ ਟੈਟ ਤੁਹਾਨੂੰ ਪਤਾ ਹੀ ਹੈ ਪੰਜਾਬ ਸਟੇਟ ਟੀਚਰਸ ਐਬਿਲਿਟੀ ਐਲਿਜੀਬਿਲਿਟੀ ਟੈਸਟ ਦੀ ਕੋਚਿੰਗ ਵੀ ਹੁਣ ਚੱਲ ਚੁੱਕੀ ਹੈ ਕ੍ਰੈਸ਼ ਕੋਰਸਾ ਛੋਟਾ ਜਿਹਾ ਤੇ ਕਿੰਨਾ ਬਹੁਤ ਹੀ ਮਾਮੂਲੀ ਜਿਹਾ ਰੇਟ ਰੱਖਿਆ ਇਹਨਾਂ ਨੇ ਕਿਉਂਕਿ ਹਜੇ ਸ਼ੁਰੂਆਤ ਆ ਸਾਡੇ ਕੋਲ ਐਕਸਪੀਰੀਐਂਸ ਫੈਕਲਟੀ ਤੁਸੀਂ ਦੇਖੇਗੇ ਤਾਂ ਇਹ ਪੈਂਦਾ ਤੁਹਾਨੂੰ 1600 ਰੁਪਏ ਦਾ ਪੈਂਦਾ ਅਰਾਊਂਡ 1600 ਰੁਪਏ ਦਾ ਪੈਂਦਾ ਕੋਡ ਯੂਜ਼ ਕਰ ਲਿਓ ਐਕਸਟਰਾ ਡਿਸਕਾਊਂਟ ਲਈ Y383 Y383 ਕੋਈ ਵੀ ਜਿੰਨੇ ਵੀ PS TET ਦਾ ਲੈਣਾ ਕ੍ਰੈਸ਼ ਕੋਰਸ ਹੈ 20 ਦਿਨ ਦਾ ਕੱਲ ਤੋਂ ਕਲਾਸ ਸ਼ੁਰੂ ਹੋ ਚੁੱਕੀ ਹੈ 24 ਤਰੀਕ ਤੱਕ ਕਲਾਸ ਚੱਲੂਗੀ ਰੇਟ ਹੈ ਵੈਚ ਦਾ 1600 ਰੁਪਏ ਤੇ ਕੋਡ ਯੂਜ਼ ਕਰ ਲਿਓ ਤੁਸੀਂ Y383 Y383 ਚਲੋ ਜੀ ਸੈਸ਼ਨ ਨੂੰ ਕਰ ਦੋ ਸ਼ੇਅਰ ਹੁਣ ਕਰਦੇ ਆਪਾਂ ਸ਼ੁਰੂ ਚਲੋ ਪਹਿਲਾਂ ਤਾਂ ਅਸੀਂ ਆਪਾਂ ਗੱਲ ਕਰਦੇ ਹਾਂ ਜਿਹੜੀ ਥੋੜੀ ਜਿਹੀ ਮੋਟੀਵੇਸ਼ਨ ਕੋਰਟ ਦੀ ਜ਼ਰੂਰਤ ਸਭ ਨੂੰ ਹੁੰਦੀ ਹੈ ਮੈਨੂੰ ਵੀ ਹੁੰਦੀ ਹੈ ਸਵੇਰੇ ਸਵੇਰੇ ਮੈਨੂੰ ਤਾਂ ਉੱਠਣ ਦੇ ਲਈ ਮੈਨੂੰ ਮੋਟੀਵੇਸ਼ਨ ਦੀ ਬਹੁਤ ਲੋੜ ਹੁੰਦੀ ਹੈ ਫਿਰ ਮੈਨੂੰ ਪਤਾ ਲੱਗਦਾ ਮੈਂ ਕਿ ਬੱਚੇ ਆਂਦੇ ਨੇ 2 250 ਬੱਚਾ ਆ ਜਾਂਦਾ ਸਾਡੇ ਲਈ ਉੱਠ ਕੇ ਆਂਦਾ ਮੈਂ ਕਿ ਚਲੋ ਅਸੀਂ ਵੀ ਚੱਲਦੇ ਆ ਫਿਰ ਪੜਾਉਣ ਦਾ ਹੈ ਕੀ ਕਹਿੰਦੇ ਦ ਕੀ ਟੂ ਸਕਸੈਸ ਇਜ਼ ਟੂ ਸਟਾਰਟ ਬਿਫੋਰ ਯੂ ਆਰ ਰੈਡੀ ਮੈਂ ਪਹਿਲਾਂ ਕੀ ਕਿਹਾ ਸੀ ਮੈਂ ਕਿ ਨੋਟੀਫਿਕੇਸ਼ਨ ਦੀ ਵੇਟ ਨਾ ਕਰੋ ਪੇਪਰ ਆਊਗਾ ਆਊਗਾ ਅਸੀਂ ਤੁਹਾਨੂੰ ਕਹਤਾ ਭਰੋਸਾ ਰੱਖਣਾ ਜ਼ਰੂਰੀ ਹੈ ਜੇ ਤੁਸੀਂ ਪਰਸੋਂ ਅਸੀਂ ਜਿਹੜੀ ਸਕਸੈਸ ਸਟੋਰੀ ਕੀਤੀ ਸੀ ਮਨਦੀਪ ਸਿੰਘ ਦੀ ਉਹ ਮੁੰਡੇ ਨੇ ਬਹੁਤ ਸਾਰੇ ਫੇਲਿਅਰ ਦੇਖੇ ਤੇ ਉਸ ਤੋਂ ਬਾਅਦ ਪੰਜ ਛੇ ਇਗਜ਼ਾਮ ਉਹਦੇ ਕਲੀਅਰ ਨੇ ਤੇ ਅੱਜ ਦੀ ਅੱਜ ਦੀ ਡੇਟ 'ਚ ਉਹ ਕੋਆਪਰੇਟਿਵ ਬੈਂਕ 'ਚ ਮੈਨੇਜਰ ਲੱਗਣ ਵਾਲਾ ਹੈ ਤਾਂ ਜੀ ਇਹ ਕੀ ਕਹੇ ਉਹਨੇ ਵੀ ਇਹੀ ਗੱਲ ਕਹੀ ਸੀ ਕਹਿੰਦੇ ਕਦੇ ਵੀ ਐ ਨਾ ਕਰੋ ਵੀ ਨੋਟੀਫਿਕੇਸ਼ਨ ਆਊਗੀ ਉਦੋਂ ਮੈਂ ਤਿਆਰੀ ਸ਼ੁਰੂ ਕਰਾਂਗਾ ਹੁਣ ਪੀਪੀਐਸਸੀ ਕੋਆਪਰੇਟਿਵ ਇਨਸਪੈਕਟਰ ਦੀ ਨੋਟੀਫਿਕੇਸ਼ਨ ਆ ਚੁੱਕੀ ਹੈ ਬੈਚ ਕਦੋਂ ਦਾ ਸਟਾਰਟ ਹੋਇਆ ਹੋਇਆ ਹੈ ਕਿ ਨਹੀਂ ਅਸੀਂ ਕਦੋਂ ਦਾ ਖਿਆਵਾ ਤੁਹਾਨੂੰ ਵੀ ਨੋਟੀਫਿਕੇਸ਼ਨ ਆਣੀ ਹੈ ਅਸਾਮੀਆਂ ਆਣੀਆਂ ਨੌਕਰੀ ਕਿਉਂਕਿ ਪੇਪਰ ਥੋੜਾ ਲੰਮਾ ਜਾਊਗਾ ਜਨਵਰੀ ਤੱਕ ਜਾਊਗਾ ਤੁਹਾਡੇ ਕੋਲ ਅਰਾਊਂਡ ਇੱਕ ਮਹੀਨੇ ਦਾ ਟਾਈਮ ਹੈ ਤਾਂ ਛੇਤੀ ਛੇਤੀ ਜਰੂਰ ਜੁਆਇਨ ਕਰੋ ਪੀਪੀਐਸਸੀ ਕੋਪਰੇਟੋਰ ਇਨਸਪੈਕਟਰ ਦਾ ਬੈਚ ਪੰਜਾਬ ਵੱਡਾ 247 ਤੇ ਐਕਸਟਰਾ ਡਿਸਕਾਊਂਟ ਲਈ ਤੁਹਾਨੂੰ ਪਤਾ ਹੀ ਹੈ ਕੋਡ ਮੈਂ ਦੱਸਿਆ ਹੋਇਆ ਤੁਹਾਨੂੰ Y383Y383 ਯੂਜ਼ ਕਰ ਲੈਣਾ ਹਾਂਜੀ ਸ਼ੁਭ ਸਵੇਰ ਜੀ ਸ਼ੁਭ ਸਵੇਰ ਸਾਰਿਆਂ ਨੂੰ ਸੱਚੀ ਗੱਲ ਚਲੋ ਜੀ ਸ਼ੁਰੂ ਕਰਦੇ ਹਾਂ ਫਿਰ ਆਏ ਜਿਹੜੇ ਵੀ ਮਹਾਪੈਕ ਦੀ ਗੱਲ ਕਰਦਾ ਹੁੰਦਾ ਸਵੇਰ ਸਟਾਰਟਿੰਗ ਦੀ ਗੱਲ ਲੀ ਗੱਲ ਫਿਰ ਬਾਅਦ ਚ ਆਪਾਂ ਫਿਰ ਟਾਈਮ ਨਹੀਂ ਹੁੰਦਾ ਸਟਾਰਟਿੰਗ ਕਰ ਲੈਨੇ ਮਹਾਪੈਕ ਦੀ ਗੱਲ ਕਰਦੇ ਆ ਇੱਕ ਸਾਲ ਦਾ ਇਹ 12 ਮਹੀਨੇ ਦਾ ਇਹਦੇ ਅੰਦਰ ਕੀ ਹੋਊਗਾ ਇਹਦੇ ਅੰਦਰ 12 ਮਹੀਨੇ ਤੱਕ ਜਿੰਨੇ ਵੀ ਪੇਪਰ ਆਣਗੇ ਨਾ ਉਹ ਸਾਰੇ ਦੇ ਸਾਰੇ ਕਵਰ ਹੋ ਜਾਣੇ ਆ ਉਹਨਾਂ ਦੀ ਲਾਈਵ ਕਲਾਸਿਸ ਰਿਕਾਰਡਡ ਕਲਾਸਿਸ ਟੈਸਟ ਬੁੱਕ ਈ ਬੁక్స్ ਪੀਡੀਐਫ ਜਿੰਨਾ ਕੁਝ ਹੋਊਗਾ ਸਭ ਕੁਝ ਤੇ ਕੋਈ ਐਕਸਟਰਾ ਪੈਕ ਜਦ ਚੱਲਿਆ ਉਹ ਵੀ ਜਿੱਦਾਂ ਪੀਟ੍ਰੀਪਲ ਐਸਬੀ ਕਲਗ ਤੋਂ ਬਾਅਦ ਐਕਸਟਰਾ ਇੱਕ ਮੌਕ ਡਿਸਕਸ਼ਨ ਪੈਕ ਵੀ ਸੀ ਨਾ ਤੇ ਜੇ ਤੁਹਾਡੇ ਕੋਲੇ ਮ ਫਰੀ ਕਿਦਾਂ ਪਾਊਗਾ ਤੁਹਾਨੂੰ ਦੇਣੇ ਪੈਣੇ ਪਹਿਲਾਂ 3219 ਰੁਪਏ ਦੇਣੇ ਪੈਣੇ ਇਹ ਪੈਸੇ ਤਾਂ ਤੁਹਾਨੂੰ ਦਿਖ ਰਿਹਾ ਹੋਗਾ 14000 ਦਾ ਬਟ ਆਫਟਰ ਯੂজিং ਕੋਡ ਆਦੇ ਕਾ ਲਿਖਿਆ ਹੋਇਆ Y383 ਕੋਡ ਲਿਖਿਆ ਹੋਇਆ ਇਹ ਕੋਡ ਪਾਉਣ ਤੋਂ ਬਾਅਦ ਤੁਹਾਨੂੰ ਇਹ ਪੈ ਜਾਂਦਾ 3219 ਰੁਪਏ ਦਾ ਤੇ ਜੋ ਬਾਏ ਕਰਨਾ ਚਾਹੁੰਦਾ ਜਰੂਰ ਕਰੇ ਅੱਛਾ ਪੀ ਟ੍ਰਿਪਲ ਐਸ ਵੀ ਦੇਣ ਤੋਂ ਬਾਅਦ ਕਰਾਂਗੇ ਹਾਂਜੀ ਕਰੰਟ ਅਫੇਅਰ ਦੇਖੋ ਅਕਤੂਬਰ ਨਵੰਬਰ ਦੀ ਸਭ ਤੋਂ ਜ਼ਿਆਦਾ ਆਵੇਗੀ ਇਹ ਮੈਂ ਤੁਹਾਨੂੰ ਦੱਸ ਦੇਣਾ ਤਾਂ ਹੀ ਮੈਂ ਕਿਹਾ ਅੱਜ ਕੱਲ ਜਿੰਨੀ ਵੀ ਕਲਾਸ ਹੋਣੀ ਹੈ ਅੱਗੇ ਇਹ ਕੋਈ ਵੀ ਨਾ ਮਿਸ ਕਰੇ கரنٹ ਅਫੇਅਰ ਦੀ 8 ਵਜੇ ਵੇਲੇ ਕਲਾਸ ਕਿਉਂ ਕਿ ਅਕਤੂਬਰ ਨਵੰਬਰ ਦੇ ਕੁਐਸਚਨ ਹੋ ਰਹੇ ਤੇ ਇਹਨਾਂ ਚੋਂ ਸਭ ਤੋਂ ਵੱਧ ਕੁਐਸਚਨ ਆਣੇ ਆ। ਚਲੋ ਸ਼ੁਰੂ ਕਰਦੇ ਹਾਂ ਫਿਰ। ਕੁਐਸਚਨ ਦੇਖੋ 821ਵਾਂ ਕੁਐਸਚਨ ਕਹਿੰਦਾ ਜੀ ਓਨ ਦਾ ਓਕੇਜਨ ਆਫ ਦਾ 152 ਸੈਕਿੰਡ ਬਰਥ ਐਨੀਵਰਸਰੀ 1 ਮਿੰਟ ਦਿਓ ਯਾਰ ਆਪ ਲੋਗੋ ਜਾਂ ਵੀ ਆ ਰਿਹਾ ਲੋਗੋ ਹਟਾ ਦਿਓ 1 ਮਿੰਟ ਯਾਰ ਹਾਂ ਹੁਣ ਠੀਕ ਹੈ ਤਾ ਜੀ ਬਹਾਦਰ ਮਹਾਤਮਾ ਗਾਂਧੀ ਦੇ 152 152 ਸੈਕਿੰਡ ਬਰਥ ਐਨੀਵਰਸਰੀ ਤੇ ਗਾਂਧੀ ਮਿਊਜ਼ੀਅਮ ਰੈਨੋਵਰਡ ਰੈਨੋਵੇਟ ਕੀਤਾ ਗਿਆ ਗਾਂਧੀ ਆਸ਼ਰਮ ਟਰਸਟ ਦੇ ਦੁਆਰਾ ਤਾਂ ਜੀ ਕਿੱਥੇ ਹੈ ਗਾਂਧੀ ਆਸ਼ਰਮ ਟਰਸਟ ਇਹ ਦੱਸਣਾ ਤੁਸੀਂ ਸਾਬਰਮਤੀ ਲੰਡਨ ਪੀਟਰ ਮੈਰਿਡਸਬਰਗ ਜਾਂ ਫਿਰ ਨਵਾ ਖਲੀ ਕੀ ਹੋਗਾ ਆਨਸਰ ਇਹਦਾ ਅੱਜ ਵੀ ਕਰਦੇ ਆ ਆਪਾਂ ਉਦੋਂ ਹੀ ਸਭ ਤੋਂ ਪਹਿਲਾਂ ਮੇਰੇ ਕੋਲ ਆਨਸਰ ਜਿਹੜਾ ਸਭ ਤੋਂ ਛੇਤੀ ਦਊਗਾ ਉਹਦੀ ਆਪਾਂ ਕਮਿਊਨਿਟੀ ਪੋਸਟ ਬਣਾਵਾਂਗੇ ਵਿਦ ਫੋਟੋ ਇਹਦਾ ਆਨਸਰ ਹੋ ਜਾਊਗਾ ਜੀ ਨੋਆ ਖੱਲੀ ਹੋ ਜਾਊਗਾ ਆਨਸਰ ਤਾਂ ਮੇਰੇ ਕੋਲ ਸਭ ਤੋਂ ਪਹਿਲਾਂ ਆਨਸਰ ਆਇਆ ਲਖਵਿੰਦਰ ਸਿੰਘ ਦਾ ਆ ਮੇਰੇ ਕੋਲ ਸਭ ਤੋਂ ਪਹਿਲਾਂ ਆਨਸਰ ਨੋਆ ਖੱਲੀ which of the following organization has launched a home robot named astro ਬਹੁਤ ਇੰਪੋਰਟੈਂਟ ਸਵਾਲ ਹੋ ਜਾਂਦਾ ਹோம் ਰੋਬੋਟ ਹੈ ਜਿਹਨੇ ਜਿਹਦਾ ਨਾਮ ਹੈ ਐਸਟਰੋ ਗੂਗਲ ਫੇਸਬੁੱਕ ਐਮਾਜ਼ਨ ਜਾਂ ਮਾਈਕਰੋਸਾਫਟ ਹੋਮ ਰੋਬੋਟ ਨੇਮਡ ਹੇਟ ਲਿਕੇ ਸੰਸਥਾਵਾਂ ਵਿੱਚੋਂ ਕਿਸ ਨੇ ਐਸਟਰੋਨਾਮ ਦਾ ਘਰੇਲੂ ਰੋਬੋਟ ਲਾਂਚ ਕੀਤਾ ਹੈ Google Facebook Amazon ਜਾਂ Microsoft ਤਾਂ ਇਹਦਾ ਅੰਤਰ ਹੋ ਜਾਂਦਾ ਜੀ Amazon ਹੋ ਜਾਂਦਾ ਇੱਕ ਗੱਲ ਤੁਸੀਂ ਧਿਆਨ ਰੱਖਣੀ ਹੈ Amazon ਨੇ ਇੱਕ ਮਿਨੀ ਟੀਵੀ ਵੀ ਲਾਂਚ ਕੀਤਾ ਹੈ Amazon ਦੀ ਐਪ ਦੇ ਉੱਤੇ ਤਾਂ ਇਹ ਵੀ ਤੁਸੀਂ ਧਿਆਨ ਰੱਖਣਾ ਹੈ ਅੱਗੇ ਚੱਲਦੇ ਹਾਂ ਤੇ ਕਿਸ ਨੇ ਵੀ Amazon ਨਹੀਂ ਕੀਤਾ ਵੈਰੀ ਗੁੱਡ ਸੰਜੇ ਭਾਰਗਵ ਇ ਹੈਡ ਵਿਚ ਫਰਮ ਆਫ ਇਲਨ ਮਸਕ ਇਨ ਇੰਡੀਆ ਸੰਜੇ ਭਾਰਗਵ ਅਸੀਂ ਪਹਿਲਾਂ ਮੈਂ ਕਰਾਇਆ ਹੋਇਆ ਅਕਟੋਬਰ ਦੇ ਕਰੰਟ ਅਫੇਅਰ ਨੇ ਜਿਹੜਾ ਪਹਿਲੀ ਕਲਾਸ ਤੋਂ ਮੈਨੂੰ ਫੋਲੋ ਕਰਦਾ ਉਹਨੂੰ ਇਹ ਪਤਾ ਹੋਊਗਾ ਤਾਂ ਜੀ ਸਭ ਤੋਂ ਇਲਨ ਮਸਕ ਦੀ ਕਿਹੜੀ ਫਰਮ ਨੂੰ ਹੈਡ ਕਰੇ ਸੰਜੇ ਭਾਰਗਵ ਇੰਡੀਆ ਵਿੱਚ ਫਲਕਨ ਟੈਸਲਾ ਸਟਾਰਲਿੰਗ ਯਾ ਸਪੇਸਐਕਸ ਦਾ ਇਹਦਾ ਆਨਸਰ ਹੋ ਜਾਊਗਾ ਸਟਾਰਲਿੰਗ ਸਟਾਰਲਿੰਗ ਹੈ ਕਿ ਤੁਹਾਨੂੰ ਮੈਂ ਦੱਸਿਆ ਹੋਇਆ ਸੈਟਲਾਈਟ ਦਾ ਰਾਹ ਇੰਟਰਨੈਟ ਹੋਊਗਾ ਪੂਰੇ ਜੁਨੀਆ ਤੇ ਜਾਲ ਵਿਛਾ ਕੇ ਇਹਦਾ ਆਨਸਰ ਹੋ ਜਾਊਗਾ ਜੀ स्टार लिंक ਤੇ ਆਨਸਰ ਦਿੱਤਾ ਮੇਰੇ ਕੋਲ ਸਭ ਤੋਂ ਪਹਿਲਾਂ ਤੁਸ਼ਾਰ ਅਰੋੜਾ ਨੇ ਤੁਸ਼ਾਰ ਅਰੋੜਾ ਨੇ ਮੈਂ ਦੁਬਾਰਾ ਕਹਿਣਾ ਯਾਰ ਏ ਬੀ ਸੀ ਡੀ ਨਾ ਲਿਖੋ ਕਿਉਂਕਿ ਪਜ਼ਲ ਹੋ ਜਾ ਰਿਹਾ ਮੈਂ ਪਿਛਲੇ ਆਨਸਰ ਦਾ ਕਹਿ ਰਿਹਾ ਇਦਾਂ ਕਹਿ ਰਿਹਾ ਤੁਸੀਂ ਐਸ ਟੀ ਵੀ ਲਿਖ ਦੋਗੇ ਮੈਂ ਤਾਂ ਵੀ ਸਮਝੂਗਾ ਵੀ ਤੁਸੀਂ ਸਟਾਰ ਲਿੰਕ ਦੀ ਗੱਲ ਕਰ ਰਹੇ ਹੋ ਸਪੇਸ ਐਕਸਲੀ ਐਸ ਪੀ ਲਿਖ ਦੋਗੇ ਮੈਂ ਸਮਝੂਗਾ ਤੁਸੀਂ ਸਪੇਸ ਐਕਸ ਦੀ ਗੱਲ ਕਰ ਰਹੇ ਹੋ ਫੈਲ ਕਰਨ ਲਈ ਕਹ ਲੈ ਐਫ ਲਿਖ ਦੋ ਕਿਹੜਾ ਚੌਥਾ ਟੈਸਲਾ ਲਈ ਕਹ ਲੈ ਟੀ ਲਿਖ ਦੋ ਇੰਨਾ ਮੈਂ ਸਮਝੂਗਾ ਬਟ ਏ ਬੀ ਸੀ ਡੀ ਨਾ ਲਿਖੋ ਇਹ ਨਹੀਂ ਪਤਾ ਲੱਗ ਰਿਹਾ ਵੀ ਪਿਛਲੇ ਦਾ ਅਨ ਕਈ ਕੁਐਸਚਨਾਂ ਨੂੰ ਤਾਂ ਪਹਿਲੇ ਹੀ ਆਨਸਰ ਦੇ ਹੀ ਜਾਂਦੇ ਕਈ ਬਹੁਤ ਦੇਰ ਦੇਰ ਬਾਅਦ ਹੈ ਨਾ ਇੱਕ ਗੱਲ ਧਿਆਨ ਰੱਖਣੀ ਹੈ ਫਿਰ ਲਖਵਿੰਦਰ ਸਿੰਘ ਤੇ ਤੁਸ਼ਾਰ ਅਰੋੜਾ ਇੱਕ ਇੱਕ ਅੱਗੇ ਚੱਲਦੇ ਆ ਕਹਿੰਦੇ ਵਿਚ ਬੈਂਕ ਹੈਜ਼ ਬਿਕਮ ਦਾ ਫਰਸਟ ਸ਼ੈਡਿਊਲਡ ਪ੍ਰਾਈਵੇਟ ਸੈਕਟਰ ਬੈਂਕ ਟੂ ਕਲੈਕਟ ਡਾਇਰੈਕਟ ਐਂਡ ਇੰਡਾਇਰੈਕਟ ਟੈਕਸਿਸ ਬਹੁਤ ਇੰਪੋਰਟੈਂਟ ਸਵਾਲ ਹੋ ਜਾਂਦਾ ਫਾਈਵ ਸਟਾਰ ਲਾ ਲਓ ਕਹਿੰਦੇ ਕਿਹੜਾ ਬੈਂਕ ਡਾਇਰੈਕਟ ਐਂਡ ਇੰਡਾਇਰੈਕਟ ਟੈਕਸਿਸ ਕਰਨ ਵਾਲਾ ਪਹਿਲਾ ਅਨੁਸੂਚਿਤ ਨਿੱਜੀ ਖੇਤਰ ਦਾ ਬੈਂਕ ਬਣ ਗਿਆ ਹੈ ਕੋਟਕ ਮਹਿੰਦਰਾ ਐਕਸਿਸ IDBI ਜਾਂ ਫਿਰ ICICI ਕੋਟਕ ਐਕਸਿਸ ਆਈਡੀਬੀਆਈ ਜਾਂ ਫਿਰ ਆਈਸੀਆਈਸੀਆਈ ਤਾਂ ਇਹਦਾ ਅੰਤਰ ਹੋ ਜਾਂਦਾ ਹੈ ਕੋਟਕ ਮਹਿੰਦਰਾ ਬੈਂਕ ਹੋ ਜਾਂਦਾ ਧਿਆਨ ਰੱਖਣਾ ਕੋਟਕ ਮਹਿੰਦਰਾ ਬੈਂਕ ਤੇ ਸੁਮਨਦੀਪ ਸਿੰਘ ਦਾ ਸਭ ਤੋਂ ਪਹਿਲਾ ਅੰਸਰ ਆਇਆ ਮੇਰੇ ਕੋਲ ਸੁਮਨਦੀਪ ਸਿੰਘ ਦਾ ਚਲੋ ਵਿਚ ਆਰਗੇਨਾਈਜੇਸ਼ਨ ਹੈਜ਼ ਰੀਸੈਂਟਲੀ ਅਨਾਉਂਸਡ ਟੂ ਲੀਜ਼ ਦਾ ਸੈਟੇਲਾਈਟ ਨੇਮ ਜੀ ਸੈਟ ਟੂ ਟਾਟਾ ਸਕਾਈ ਫॉर ਡੀਟੀਐਚ ਐਪਲੀਕੇਸ਼ਨ ਕਿਹੜੀ ਆਰਗੇਨਾਈਜੇਸ਼ਨ ਨੇ ਕਿਹਾ ਸੀ ਤੁਹਾਨੂੰ ਇੱਕ ਸੈਟੇਲਾਈਟ ਦੇ ਦਾਂਗੇ ਸੈਟੇਲਾਈਟ ਦਾ ਨਾਂ ਕੀ ਹੈ ਜੀ ਸੈਟ 24 ਕਿਹਨੂੰ ਦੇ ਰਹੇ ਟਾਟਾ ਸਕਾਈ ਨੂੰ ਡੀਟੀਐਚ ਲਈ ਕੌਣ ਦੇ ਰਿਹਾ ਹੈ ਨਿਊ ਸਪੇਸ ਇੰਡੀਆ ਲਿਮਿਟਿਡ ਸਪੇਸ ਐਪਲੀਕੇਸ਼ਨ ਸੈਂਟਰ ਇਸਰੋ ਇੰਟਰਸ਼ੀਅਲ ਸਿਸਟਮਸ ਯੂਨਿਟ ਜਾਂ ਫਿਰ ਐਂਟ੍ਰਿਕਸ ਕਾਰਪੋਰੇਸ਼ਨ ਲਿਮਿਟਿਡ ਇਹ ਇੰਪੋਰਟੈਂਟ ਸਵਾਲ ਹੋ ਜਾਂਦਾ ਡੀਟੀਐਚ ਤੋਂ ਰਿਲੇਟਡ ਹੈ ਤਾਂ ਇਹਦਾ ਆਨਸਰ ਹੋ ਜਾਊਗਾ ਜੀ ਨਿਊ ਸਪੇਸ ਇੰਡੀਆ ਲਿਮਿਟਿਡ ਨਿਊ ਸਪੇਸ ਇੰਡੀਆ ਲਿਮਿਟਿਡ ਤੇ ਕਿਸੇ ਨੇ ਨਹੀਂ ਕੀਤਾ ਸਾਰੇ ਐਸਐਸ ਕਰਨ ਲੱਗੇ ਆਕਾਂਖਸ਼ਾ ਗੁਪਤਾ ਦਾ ਹੈ ਮੇਰੇ ਕੋਲ ਸਭ ਤੋਂ ਪਹਿਲਾਂ ਕਰੈਕਟ ਆਨਸਰ ਆ ਲਿਖੀ ਲਈ ਸਾਰਿਆਂ ਦੇ ਕਿਉਂਕਿ ਬਹੁਤਾਂ ਦੇ ਅੱਡ ਅੱਡ ਆਨਸਰ ਆ ਗਏ ਮੇਰੇ ਕੋਲ ਤਾਂ ਜੀ ਲਖਵਿੰਦਰ ਦਾ ਸੀ ਇੱਕ ਇੱਕ ਤੁਸ਼ਾਰ ਦਾ ਸੀ ਇੱਕ ਇੱਕ ਆਕਾਂਖਸ਼ਾ ਦਾ ਹੈ ਇੱਕ ਦੇਖੋ ਚਲੋ ਧਿਆਨ ਰੱਖਣਾ ਸਾਰਿਆਂ ਨੇ ਇੱਕ ਵਾਰੀ ਸੈਸ਼ਨ ਨੂੰ ਲਾਈਕ ਕਰ ਦਿਓ ਲਾਈਕ ਕਰ ਦਿਓ ਲਾਈਕ ਕਰਨ ਨਾਲ ਕੀ ਹੋਊਗਾ ਬਸ ਹੋਊਗਾ ਕੁਛ ਨਹੀਂ ਹਾਰਟ ਜਿਹਾ ਬਣਾ ਦਿਓ ਕਹਿੰਦੇ ਹਾਰਟ ਨਹੀਂ ਬਣਦਾ ਟੈਲੀਗ੍ਰam ਤੇ ਉਹ ਇੰਸਟਾ ਤੇ ਬਣਦਾ ਹਾਰਟ ਇਧਰ ਥੰਬਸ ਅਪ ਕਰ ਦਿਓ ਇਹ ਛੋਟਾ ਜਿਹਾ ਦਿਲਮੇ ਤੁਹਾਨੂੰ ਸਾਰਿਆਂ ਨੂੰ ਦੇ ਦੇਣਾ ਚਲੋ ਵਿਚ ਟੀਮ ਹੈਜ਼ ਵਨ ਦਾ ਡਿਉਰੈਂਟ ਕੱਪ 2021 ਦਾ ਡਿਉਰੈਂਟ ਕੱਪ ਕਿਹਨੂੰ ਮਿਲਿਆ ਐਫਸੀ ਗੋਆ ਐਫਸੀ ਮੁਹੰਮਦਨ ਬੈਂਗਲੁਰੂ ਜਾਂ ਆਰਮੀ ਰੈਡ ਤੇ ਇਹਨਾਂ ਨੂੰ ਫਸਟ ਟਾਈਮ ਮਿਲਿਆ ਤਾਂ ਇਹ ਇੰਪੋਰਟੈਂਟ ਸਵਾਲ ਹੋ ਜਾਂਦਾ ਡਿਉਰੈਂਟ ਕੱਪ 2021 ਪਹਿਲੀ ਵਾਰ ਕਿਹਨੂੰ ਮਿਲਿਆ ਇਹ ਮਿਲਿਆ ਜੀ ਐਫਸੀ ਗੋਆ ਨੂੰ ਐਫਸੀ ਗੋਆ ਸਭ ਤੋਂ ਪਹਿਲਾਂ ਮੇਰੇ ਕੋਲ ਆਨਸਰ ਹੈ ਸੁਮਨਦੀਪ ਸਿੰਘ ਦਾ ਆਨਸਰ ਹੈ ਸੁਮਨਦੀਪ ਸਿੰਘ ਐਫਸੀ ਗੋਆ ਹਾਂਜੀ ਨੇਮ ਦਾ winner ਆਫ ਦਾ 2021 ਦਾ ਨੋਬਲ ਪ੍ਰਾਈਜ਼ ਫਾਰ ਮੈਡੀਸਨ ਇਹ ਮੈਂ ਸਾਰਾ ਕੁਝ ਕਰਾਇਆ ਹੋਇਆ 21 2021 ਦਾ ਨੋਬਲ ਪ੍ਰਾਈਜ਼ ਮੈਡੀਸਨ ਦਾ ਕਿਹਨੂੰ ਮਿਲਿਆ ਹੈ ਡੇਵਿਡ ਜੂਲੀਅਸ ਐਡਮ ਪਾਟਾਪੋਟੀਨ ਹਾਰਵੇ ਜੇ ਆਲਟਰ ਇੱਥੇ ਕਿਦਾਂ ਆ ਗਿਆ ਮਾਈਕਲ ਡਬਲਯੂ ਯੰਗ ਵਿਲੀਅਮ ਸੀ ਕੈਂਪੈਲ ਐਂਡ ਐਡਵਰਡ ਮੋਸੀ ਮੋਸਰ ਜਾਂ ਫਿਰ ਮਾਰੀਓ ਕਪੈਸ਼ੀ ਐਂਡ ਰਿਚਰਡ ਐਕਸਲ ਕਿਹਨੂੰ ਮਿਲਿਆ ਇਹ ਤੁਹਾਨੂੰ ਪਤਾ ਹੋਣਾ ਕੀ ਨੂੰ ਮਿਲਿਆ ਤੁਹਾਨੂੰ ਪਤਾ ਹੋਣਾ ਇਹ ਤਾਂ ਇਹਦਾ ਅੰਤਰ ਹੋ ਜੂਗਾ ਜੀ ਪਹਿਲਾ ਯਾਨੀ ਕਿ ਡੇਵਿਡ ਜੁਲੀਅਸਨ ਐਡਮ ਪਾਟਾਪੂਟੀ ਤਾਂ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਆਇਆ ਸੁਮਨਦੀਪ ਸਿੰਘ ਦਾ ਆਨਸਰ ਹੈ ਤੇ ਪੀਪੀਐਸਸੀ ਦਾ ਬੈਚ ਬਹੁਤ ਛੇਤੀ ਸ਼ੁਰੂ ਹੋਣ ਲੱਗਿਆ ਤਾਂ ਛੇਤੀ ਛੇਤੀ ਬਾਏ ਕਰੋ ਸਿਰਫ 500 ਸੀਟਾਂ ਨੇ ਬਾਅਦ ਚ ਪ੍ਰੋਬਲਮ ਨਾ ਹੋ ਜੇ ਸਿਰਫ 500 ਸੀਟਸ ਨੇ ਉਹਦੇ ਅੰਦਰ ਚਲੋ the first ever integrated flyover cum metro viaduct structure has been built in which of the following state sab to pehla ek akrit flyover cum metro viaduct ta ta heta likhe heta ditte ra ja vichon kis metro vich banaya gaya hai important sawal ho janda dobare aap kal kal gal kiti thi fastag rahi jedi motor parking hai ode vich delhi metro ede vich ki huga kochi delhi hyderabad ya fir mumbai ਕੋਚੀ ਦਿੱਲੀ ਹਾਈਦਰਾਬਾਦ ਜਾਂ ਫਿਰ ਮੁੰਬਈ ਤਾਂ ਇਹਦਾ ਅੰਤਰ ਹੋ ਜਾਂਦਾ ਜੀ ਦਿੱਲੀ ਤਾਂ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਆਇਆ ਆਕਾਂਸ਼ਾ ਗੁਪਤਾ ਦਾ ਦਿੱਲੀ ਹੋ ਜਾਊਗਾ ਆਨਸਰ ਇਹਦਾ ਤੇ ਫਾਸਟ ਟੈਗ ਦੀ ਜਿਹੜੀ ਗੱਲ ਕੀਤੀ ਸੀ ਉਹਦਾ ਆਨਸਰ ਵੀ ਦਿੱਲੀ ਹੀ ਹੈ ਅਗਲੇ ਸਵਾਲ ਵੱਲ ਚੱਲਦੇ ਹਾਂ ਵਿਚ ਸਟੇਟ ਗਵਰਨਮੈਂਟ ਹੈਜ਼ ਅਵਾਰਡਡ ਲੋਕਪ੍ਰਿਆ ਗੋਪੀਨਾਥ ਬੋਡੋ ਲਈ ਅਵਾਰਡ ਫਾਰ ਨੈਸ਼ਨਲ ਇੰਟੀਗ੍ਰੇਸ਼ਨ ਐਂਡ ਨੈਸ਼ਨਲ ਕੰਟਰੀਬਿਊਸ਼ਨ ਫਾਈਵ ਸਟਾਰਸ ਸਵਾਲ ਹੈ ਤੇ ਬਹੁਤ ਇੰਪੋਰਟੈਂਟ ਸਵਾਲ ਹੈ ਲੋਕਪ੍ਰਿਆ ਗੋਪੀਨਾਥ ਬੋਡੋ ਲਈ ਅਵਾਰਡ ਕਿਹਨੂੰ ਮਿਲਿਆ ਆਂਧਰਾ ਪ੍ਰਦੇਸ਼ ਤ੍ਰਿਪੂਰਾ ਅਸਮ ਜਾਂ ਫਿਰ ਗ ਹੈ ਦਾ ਆਡਿਟ ਹੋਰੀ ਕਿਨੇ ਦਿੱਤਾ ਮੈਂ ਵੀ ਕਿਹਾ ਕਿਨੂੰ ਮਿਲਿਆ ਕਿਨੂੰ ਦਿੱਤਾ ਗਿਆ ਇਹਦਾ ਅੰਤਰ ਹੋ ਜੂਗਾ ਜੀ ਅਸਮ ਹੁੰਦਾ ਅਸਮ ਸਚਿਨਵਿੰਨ ਲਿਮਿਟਿਡ ਸੀਟਸ ਪਤਾ ਕਿਸ ਤਰੀਕੇ ਨਾਲ ਹੁੰਦੀਆਂ ਕਿਉਂਕਿ ਟੀਚਰ ਤੁਹਾਨੂੰ ਪਤਾ ਜਿਹੜੇ 4-5 ਨੇ ਜੇ 500 ਤੋਂ ਵੱਧ ਬੱਚਾ ਹੋ ਗਿਆ ਸਾਨੂੰ ਇੱਕ ਤਾਂ ਬੈਚ ਬਣਾਉਣੇ ਪੈਣੇ ਆ 800 ਦੇ ਵੱਲ ਵੱਲ 500 ਬੱਚਾ ਸਾਨੂੰ 4 ਤਾਂ 5 ਬੈਚ ਬਣਾਉਣੇ ਪੈਣੇ ਆ ਬੱਚਿਆਂ ਦੇ ਫਿਰ ਆਪਾਂ ਡਾਊਟ ਵੀ ਤਾਂ ਲੈਣੇ ਪੈਣੇ ਤਾਂ ਕਰਕੇ ਲਿਮਟਿਡ ਸੀਟਸ ਹੈ ਇੱਕ ਬੰਦਾ ਜੀ ਚਾਰ ਬੈਚ ਲੈ ਰਿਹਾ ਦਿਨ ਚ ਉਹ ਦੇਖੋ ਕਿੰਨੇ ਡਾਊਟ ਲਊਗਾ ਤਾਂ ਕਰਕੇ ਲਿਮਟਿਡ ਸੀਟਸ ਹੈ ਤਾਂ ਕਰਕੇ ਕਿਹਾ ਛੇਤੀ ਛੇਤੀ ਬੈਚ ਬਾਏ ਕਰ ਲਿਓ ਐਕਸਟਰਾ ਡਿਸਕਾਊਂਟ ਲਈ ਤੁਹਾਨੂੰ ਪਤਾ ਹੀ ਹੈ ਕੋਡ ਯੂਜ਼ ਕਰ ਲਿਓ Y383 ਕਿਉਂਕਿ ਸਾਨੂੰ ਕੁਝ ਨਹੀਂ ਪਤਾ ਪੰਜਾਬ ਸਰਕਾਰ ਦਾ ਕਦੋਂ ਪੇਪਰ ਦਾ ਪਟਾਕਾ ਪਾ ਦੇਣਾ ਇਹਨਾਂ ਨੇ ਜਿੰਨਾ ਪੀ ਟ੍ਰਿਪ ਜਿੱਦਾਂ ਇਹਨਾਂ ਨੇ ਪੀ ਟ੍ਰਿਪ ਪੀਐਸ ਵੀ ਇੱਕ ਕਲਰਕ ਦਾ ਪਾਇਆ ਤੇ ਇਹਦਾ ਅਨਸਰ ਬਿਲਕੁਲ ਸਹੀ ਹੈ ਇਹਦਾ ਅਨਸਰ ਹੋ ਜਾਊਗਾ ਅਸਮ ਹੋ ਜਾਊਗਾ ਇਹਦਾ ਅਨਸਰ ਤੇ ਮੇਰੇ ਕੋਲ ਸਭ ਹਰਮਨ ਸਿੰਘ ਦਾ ਅਮਰੀਕਾ ਸਭ ਤੋਂ ਪਹਿਲਾ ਸਹੀ ਆਨਸਰ ਹਰਮਨ ਸਿੰਘ ਦਾ ਚਲੋ ਇੰਡੀਅਨ 스마트 웨ਅਰੇਬਲ ਬ੍ਰਾਂਡ ਫਾਇਰ ਬੋਲਟ ਨੇ ਕਿਹਨੂੰ ਆਪਣਾ ਬ੍ਰਾਂਡ ਐਮਬੈਸਡਰ ਬਣਾਇਆ ਸਾਰਾ ਕਰਾ ਚੁੱਕਾ ਮੈਂ ਬ੍ਰਾਂਡ ਐਮਬੈਸਡਰ ਦੀ ਵੀਡੀਓ ਜ਼ਰੂਰ ਦੇਖਿਓ ਤਾਂ ਜੀ ਫਾਇਰ ਬੋਲਟ ਇੱਕ ਬ੍ਰਾਂਡ ਹੈ ਇਹਨੇ ਕਿਹਨੂੰ ਬਣਾਇਆ ਹੈ ਬ੍ਰਾਂਡ ਐਮਬੈਸਡਰ ਕੋਲੀ ਬੈਕਰ ਰੋनाल्डੋ ਜਾਂ ਮੈਸੀ ਕੋਲੀ ਬੈਕਮ ਰੋनाल्डੋ ਜਾਂ ਫਿਰ ਮੈਸੀ ਤਾਂ ਆਬਵੀਅਸਲੀ ਗੱਲ ਹੈ ਕਿ ਸਰ ਇੰਡੀਅਨ ਤਾਂ 21 ਹੈ ਤੇ ਇਹਦੇ ਅੰਦਰ ਕੌਣ ਹੋ ਗਿਆ ਇਹਦੇ ਅੰਦਰ ਹੋ ਗਿਆ ਜੀ ਵਿਰਾਟ ਕੋਲੀ ਨੂੰ ਬਣਾਇਆ ਗਿਆ ਬ੍ਰਾਂਡ ਐਂਬੈਸਡਰ ਵਿਰਾਟ ਕੋਲੀ ਨੂੰ ਬਣਾਇਆ ਗਿਆ ਬ੍ਰਾਂਡ ਐਂਬੈਸਡਰ ਹਾਂਜੀ ਹਾਂਜੀ ਰੋਜ਼ ਦਵਾਂਗੇ ਰੋਜ਼ ਦਾ ਇੱਕ ਕੁਐਸਚਨ ਦਵਾਂਗੇ ਟੈਨਸ਼ਨ ਨਾ ਲਾਓ ਦੀ ਚਲੋ ਅਗਲਾ ਸਵਾਲ ਤੇ ਵਿਰਾਟ ਕੋਲੀ ਕਿਹਨੇ ਲਿਖਿਆ ਪਹਿਲਾਂ ਵੀਰ ਕਿਹਨੇ ਲਿਖਤਾ ਵੀਰ ਗੁਰਮੀਤ ਸਿੰਘ ਦਾ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਹੈ ਗੁਰਮੀਤ ਸਿੰਘ ਦਾ ਕਿਹੜੀ ਇੰਡੀਅਨ ਫੀਮੇਲ ਹੈ ਜਿਹਨੂੰ ਰੈਂਕ ਕੀਤਾ ਗਿਆ ਹਾਈਐਸਟ ਇਨ ਇੰਡੀਆ ਜਿਹੜੀ ਫੌਬ ਦੀ ਰੈਂਕਿੰਗ ਹੋਈ 100 ਮੋਸਟ ਪਾਵਰਫੁਲ ਫੀਮੇਲ ਇਨ ਦਾ ਵਰਲਡ ਬਹੁਤ ਇੰਪੋਰਟੈਂਟ ਸਵਾਲ ਹੋ ਜਾਂਦਾ ਜਿਹੜੀ 100 ਮੋਸਟ ਪਾਵਰਫੁਲ ਊਮਨ ਇਨ ਦਾ ਵਰਲਡ ਦੀ ਸੂਚੀ ਆਈਏ ਉਹਦੇ ਵਿੱਚ ਕਿਹੜੀ ਇੰਡੀਆ ਨਾ ਜਿਹੜੀ ਟੌਪ ਤੇ ਰਹੀ ਨਿਰਮਲਾ ਸੀ타ਰਮਨ ਰੋਸ਼ਨੀ ਨਾਦਰ ਮਲਹੋਤਰਾ ਕਿਰਨ ਮਜ਼ਮੁੰਦਾਰ ਸ਼ੌਜਾਫਰ ਕਿਰਨ ਬੇਦੀ ਤਾਂ ਇਹਦਾ ਆਨਸਰ ਹੋ ਜਾਂਦਾ ਜੀ ਨਿਰਮਲਾ ਸੀ타ਰਮਨ ਤੇ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਆਇਆ ਤੁਸ਼ਾਰ ਅਰੋੜਾ ਦਾ ਆਨਸਰ ਆ ਸਭ ਤੋਂ ਪਹਿਲਾਂ ਨਿਰਮ ਚਲੋ ਅਗਲੇ ਸਵਾਲ ਵੱਲ ਚੱਲਦੇ ਹਾਂ ਸ਼ਿਖਰ ਸੇ ਪੁਕਾਰ ਇੱਕ ਡਾਕੂਮੈਂਟਰੀ ਫਿਲਮ ਹੈ ਇਹ ਕਿਹਦੇ ਨਾਲ ਰਿਲੇਟਡ ਹੈ ਬਹੁਤ ਇੰਪੋਰਟੈਂਟ ਸਵਾਲ ਹੋ ਜਾਂਦਾ ਅਕਤੂਬਰ ਦੇ ਕਰੰਟ ਅਫੇਅਰ ਨੇ ਦੁਬਾਰੇ ਕਹਿ ਦੇਣਾ ਮੈਂ ਸ਼ਿਖਰ ਸੇ ਪੁਕਾਰ ਕਾਦੇ ਨਾਲ ਰਿਲੇਟਡ ਹੈ ਡਾਕੂਮੈਂਟਰੀ ਗਰਲ এডੂਕੇਸ਼ਨ ਵਾਟਰ ਕਨ ਸਰਵੇਸ਼ਨ ਔਮਨ ਏਮਪਾਵਰਮੈਂਟ ਜਾਂ ਫਿਰ 에ਅਰ ਪੋਲਿਊਸ਼ਨ ਬਹੁਤ ਇੰਪੋਰਟੈਂਟ ਹੈ ਤਾਂ ਇਹਦਾ ਆਨਸਰ ਹੋ ਜਾਂਦਾ ਹੈ ਜੀ ਵਾਟਰ ਕਨ ਸਰਵੇਸ਼ਨ ਨਾਲ ਰਿਲੇਟਡ ਹੈ ਕੀ ਹੈ ਵਾਟਰ ਕਨ ਸਰਵੇਸ਼ਨ ਨਾਲ ਰਿਲੇਟਡ ਹੈ ਸ਼ਿਖਰ ਸੇ ਪੁਕਾਰ ਚਲੋ ਸਟੇ ਵਾਟਰ ਕੰਜ਼ਰਵੇਸ਼ਨ ਕਿਸ ਨੇ ਵੀ ਨਹੀਂ ਕੀਤਾ ਕੀਤਾ ਹੈ ਵਾਟੇ ਵਾਟੇ ਲਿਖਿਆ ਹੈ ਸਮਨਦੀਪ ਸਿੰਘ ਦਾ ਮੇਰੇ ਕੋਲ ਸਭ ਤੋਂ ਪਹਿਲਾ ਵਾਟਰ ਕਨਰਵੇਸ਼ਨ ਇੰਪੋਰਟੈਂਟ ਸਵਾਲ ਹੋ ਜਾਂਦਾ ਧਿਆਨ ਰੱਖਣਾ ਸਾਰਿਆਂ ਨੇ ਅਗਲਾ ਸਵਾਲ ਪੜੋ ਕੀ ਕਹਿੰਦੇ ਹੂ ਹੈਜ਼ ਵਨ ਦਾ 2021 ਦਾ ਯੂਐਸ ਓਪਨ men ਸਿੰਗਲ ਟਾਈਟਲ ਇਹ ਕੁਐਸਚਨ ਐਕਚੁਅਲੀ ਰਿਪੀਟ ਹੋ ਗਿਆ ਮੇਰੇ ਧਿਆਨ ਨਹੀਂ ਰਿਹਾ ਬਟ ਦੱਸੋ ਫਿਰ ਵੀ ਹੂ ਹੈਜ਼ ਵਨ ਦਾ 2021 ਦਾ ਯੂਐਸ ਓਪਨ men ਸਿੰਗਲ ਟਾਈਟਲ ਕਿਹਨੂੰ ਮਿਲਿਆ ਇੰਪੋਰਟੈਂਟ ਸਵਾਲ ਹੋ ਜਾਂਦਾ ਐਂਡੀ ਮਰਿਸਟੈਨ ਵੋਵਰਿੰਕਾ ਨੋਵਾਕ ਜੋਕੋਵਿਚ ਜਾਂ ਫਿਰ ਡੈਨੀਅਲ ਮੈਡਵੇਦੇ ਤਾਂ ਇਹਦਾ ਅੰਤਰ ਬਿਲਕੁਲ ਠੀਕ ਹੈ ਤੁਹਾਡਾ ਆਨਸਰ ਸਾਡਾ ਆਨਸਰ ਹੋਗਾ ਡੈਨੀਅਲ ਮੈਡ ਵਿਡਿਵ ਤੇ ਮੇਰੇ ਕੋਲ ਆਨਸਰ ਆਇਆ ਸਭ ਤੋਂ ਪਹਿਲਾਂ ਰਿਤਿਕਾ ਦਾ ਆਇਆ ਨਹੀਂ ਰਿਤਿਕਾ ਨਹੀਂ ਦਾ ਡੀ ਜੇ ਲਿਖਿਆ ਹੈ ਮੇਰੇ ਕੋਲ ਕਿਹਦਾ ਆਇਆ ਫਿਰ ਸਭ ਤੋਂ ਪਹਿਲਾ ਆਨਸਰ ਆਇਆ ਹੈ ਟਿੱਲੂ ਭਾਜੀ ਦਾ ਡੈਨੀ ਲਿਖਿਆ ਹੈ ਟਿੱਲੂ ਭਾਜੀ ਦਾ ਸਭ ਤੋਂ ਪਹਿਲਾ ਮੇਰੇ ਕੋਲ ਆਨਸਰ ਆਇਆ ਹੈ ਡੈਨੀ ਲਿਖਿਆ ਤਾਂ ਧਿਆਨ ਰੱਖਣਾ ਯੂ ਐਸ ਓਪਨ ਛੱਡ ਕੇ ਬਾਕੀ ਤਿੰਨੇ ਤਿੰਨੇ ਕਿਹੜੇ ਕਿਹੜੇ ਹੁੰਦੇ ਵਿੰਬਲਡਨ ਹੁੰਦੇ ਫਰੈਂਚ ਹੁੰਦਾ ਏ ਆਸਟ੍ਰੇਲੀਅਨ ਹੁੰਦਾ ਇਹ ਤਿੰਨੇ ਜਿੱਤੇ ਹਨ ਜੋਕੋਵਿਚ ਨੇ ਨੋਵਾਕ ਜੋਕੋਵਿਚ ਨੇ ਜਿੱਤੇ ਹਨ ਸਿਰਫ ਯੂਐਸ ਓਪਨ ਜਿੱਤੇ ਡੈਨੀਅਲ ਮੈਡਵਿਡ ਦੇ ਨੇ ਰਸ਼ੀਆ ਤੋਂ ਐ ਇਹ ਗੱਲ ਧਿਆਨ ਰੱਖਣੀ ਹੈ ਤੇ ਜਿਹੜਾ ਜੋਕੋਵਿਚ ਭਾਜੀ ਨੇ ਇਹ ਸਰਬੀਆ ਤੋਂ ਨੇ ਇਹ ਗੱਲ ਧਿਆਨ ਰੱਖਣੀ ਹੈ ਤੁਸੀਂ ਸਿਰਫ ਯੂਐਸ ਓਪਨ ਹੈ ਜਿਹੜਾ ਕਿ ਡੈਨੀਅਲ ਮੈਡਵਿਡ ਦੇ ਨੇ ਜਿੱਤੇ ਤੇ ਬਾਕੀ ਸਾਰੇ ਜਿੱਤੇ ਹਨ ਜੋਕੋਵਿਚ ਨੇ ਇਹ ਗਲਤੀ ਨਾ ਕਰੋ ਪਹਿਲਾ ਸਵਾਲ ਕਰਾ ਚੁੱਕਾ ਇਸੇ ਗੱਲ ਤੇ ਇੱਕ ਵਾਰ ਸੈਸ਼ਨ ਨੂੰ ਕਰ ਦੋ ਲਾਈਕ ਜਿੰਨੇ ਵੀ ਬੱਚੇ ਆਏ ਨੇ ਨਵੇਂ ਵਿੜੋੜੇ ਨੇ ਪੁਰਾਣੇ ਜੋੜੇ ਨੇ ਲਾਈਕ ਨਹੀਂ ਕੀਤਾ ਤਾਂ ਸੈਸ਼ਨ ਨੂੰ ਕਰ ਦੋ ਲਾਈਕ ਚਲੋ डैश इज अ सिंगल विंडो सिस्टम फॉर फैसिलिटेटिंग द रजिस्ट्रेशन प्रोसेस ऑफ एमएसएमई एमएसएमई दी रजिस्ट्रेशन प्रक्रिया दी सहूलियत ले एक सिंगल विंडो सिस्टम है की ना सिंगल विंडो सिस्टम दा साथ विकास चैंपियन या वॉरियर्स साथ विकास चैंपियन या वॉरियर्स ता एदा अंतर हो जाएगा जी ਚੈਂਪੀਅਨ ਇੱਕ ਸਿੰਗਲ ਵਿੰਡੋ ਸਿਸਟਮ ਹੈ ਫੈਸਿਲੀਟੇਟ ਕਰਦਾ ਹੈ ਰਜਿਸਟ੍ਰੇਸ਼ਨ ਪ੍ਰੋਸੈਸ ਫਾਰ ਐਮ ਐਸ ਐਮਈ ਐਮ ਐਸ ਐਮਈ ਮਤਲਬ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਤੇ ਮੇਰੇ ਕੋਲ ਸਭ ਤੋਂ ਪਹਿਲਾ கரੈਕਟ ਆਨਸਰ ਆਇਆ ਸੁਮਨਦੀਪ ਸਿੰਘ ਦਾ ਬਾਈ ਬਾਈ ਸਾਰੇ ਵੱਕਪ ਕਰੋ ਯਾਰ ਸਾਰੇ ਛੇਤੀ ਛੇਤੀ ਕਰੋ ਸੁਮਨਦੀਪ ਸਿੰਘ ਦੀ ਕੱਲ ਵੀ ਫੋਟੋ ਆਈ ਸੀ ਅੱਜ ਵੀ ਫੋਟੋ ਅੱਜ ਫਿਰ ਕੱਲ ਵੀ ਆਜੂਗੀ ਵਧੀਆ ਗੱਲ ਹੈ ਬਾਈ ਦੀ ਤਿਆਰੀ ਵਧੀਆ ਹੋ ਰਹੀ ਤੁਸੀਂ ਦੇਖ ਰਹੇ ਹੋ ਬਾਈ ਨੇ ਅਗਲੇ ਪੇਪਰ ਚ ਕੀ ਕਰਨਾ ਦੇਖਦੇ ਹੋ ਨੇ ਟਿਕ ਮਾਰ ਦੇਣਾ ਤੁਸੀਂ ਵੀ ਇਦਾਂ ਕਰੋ ਕੋਸ਼ਿਸ਼ ਕਰੋ ਛੇਤੀ ਛੇਤੀ ਆਨਸਰ ਕਰਨ ਦੀ கரੈਕਟ ਆਨਸਰ ਕਰਨ ਦੀ ਚਲੋ ਅੱਗੇ ਚੱਲਦੇ ਹਾਂ ਫੁੱਲ ਫਾਰਮ ਆਫ ਨੀਤੀ ਆਯੋਗ ਇਹ ਤੁਹਾਨੂੰ ਵੈਸੇ ਪਤਾ ਕਿਉਂਕਿ ਤੁਹਾਡੇ ਐਕਸਾਈਜ਼ ਇੰਸਪੈਕਟਰ ਦੇ ਪੇਪਰ ਚ ਸਵਾਲ ਆਇਆ ਹੋਇਆ ਸੀ ਤੇ ਕੁਝ ਨਹੀਂ ਪਤਾ ਰਿਪੀਟ ਵੀ ਹੋ ਸਕਦਾ ਨੀਤੀ ਆਯੋਗ ਦੀ ਫੁੱਲ ਫਾਰਮ ਕੀ ਹੋ ਜੂਗੀ ਨਾ ਚਾਰਾਂ ਚੋਂ ਇਹਦਾ ਅੰਤਰ ਹੋ ਜਾਊਗਾ ਜੀ ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ ਯਾਨੀ ਕਿ 3 ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ ਇੱਕ ਗੱਲ ਵੱਲ ਧਿਆਨ ਰੱਖਣਾ ਹੈ ਅਸੀਂ ਤੇ ਸੁਮਨਦੀਪ ਸਿੰਘ ਜੀ ਦਾ ਫੇਰ ਮੇਰੇ ਕੋਲ ਸਭ ਤੋਂ ਪਹਿਲਾਂ ਆ ਗਿਆ 835 ਦਾ ਤਿੰਨ ਲਿਖ ਕੇ ਪਤਾ 22 ਜੀ ਨੇ ਠੀਕ ਹੈ ਧਿਆਨ ਰੱਖਣਾ ਹੈ ਨੈਸ਼ਨਲ ਇੰਸਟੀਟਿਊਸ਼ਨ ਹੈ ਇਹ ਟਿਊਸ਼ਨ ਹੈ ਟਿਊਸ਼ਨ ਹੈ ਨੈਸ਼ਨਲ ਇੰਸਟੀਟਿਊਟ ਨਹੀਂ ਹੈ ਟਰਾਂਸਮਿਟਿੰਗ ਇੰਡੀਆ ਨਹੀਂ ਹੈ ਟਰਾਂਸਫਾਰਮਿੰਗ ਇੰਡੀਆ ਨੈਸ਼ਨਲ ਇੰਸਟੀਟਿਊਸ਼ਨ ਹੈ ਆਪਾਂ ਟਿਊਟ ਵੀ ਕਰਕੇ ਆ ਜਾਂਦੇ ਧਿਆਨ ਨਹੀਂ ਰਹਿੰਦਾ ਸਾਡੇ ਉਹ ਕੋਈ ਚੱਕਰ ਨਹੀਂ ਚਲੋ ਨੈਕਸਟ ਚਲਦੇ ਆ ਮਿਡ-ਡੇ ਮੀਲ ਸਕੀਮ ਦਾ ਨਾਮ ਰੀਨੇਮ ਕਰਕੇ ਹੁਣ ਕੀ ਰੱਖਦਾ ਇੰਪੋਰਟੈਂਟ ਸਵਾਲ ਹੋ ਜਾਂਦਾ ਪੀਐਮ ਪੋਸ਼ਨ ਫੂਡ ਕੁਸਮ ਜਾਂ ਫਿਰ ਨਿਸ਼ਠਾ ਪੋਸ਼ਨ ਫੂਡ ਕੁਸਮ ਜਾਂ ਫਿਰ ਨਿਸ਼ਠਾ ਇਹਦਾ ਕੀ ਅੰਤਰ ਹੋ ਜਾਊਗਾ ਮਿਡ-ਡੇ ਮੀਲ ਸਕੀਮ ਦਾ ਨਾਂ ਚੇਂਜ ਕਰਤਾ ਤਾਂ ਨਾਂ ਹੋ ਗਿਆ ਇਹਦਾ ਪੀਐਮ ਪੋਸ਼ਨ ਤੇ ਪੀਐਮ ਪੋਸ਼ਨ ਦੀ ਫੁੱਲ ਫਾਰਮ ਯਾਦ ਕਰਨੀ ਪ੍ਰਧਾਨ ਮੰਤਰੀ ਪੋਸ਼ਨ ਸ਼ਕਤੀ ਨਿਰਮਾਣ ਯੋਜਨਾ ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ ਯੋਜਨਾ ਤੇ ਮੇਰੇ ਕੋਲ ਦੁਬਾਰੇ ਆਨਸਰ ਸਭ ਤੋਂ ਪਹਿਲਾਂ ਆ ਗਿਆ ਸੁਮਨਦੀਪ ਸਿੰਘ ਜੀ ਦਾ ਇਹ ਗੱਲ ਧਿਆਨ ਰੱਖਣੀ ਹੈ ਮਿਡ-ਡੇ ਮੀਲ ਸਕੀਮ ਪੀਐਮ ਪੋਸ਼ਣ ਨਾ ਹੋ ਚੁੱਕਿਆ ਉਹਦਾ ਤੇ ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ ਯੋਜਨਾ ਹੈ ਨਾ ਇਹ ਗੱਲ ਧਿਆਨ ਰੱਖਣੀ ਹੈ ਤੇ ਦੁਬਾਰੇ ਦੱਸ ਦਈਏ ਜਿਹੜੇ ਨਵੇਂ-ਨਵੇਂ ਜੁੜੇ ਨੇ ਇਹ ਅਕਤੂਬਰ ਤੇ ਨਵੰਬਰ ਦੇ ਕਰੰਟ ਅਫੇਅਰ ਹੋਣੇ ਆ ਤੇ ਅਗਲੀ 2-3 ਕਲਾਸਾਂ ਹੋਰ ਸਿਰਫ ਅਕਤੂਬਰ ਤੇ ਨਵੰਬਰ ਦੇ ਹੀ ਕਰੰਟ ਅਫੇਅਰ ਹੋਣੇ ਤੇ ਤੁਹਾਡੇ ਪੀ ਟ੍ਰਿਪਲ ਐਸਬੀ ਕਲਰਕ ਦੀ ਗੱਲ ਕਰ ਲਈਏ ਇਆ ਫਿਰ ਤੁਹਾਡੇ PPC cooperative inspector ਦੀ ਗੱਲ ਕਰ ਲਈਏ ਇਹਦੇ ਅੰਦਰ ਤਾਂ ਆਣੇ ਹੀ ਅਕਤੂਬਰ ਤੇ ਨਵੰਬਰ ਦੇ ਹਨ ਤੇ PPC ਚ ਅਕਤੂਬਰ ਨਵੰਬਰ ਤੇ ਦਸੰਬਰ ਦੇ ਹੀ ਆਣੇ ਇਹਦੇ ਅੰਦਰ ਸੱਤ ਨਵੇਂ ਮਹੀਨੇ ਦਾ ਆਉਂਦਾ ਹੁੰਦਾ ਮੋਸਟ ਨਾ ਤੇ ਅਕਤੂਬਰ ਨਵੰਬਰ ਤੇ ਦਸੰਬਰ ਤਾਂ ਤੁਹਾਡੇ ਲਈ ਬਹੁਤ ਇੰਪੋਰਟੈਂਟ ਕਲਾਸਾਂ ਨੇ ਕੋਈ ਨਾ ਮਿਸ ਕਰੇ ਜੇ ਕੋਈ ਮਿਸ ਕਰ ਰਿਹਾ ਉਹਨੂੰ ਦੱਸੇ ਜਾ ਕੇ ਵੀ 8am ਵਾਲੀ ਕਰੰਟ ਅਫੇਅਰ ਦੀ ਕਲਾਸ ਕੋਈ ਗਲਤੀ ਤੋਂ ਨਾ ਮਿਸ ਕਰੇ ਚਲੋ ਨੈਕਸਟ ਸਵਾਲ ਵੱਲ ਚੱਲਦੇ ਹਾਂ ਇੰਡੀਆ ਦਾ ਪਹਿਲਾ ਅਟਲ ਇਨੋਵੇਸ਼ਨ ਸੈਂਟਰ ਕਿੱਥੇ ਲਾਂਚ ਕੀਤਾ ਗਿਆ ਸਾਰੇ ਸਵਾਲ ਮੈਂ ਕਰਾ ਚੁੱਕਾ ਆਪਣੀ ਕਰੰਟ ਅਫੇਅਰ ਦੀ ਡੇਲੀ ਡੇਲੀ ਕਰੰਟ ਅਫੇਅਰ ਵਾਲੀ ਕਲਾਸ ਹੁੰਦੀ ਹੈ ਦਿੱਲੀ ਮੁੰਬਈ ਜੈਪੁਰ ਜਾਂ ਫਿਰ ਸ਼ਿਮਲਾ ਪਹਿਲਾ ਅਟਲ ਇਨੋਵੇਸ਼ਨ ਸੈਂਟਰ ਕਿੱਥੇ ਲਾਂਚ ਕੀਤਾ ਗਿਆ ਦਿੱਲੀ ਮੁੰਬਈ ਜੈਪੁਰ ਜਾਂ ਸ਼ਿਮਲਾ ਤਾਂ ਇਹਦਾ ਅੰਤਰ ਹੋ ਜਾਊਗਾ ਜੀ ਜੈਪੁਰ ਹੋ ਜਾਊਗਾ ਆਨਸਰ ਕੀ ਹੋ ਜਾਊਗਾ ਜੈਪੁਰ ਵਿਵੇਕਾਨੰਦਾ ਗਲੋਬਲ ਯੂਨੀਵਰਸਿਟੀ ਜੈਪੁਰ ਵਿੱਚ ਗਰੁੱਪ ਵਿਵੇਕਾਨੰਦਾ ਗਲੋਬਲ ਯੂਨੀਵਰਸਿਟੀ ਵਿੱਚ ਇੰਡੀਆ ਦਾ ਪਹਿਲਾ ਅਟਲ ਇਨੋਵੇਸ਼ਨ ਸੈਂਟਰ ਲਾਂਚ ਕੀਤਾ ਗਿਆ ਤੇ ਮੇਰੇ ਕੋਲ ਸਭ ਤੋਂ ਪਹਿਲਾਂ ਜੇ ਕਿਨੇ ਲਿਖਿਆ ਹੈ ਜੇ ਜੈ ਲਿਖਿਆ ਸਭ ਤੋਂ ਪਹਿਲਾਂ ਤੁਸ਼ਾਰ ਅਰੋੜਾ ਨੇ ਲਿਖਿਆ ਮੇਰੇ ਕੋਲ ਜੈ ਤੁਸ਼ਾਰ ਅਰੋੜਾ ਦੇ ਹੋਗੇ ਤਿੰਨ ਇੱਕ ਗੱਲ ਧਿਆਨ ਰੱਖੋ ਡੇਲੀ ਕਰੰਟ ਅਫੇਅਰ ਕਲਾਸ ਤਾਂ ਮਿਸ ਨਹੀਂ ਕਰਨੀ ਜਿੱਦਾਂ ਇਹ ਵਾਲਾ 1000 ਕੁਸ਼ਨ ਵਾਲੀ ਸੀਰੀਜ਼ ਨਿਕਲ ਗਈ ਡੇਲੀ ਕਰੰਟ ਅਫੇਅਰ ਕਲਾਸ ਨਹੀਂ ਮਿਸ ਕਰਨੀ ਕਿਉਂਕਿ ਜਿਹੜੇ ਸਾਰੇ ਕੁਐਸਚਨ ਨੇ ਡੇਲੀ ਕਰੰਟ ਅਫੇਅਰ ਕਲਾਸ ਚ ਹੋ ਚੁੱਕੇ ਆ ਜੇ ਤੁਸੀਂ ਉਹ ਕਲਾਸ ਲਈ ਹੁੰਦੀ ਤੇ ਅੱਜ ਆਏ ਹੁੰਦੇ ਤੁਹਾਡੇ ਦਿਮਾਗ ਚ ਥੋੜਾ ਥੋੜਾ ਜ਼ਰੂਰ ਰਹਿੰਦਾ ਰਿਵੀਜ਼ਨ ਜੀ ਕਿ ਹਾਂ ਇਹ ਮੈਂ ਕੀਤਾ ਹੋਇਆ ਸ਼ਾਇਦ ਹੁਣ ਤੁਸੀਂ ਪਹਿਲੀ ਵਾਰ ਪੜ੍ਹ ਰਹੇ ਹੋ ਤਾਂ ਤੁਹਾਡੇ ਲਈ ਥੋੜਾ ਜਿਹਾ ਔਖਾ ਲੱਗਦਾ ਤਾਂ ਇਹ ਧਿਆਨ ਰੱਖੋ ਚਲੋ ਅਗਲੇ ਸਵਾਲ ਵੱਲ ਚੱਲਦੇ ਆਂ ਫਿਰ ਦ ਬੁੱਕ 400 ਡੇਜ਼ ਹੈਜ਼ ਬੀਨ ਆਥਰਡ ਬਾਏ ਕਿਤਾਬ ਦਾ ਨਾਮ ਹੈ 400 ਦਿਨ ਤੇ ਬਹੁਤ ਇੰਪੋਰਟੈਂਟ ਪਰਸਨੈਲਿਟੀ ਨੇ ਲਿਖੀ ਹੈ ਨਾ ਕਿ ਇਹ ਪਰਸਨੈਲਿਟੀ ਦਾ ਰਮੇਸ਼ ਬਾਬੂ ਇੰਦਰਾ ਨੂਈ ਕਰੀਨਾ ਕਪੂਰ ਜਾਂ ਫਿਰ ਚੇਤਨ ਭਗਤ ਬੁੱਕ ਦਾ ਨਾਮ ਹੈ 400 ਦਿਨ ਇਹ ਕਿਹਨੇ ਲਿਖੀ ਹੈ ਚੇਤਨ ਭਗਤ ਨੇ ਕਰੀਨਾ ਕਪੂਰ ਨੇ ਰਮੇਸ਼ ਬਾਬੂ ਜਾਂ ਫਿਰ ਇੰਦਰਾ ਨੂਈ ਨੇ ਤਾਂ ਇਹਦਾ ਅੰਤਰ ਹੋ ਜਾਂਦਾ ਜੀ ਚੇਤਨ ਭਗਤ ਹੋ ਜਾਂਦਾ ਅਨਸਰ ਬਿਲਕੁਲ ਠੀਕ ਹੈ ਅਨਸਰ ਸੁਮਨਦੀਪ ਦਾ ਅਜ ਤੱਕ ਸੁਮਨਦੀਪ ਭਾਜੀ ਕਰ ਰਹੇ ਨੇ ਜਿੱਦਾਂ ਨਿਕਿਤਾ ਮੈਡਮ ਕਰਦੇ ਸੀ ਉਹ ਉਹ ਵੀ ਪਹਿਲਾਂ ਹੀ ਅਨਸਰ ਕਰ ਦਿੰਦੀ ਹੁੰਦੀ ਸੀ ਸਭ ਤੋਂ ਪਹਿਲਾਂ ਉਹਦਾ ਅਨਸਰ ਆਉਂਦਾ ਸੀ ਤੇ ਸੁਮਨਦੀਪ ਤੇ ਹੋ ਗਏ ਹੁਣ 8 ਛੇਤੀ ਛੇਤੀ ਕਰੋ ਯਾਰ ਕਿਸੇ ਦਾ ਵੀ ਨਾ ਆ ਸਕਦਾ ਤੁਸੀਂ ਚਲੋ ਐ ਕਰਦੇ ਆ ਸੁਮਨਦੀਪ ਨਾਲ ਇੱਕ ਹੋਰ ਦਾ ਨਾਮ ਲੈ ਲਾਂਗੇ ਜੇ ਤੁਸੀਂ ਕਹਿ ਰਹੇ ਕਿ ਸੁਮਨਦੀਪ ਦਾ ਬਹੁਤ ਛੇਤੀ ਅਨਸਰ ਆ ਰਿਹਾ ਸੁਮਨਦੀਪ ਜੀ ਫਸਟ ਐਂਡ ਸੈਕੰਡ ਵਾਲਾ ਵੀ ਪਿਕ ਕਰ ਲਾਂਗੇ ਦੋਨੇ ਪਿਕ ਕਰ ਲਾਂਗੇ ਚਲੋ ਇੰਨਾ ਕਰ ਸਕਦਾ ਮੈਂ ਜੇ ਤੁਹਾਨੂੰ ਸਾਰਿਆਂ ਨੂੰ ਮਲਾਲ ਹੋ ਰਿਹਾ ਠੀਕ which insurance company has decided to file ipo papers with sebi security and exchange board of india nal lic life insurance corporation keh zindagi ke sath bhi zindagi ke baad bhi inanne keha ipo parna hai initial public offering yani ki assi share kat dene market te tusi vi khareed sakde ho lic ne kehta hai life insurance corporation ne kehta haan ji eta main pehla hi answer deta pata mainu mere dhyan nahi reha ਮੈਂ ਕੁਐਸਚਨ ਐਕਚੁਅਲੀ ਭੁੱਲ ਗਿਆ ਆਪ ਹੀ ਬਣਾ ਕੇ ਐਲ ਆਈ ਸੀ ਆਨਸਰ ਇਹਦਾ ਇੱਕ ਆਟਾ ਹੈ ਇੱਕ ਆਟਾ ਹੈ ਦਾ ਐਲ ਆਈ ਸੀ ਹੈ ਇਹਦਾ ਆਨਸਰ ਚਲੋ ਕਿਹੜੀ ਕੰਟਰੀ ਨੇ ਲੀਗਲਾਈਜ਼ ਕਰਤੀ ਸੇਮ ਸੈਕਸ ਮੈਰਿਜ ਵਿਚ ਕੰਟਰੀ ਹੈਜ਼ ਰੀਸੈਂਟਲੀ ਲੀਗਲਾਈਜ਼ਡ ਸੇਮ ਸੈਕਸ ਮੈਰਿਜ ਇੰਪੋਰਟੈਂਟ ਸਵਾਲ ਹੋ ਜਾਂਦਾ ਤੁਸੀਂ ਸਾਰਿਆਂ ਲਈ ਸਵਿਟਜ਼ਰਲੈਂਡ ডেনমার্ক লিশোটো ਜਾਂ ਫਿਰ ਜਰਮਨੀ ਕਿਹੜੀ ਕੰਟਰੀ ਨੇ ਲੀਗਲਾਈਜ਼ ਕਰਤੀ ਸੇਮ ਸੈਕਸ ਮੈਰਿਜ ਸਵਿਟਜ਼ਰਲੈਂਡ ਡੈਨਮਾਰਕ ਲਿਸ਼ੋਟੋ ਜਾਂ ਫਿਰ ਜਰਮਨੀ ਤਾਂ ਅੰਤਰ ਹੋ ਜਾਂਦਾ ਹੈ ਦਾ ਸਵਿਟਜ਼ਰਲੈਂਡ ਨੇ ਕਰਤੀ ਤੇ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਆਇਆ ਸਹੀ ਆਨਸਰ ਹੈ ਤੁਸ਼ਾਰ अरोड़ा ਦਾ ਆਨਸਰ ਆਇਆ ਤੁਸ਼ਾਰ अरोड़ा ਦਾ ਮੇਰੇ ਕੋਲ ਸਭ ਤੋਂ ਪਹਿਲਾ கரੈਕਟ ਆਨਸਰ ਹੈ ਤੁਸ਼ਾਰ अरोड़ा ਦੇ ਹੋਗੇ 4 ਸੁਮਨਦੀਪ ਦੇ ਹੋਗੇ 8 ਆकांक्षा ਦੇ ਨੇ 2 ਚਲੋ which state announced to open digital de addiction center for children ਕਿਹੜੀ ਸਟੇਟ ਨੇ ਕਿਹਾ ਅਸੀਂ ਖੋਲਾਂਗੇ ਡਿਜੀਟਲ ਡੀ ਐਡਿਕਸ਼ਨ ਸੈਂਟਰ ਬਹੁਤ ਵਾਇਰਡ ਦਾ ਤਾਂ ਕਿ ਸਾਡੇ ਲਈ ਇੰਪੋਰਟੈਂਟ ਸਵਾਲ ਹੋ ਜਾਂਦਾ ਹੈ ਕਰਨਾਟਕਾ ਕੇਰਲਾ ਜੇ ਐਂਡ ਕੇ ਜਾਂ ਫਿਰ ਕੋਈ ਵੀ ਨਹੀਂ ਕਰਨਾਟਕਾ ਕੇਰਲਾ ਜੇ ਐਂਡ ਕੇ ਜਾਂ ਫਿਰ ਕੋਈ ਵੀ ਨਹੀਂ ਤਾਂ ਇਹਦਾ ਅੰਤਰ ਤੁਹਾਡੇ ਸਾਹਮਣੇ ਹੋ ਜਾਂਦਾ ਹੈ ਕੇਰਲਾ ਨੇ ਕਿ ਕਹਿ ਰਹੇ ਹੈ ਕਿ ਡਿਜੀਟਲ ਡੀ ਐਡਿਕਸ਼ਨ ਸੈਂਟਰ ਮੇਰੇ ਕੋਲ ਸਭ ਤੋਂ ਪਹਿਲਾ கரੈਕਟ ਆਨਸਰ ਆਇਆ ਤੁਸ਼ਾਰ ਅਰੋੜਾ ਦਾ ਹੈ ਤੁਸ਼ਾਰ ਅਰੋੜਾ ਦਾ ਇਸੇ ਗੱਲ ਤੇ ਇੱਕ ਵਾਰੀ ਜੇ ਕਿਤੇ ਕਰ ਸਕਦੇ ਮੈਨੂੰ ਪਤਾ ਥੋੜਾ ਜਿਹਾ ਔਖਾ ਰਹਿੰਦਾ ਕਹਿੰਦੇ ਸ਼ੇਅਰ ਕਰੀਏ ਤਾਂ ਕਰੀਏ ਕਿੱਥੇ ਫੇਰ ਵੀ ਛੋਟੀ ਜਿਹੀ ਗੁਜ਼ਾਰਿਸ਼ ਹੈ ਜੇ ਕਰ ਸਕਦੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਸ਼ੇਅਰ ਨਹੀਂ ਕਰ ਸਕਦੇ ਤੁਸੀਂ ਤਾਂ ਲਾਈਕ ਤਾਂ ਸੈਸ਼ਨ ਨੂੰ ਕਰਦੇ ਹੀ ਜਾਓ ਬਟ ਇੱਕ ਵਾਰ ਕਰਨਾ ਦੋ ਵਾਰ ਕਰੋਗੇ ਐਦਾਂ ਹੋ ਕੇ ਐ ਨਾ ਹੋ ਜੇ ਹੋ ਠੀਕ ਹੈ ਚਲੋ ਹਾਂਜੀ ਕਿਹੜੀ ਸਟੇਟ ਦੇ ਸੋਜਤ ਮਹਿੰਦੀ ਨੂੰ ਜੀਆਈ ਟੈਗ ਦਿੱਤਾ ਇੰਪੋਰਟੈਂਟ ਸਵਾਲ ਹੋ ਜਾਂਦਾ ਦੁਬਾਰੇ ਇੱਕ ਸੋਜਤ ਮਹਿੰਦੀ ਇਹ ਸੋਜਤ ਇੱਕ ਥਾਂ ਦਾ ਨਾਮ ਹੈ ਉਹਨਾਂ ਨੇ ਸੋਜਤ ਮਹਿੰਦੀ ਨੂੰ ਜੀਆਈ ਟੈਗ ਦਿੱਤਾ ਕਿਹੜੇ ਰਾਜ ਦੀ ਹੈ ਸੋਜਤ ਮਹਿੰਦੀ ਕਰਨਾਟਕਾ ਕੇਰਲਾ ਜੇ ਐਂਡ ਕੇ ਜਾਂ ਰਾਜਸਥਾਨ ਕਰਨਾਟਕਾ ਕੇਰਲਾ ਜੇ ਐਂਡ ਕੇ ਜਾਂ ਫਿਰ ਰਾਜਸਥਾਨ ਹੋ ਜਾਂਦਾ ਤਾਂ ਇਹਦਾ ਆਨਸਰ ਬਿਲਕੁਲ ਸਹੀ ਹੋ ਜਾਂਦਾ ਰਾਜਸਥਾਨ ਦੀ ਹੈ ਕਿਹੜੀ ਸੋਜਤ ਮਹਿੰਦੀ ਸੋਜਤ ਮਹਿੰਦੀ ਜੀ ਇੱਕ ਕੁਐਸਚਨ ਦੇਖੋ ਪਹਿਲਾਂ ਕਿ ਤੁਸ਼ਾਰ ਹਰਿਸ਼ਗਰ ਹਰੀਸ਼ਗਰ ਕਹ ਰਹੇ ਲਾ ਬਈ ਤੇਰੇ ਲਈ ਦੇਖ ਲੈਨੇ ਕੈਰੇਲਾ 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 ਮੇਰੇ ਕੋਲ ਸਭ ਤੋਂ ਪਹਿਲਾਂ ਤੁਸ਼ਾਰ ਅਰੋੜਾ ਦਾ ਹੀ ਆ ਕੈਰੇਲਾ ਤੇ ਤੋਂ ਬਾਅਦ ਹਾਂ ਸੁਚਾਰ ਅਰੋੜਾ ਤੋਂ ਬਾਅਦ ਆਇਆ ਮੇਰੇ ਕੋਲ ਹਰੀਸ਼ਗਰ ਦਾ ਕੈਰਲਾ ਚਲੋ ਇਹਦਾ ਆਨਸਰ ਕੀ ਹੋ ਜੂਗਾ ਰਾਜਸਥਾਨ ਹੋ ਜੂਗਾ ਆਨਸਰ ਇਹਦਾ ਤੇ ਰਾਜਸਥਾਨ ਦੇਖਾ ਤੁਹਾਡੇ ਚੱਕਰ ਚ ਰਾਜਸਥਾਨ ਵਾਲਾ ਸਵਾਲ ਰਹਿ ਗਿਆ ਸੀ ਤਾਂ ਮੇਰੇ ਕੋਲ ਸਭ ਤੋਂ ਪਹਿਲਾਂ ਰਾਜਸਥਾਨ ਆਇਆ ਆਨਸਰ ਆਰ ਏ ਜੇ ਲਿਖਿਆ ਹੈ ਸੀਮਾ ਨਾਇਕ ਦਾ ਆਨਸਰ ਹੈ ਸਭ ਤੋਂ ਪਹਿਲਾਂ ਮੇਰੇ ਕੋਲ ਸੀਮਾ ਨਾਇਕ ਨੂੰ ਵਧਾਈਆਂ ਸੋਜਤ ਮਹਿੰਦੀ ਰਾਜਸਥਾਨ ਦਾ ਹੈ ਸੀਮਾ ਨਾਇਕ ਹਾਂਜੀ ਰੋਡ੍ਰੀਗੋ ਡੂਟੇਟ ਨੇ ਕਿਹਾ ਵੀ ਅਗਲੇ ਸਾਲ ਜਿਹੜੇ 2022 ਦੇ ਇਲੈਕਸ਼ਨ ਹੋਣੇ ਉਹਨੇ ਪ੍ਰੈਜ਼ੀਡੈਂਟ ਰੈਜ਼ਿਡੈਂਸੀ ਤੋਂ ਉਹਨੇ ਰਿਜ਼ਾਈਨ ਦੇ ਦੇਣਾ ਉਹਨੇ ਅੱਗੇ ਹੋਰ ਨਹੀਂ ਖੜਾ ਹੋਣਾ ਤਾਂ ਕਿੱਥੋਂ ਦੇ ਨੇ ਰੋਡ੍ਰੀਗੋ ਡੂਟੇਟ ਨੇ ਨਹੀਂ ਨੇਪਾਲ ਦੇ 몰ਦੀਵਜ਼ ਦੇ ਫਿਲੀਪੀਨਜ਼ ਜਾਂ ਫਿਰ ਬ੍ਰਾਜ਼ੀਲ ਦੇ ਕਿੱਥੋਂ ਦੇ ਨੇ ਰੋਡ੍ਰੀਗੋ ਡੂਟੇਟ GI ਦੀ फुल फॉर्म ਹੁੰਦੀ ਹੈ ਜੀਓਗ੍ਰਾਫੀਕਲ ਇੰਡੀਕੇਸ਼ਨ ਇਹ ਹੁੰਦਾ ਕਿ ਮੰਨ ਲਓ ਦੇਖੋ ਯਾਰ ਆਪਾਂ ਰਾਈਸ ਦੀ ਗੱਲ ਕਰਦੇ ਆਂ ਰਾਈਸ ਪੰਜਾਬ ਚ ਵੀ ਲੱਗਦੀ ਹੈ ਰਾਈਸ ਮੱਧ ਪ੍ਰਦੇਸ਼ ਚ ਵੀ ਲੱਗਦੀ ਹੈ ਬਟ ਇੱਕ ਤਰ੍ਹਾਂ ਦੀ ਰਾਈਸ ਹੁੰਦੀ ਹੈ ਜਿਹੜੀ ਉੱਧਰ ਹੀ ਲੱਗਦੀ ਹੈ ਮੱਧ ਪ੍ਰਦੇਸ਼ ਕਿਉਂਕਿ ਉੱਧਰ ਤੇ ਮਿੱਟੀ ਅੱਡਾ ਉੱਧਰ ਦਾ ਮੌਸਮ ਅੱਡਾ ਤਾਂ ਉੱਧਰ ਦੀ ਰਾਈਸ ਤੇ ਕੁਝ ਅੱਡ ਕੁਝ ਅਲੱਗ ਨਿਊਟ੍ਰੀਐਂਟਸ ਨੇ ਅਲੱਗ ਖੁਸ਼ਬੂ ਹੈ ਤੇ ਪੰਜਾਬ ਵਾਲੀ ਰਾਈਸ ਸ ਅਲੱਗ ਖੁਸ਼ਬੂ ਹੈ ਤਾਂ ਜਿਹੜੀ ਮੱਧ ਪ੍ਰਦੇਸ਼ ਵਾਲੀ ਰਾਈਸ ਹੈ ਉਹਨੂੰ ਉਸ ਨਾਮ ਤੋਂ ਜੀਆਈ ਟੈਗ ਮਿਲੂਗਾ ਤੇ ਪੰਜਾਬ ਵਾਲੀ ਰਾਈਸ ਨੂੰ ਉਸ ਨਾਮ ਤੋਂ ਮਿਲੂਗਾ ਤਾਂ ਰੋਟੇਟਿਕ ਡੋਟੇਟ ਤੇ ਇਹ ਨੇ ਪ੍ਰੈਜ਼ੀਡੈਂਟ ਬੱਚੇ ਨੇ ਮਾਲਦੀਵਸ ਕੀਤਾ ਪਤਾ ਨਹੀਂ ਕਿਉਂ ਕੀਤਾ ਮਾਲਦੀਵਸ ਬੱਚੇ ਨੇ ਤੇ ਮੇਰੇ ਕੋਲ ਦੇਖੋ ਸਭ ਤੋਂ ਪਹਿਲਾ ਆਨਸਰ ਹੈ ਇੱਕ ਤਾਂ ਸੁਮਨਦੀਪ ਸਿੰਘ ਦਾ ਆਨਸਰ ਹੈ ਦੂਜਾ ਆਪਾਂ ਲੈ ਲੈਨੇ ਅੱਜ ਮੁਸਕਾਨ ਇਨਸਾ ਦਾ ਦੋ ਲੈਨੇ ਸੁਮਨਦੀਪ ਦੇਖ ਰਿਹਾ ਤੋ ਕੰਪੀਟੀਸ਼ਨ ਦੇਖ ਰਿਹਾ ਸੜ ਰਹੇ ਨੇ ਬੱਚੇ ਦੇਖੋ ਸੜੋ ਨਾ ਛੇਤੀ ਆ ਰਿਹਾ ਬਾਈ ਦਾ ਆਨਸਰ ਕੋਈ ਗੱਲ ਨਹੀਂ ਥੋੜਾ ਘਟੋ ਘਟ ਸਹੀ ਤਾਂ ਆ ਰਿਹਾ ਹੈ ਅੱਜ ਨਹੀਂ ਕੱਲ ਤੁਹਾਡਾ ਉੱਤੇ ਆ ਜਾਊਗਾ ਅਸੀਂ ਮੈਨ ਐਂਡ ਦੀ ਕਲਾਸ ਐਂ ਕਰਾਂਗੇ ਸਾਰਿਆਂ ਦੀ ਮੈਂ ਫੋਟੋਆਂ ਲਵਾ ਲੈਣੀ ਟੌਪ 10 ਬੱਚਿਆਂ ਦੀ ਤੁਸੀਂ ਟੈਨਸ਼ਨ ਨਾ ਲਓ ਕਿਸੇ ਤੋਂ ਸੜਨ ਦੀ ਲੋੜ ਨਹੀਂ ਕੋਈ ਛੇਤੀ ਨੈਟ ਚੱਲ ਰਿ ਪੋਸਟਾਂ ਨੇ 22000 ਪੋਸਟਾਂ ਨੇ 22000 ਸਾਨੂੰ 21 ਹੀ ਲੈਣੀ ਹੈ ਟਾਪ ਕਰ ਲੋ ਭਾਵੇਂ ਐਂਡ ਕਰ ਲੋ ਲੱਗਣਾ ਤੁਸੀਂ ਪੀਟਰ ਪਲੱਸ ਵਿੱਚ ਕਲਰਕ ਹੀ ਹੈ ਉਹੀ ਪੋਸਟ ਹੈ ਸਾਨੂੰ ਉਸੇ ਨੂੰ ਟਾਰਗੇਟ ਕਰਨਾ ਹੈ ਐਦਾਂ ਨਹੀਂ ਵੀ ਜਿਹੜਾ ਫਰਸਟ ਆ ਗਿਆ ਉਹਨੂੰ ਕਲਰਕ ਲੈਵਲ ਦੇਣਗੇ ਤੇ ਜਿਹੜਾ ਕਲਰਕ ਲੈਵਲ 1 ਲਾ ਦੇਣਗੇ ਤੇ ਜਿਹੜਾ ਲਾਸਟ ਹੈ ਉਹਨੂੰ ਕਲਰਕ ਲੈਵਲ 3 4 ਐ ਨਹੀਂ ਹੋਊਗਾ ਤੁਹਾਨੂੰ ਸਾਨੂੰ 21 ਪੋਸਟ ਚਾਹੀਦੀ ਹੈ ਭਾਵੇਂ ਪਹਿਲੀ ਰੈਂਕ ਆਏ ਸਾਡੀ ਭਾਵੇਂ ਸਾਡੀ 250 22000 ਰੈਂਕ ਆਏ ਪੋਸਟ ਸਾਨੂੰ ਉਹੀ ਮਿਲਣੀ ਹੈ ਤਾਂ ਇਹ ਧਿਆਨ ਰੱਖੋ ਥੋੜਾ ਨਾਂ ਨਹੀਂ ਆ ਰਿਹਾ ਕੋਈ ਗੱਲ ਨਹੀਂ ਕੁਐਸਚਨ ਘਟੋ ਘਟਾ ਟ੍ਰਾਈ ਕਰੋ ਕਿ ਸਹੀ ਕਰੋ ਐਨੀ ਗੱਲ ਮੇਰੀ ਧਿਆਨ ਰੱਖੋ ਨਹੀਂ ਨਹੀਂ ਸੜੋ ਨਾ ਰੀਸ ਕਰੋ ਨਹੀਂ ਉਹ ਗੱਲ ਹੀ ਮੈਂ ਤਾਂ ਹੀ ਕਹਿ ਰਿਹਾ ਉਹਦਾ ਆਨਸਰ ਆ ਰਿਹਾ ਪਹਿਲਾਂ ਕੋਈ ਗੱਲ ਨਹੀਂ ਤੁਸੀਂ ਬਸ ਕੋਸ਼ਿਸ਼ ਕਰੋ ਤੁਹਾਡਾ ਆਨਸਰ ਸਹੀ ਆਵੇ ਸਹੀ ਆਵੇ ਫੋਟੋ ਦੀ ਗੱਲ ਹੈ ਫੋਟੋ ਮੈਂ ਦੇਖੋ ਸਾਰਿਆਂ ਦੀ ਇੱਕ ਦਿਨ ਸਾਰਿਆਂ ਦੀ ਮਿਲਵਾ ਦੇਣੀ ਟੈਨਸ਼ਨ ਤਾਂ ਨਹੀਂ ਟੈਨਸ਼ਨ ਨਹੀਂ ਲੈਣੀ ਤੁਸੀਂ ਗੱਲ ਤੇ ਰੈਂਕ ਫਰਸਟ ਆਵੇ ਭਾਵੇਂ 2.5 ਹਜ਼ਾਰ ਆਵੇ ਗੱਲ ਮੇਰੀ ਧਿਆਨ ਨਾਲ ਸੁਣੋ ਰੈਂਕ ਭਾਵੇਂ ਫਰਸਟ ਆਵੇ 2.5 ਹਜ਼ਾਰ ਆਵੇ ਨੌਕਰੀ ਸਾਨੂੰ ਮਿਲਣੀ ਹੈ ਪੀ ਟ੍ਰਿਪਲ ਐਸ ਬੀ ਚ ਕਲਰਕ ਦੀ ਐ ਨਹੀਂ ਹੁਣ ਆ ਵੀ ਤੁਹਾਨੂੰ ਕੋਈ ਔਰ ਹੋਰ ਨੌਕਰੀ ਦੇ ਦੇਣੀ ਜਾਂ ਫਿਰ ਕਹਿਣਾ ਵੀ ਅੱਛਾ ਪਹਿਲੀ ਰੈਂਕ ਆ ਚੱਲ ਤੈਨੂੰ ਰੱਖ ਲੈਨੇ 25000 ਵਾਲੋਂ ਚੱਲ ਤੈਨੂੰ ਬਹਿ ਜਾ ਥੋੜੀ ਦੇਰ ਬਾਅਦ ਰੱਖ ਲੈਨੇ ਕਿੱਡੀ ਗੱਲ ਐ ਇਹ ਗੱਲ ਧਿਆਨ ਰੱਖਣੀ ਸਾਨੂੰ ਚਾਹੀਦੀ ਐ ਇੱਕ ਪੋਜੀਸ਼ਨ ਭਾਵੇਂ ਪਹਿਲੀ ਮਿਲ ਜਾਏ ਭਾਵੇਂ 25000 ਵੀ ਮਿਲ ਜਾਏ ਸਮਝਦੇ ਹੋ ਗੱਲ ਚਲੋ ਅਗਲੇ ਸਵਾਲ ਵੱਲ ਚੱਲਦੇ ਹਾਂ ਕਹਿੰਦੇ ਜੀ ਰੈਨੋਵੇਟਡ ਹੈ ਗਾਂਧੀ ਮਿਊਜ਼ੀਅਮ ਇਹ ਹੈਜ਼ ਬੀਨ ਰੈਨੋ ਆਏ ਇਹ ਤਾਂ ਦੁਬਾਰੇ ਸੇਮ ਨਹੀਂ ਆ ਗਿਆ ਰੈਨੋਵੇਟਿਡ ਗਾਂਧੀ ਮਿਊਜ਼ੀਅਮ ਹੈਜ਼ ਬੀਨ ਇਨੋਗਰੇਟਿਡ ਐਟ ਗਾਂਧੀ ਆਸ਼ਰਮ ਟਰਸਟ ਨਹੀਂ ਨਹੀਂ ਅੱਡਿਆ ਤਾਂ ਜੀ ਰੈਨੋਵੇਟਿਡ ਜਿਹੜਾ ਗਾਂਧੀ ਮਿਊਜ਼ੀਅਮ ਹੈ ਇਹਨੂੰ ਹੈਜ਼ ਬੀਨ ਇਨੋਗ ਗਾਂਧੀ ਆਸ਼ਰਮ ਟਰਸਟ ਵਿਖੇ ਨਵਿਆਏ ਗਏ ਗਾਂਧੀ ਅਜਾਇਬ ਘਰ ਦਾ ਉਦਘਾਟਨ ਕੀਤਾ ਗਿਆ ਹੈ ਕਿੱਥੇ ਕੀਤਾ ਗਿਆ ਹੈ ਪੁਟਾਨ ਬੰਗਲਾਦੇਸ਼ ਸਾਊਥ ਅਫਰੀਕਾ ਜਾਂ ਯੂ ਐਸ ਏ ਪੁਟਾਨ ਬੰਗਲਾਦੇਸ਼ ਸਾਊਥ ਅਫਰੀਕਾ ਜਾਂ ਯੂ ਐਸ ਏ ਤਾਂ ਇਹਦਾ ਆਨਸਰ ਹੋ ਜਾਂਦਾ ਜੀ ਬੰਗਲਾਦੇਸ਼ ਵਿਖੇ ਕੀਤਾ ਜਾ ਰਿਹਾ ਤੇ ਮੇਰੇ ਕੋਲ ਸਭ ਤੋਂ ਪਹਿਲਾਂ ਬਿਲਕੁਲ ਕਰੈਕਟ ਆਨਸਰ ਆਇਆ ਹੈ HJ entertain ਦਾ ਸਭ ਤੋਂ ਪਹਿਲਾ ਆਨਸਰ HJ entertain ਦਾ ਸਾਰੇ ਟਰਾਈ ਕਰੋ ਬਸ கரੈਕਟ ਆਨਸਰ ਕਰਨ ਦੀ ਥੋੜਾ ਜਿਹਾ ਸੋਚ ਕੇ ਜੇ ਨਹੀਂ ਤੁਹਾਡੇ ਮਤਲਬ ਪਹਿਲੀ ਵਾਰ ਦੇਖ ਰਹੇ ਹੋ ਤਾਂ ਟੈਨਸ਼ਨ ਨਾ ਲਓ ਇਹ ਬਾਕੀ ਜਦੋਂ ਜਿੱਦਾਂ ਹੀ 1000 ਸਵਾਲ ਹੋ ਗਏ ਉਦੋਂ ਆਪਾਂ ਇੱਕ ਹੋਰ ਰਿਵੀਜ਼ਨ ਕਲਾਸ ਰੱਖਾਂਗੇ ਤੇ ਪੇਪਰ ਤੋਂ ਪਹਿਲਾਂ ਸਪੈਸ਼ਲ ਤੁਹਾਡੇ ਲਈ ਰਿਵੀਜ਼ਨ ਕਲਾਸ ਹੋਊਗੀ 200 ਕੁਐਸਚਨ ਫੁੱਲ ਰੈਪਿਡ ਫਾਇਰ ਉਹਦੀ ਟੈਨਸ਼ਨ ਨਾ ਲਓ ਰਿਵੀਜ਼ਨ ਮੈਂ ਕਰਾ ਕਰਾ ਤੁਹਾਨੂੰ ਥਕਾ ਦੇਣਾ ਚਲੋ ਕਹਿੰਦੇ ਜੀ ਕਿਹੜੀ ਕੰਟਰੀ ਨੇ ਡਿਸਾਈਡ ਕੀਤਾ ਟੂ ਸਬਟ੍ਰੈਕਟ 6 ਜ਼ੀਰੋਜ਼ ਫਰੋਮ ਇਟਸ ਕਰੰਸੀ ਉਹਦੀ ਕਰੰਸੀ ਤੋਂ 6 ਜ਼ੀਰੋ ਉਹਦੇ ਅੰਦਰ ਇਨਫਲੇਸ਼ਨ ਇੱਡਾ ਜ਼ਿਆਦਾ ਵਧ ਗਿਆ ਸੀ ਮਹਿੰਗਾਈ ਦਾ ਇੱਡਾ ਜ਼ਿਆਦਾ ਹੋ ਗਿਆ ਸੀ ਉਹਨਾਂ ਨੇ ਆਪਣੀ ਆਪਣੀ ਕਰੰਸੀ ਏਡੀ ਪਤਾ ਨਹੀਂ ਕਿੰਨੀ ਜ਼ਿਆਦਾ ਵਧਾਣੀ ਪੈ ਗਈ ਸੀ ਉਹਨੂੰ ਇਹਨੇ ਮਹਿੰਗੇ ਮਹਿੰਗੇ ਨੋਟ ਕੱਢਣੇ ਪੈ ਗਏ ਸੀ ਤਾਂ ਉਹਨਾਂ ਨੇ ਕਹਿ ਕੇ 6 ਜ਼ੀਰੋ ਕੱਢ ਤੇ ਸ਼੍ਰੀਲੰਕਾ ਫਿਲੀਪੀਨਸ ਵੈਨੇਜ਼ੁਏਲਾ ਜਾਂ ਪਾਕਿਸਤਾਨ ਸ਼੍ਰੀਲੰਕਾ ਫਿਲੀਪੀਨਸ ਵੈਨੇਜ਼ੁਏਲਾ ਜਾਂ ਫਿਰ ਪਾਕਿਸਤਾਨ ਤੇ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਆਇਆ ਹੈ ਨਿਕਲ ਗਿਆ ਆਨਸਰ ਤਾਂ ਤੇ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਆਇਆ ਹੈ ਸੁਮਨਦੀਪ ਸਿੰਘ ਜੀ ਦਾ ਆਇਆ ਹੈ ਤੇ ਨਾਲ ਨਾਲ ਆਇਆ ਹੈ ਮੇਰੇ ਕੋਲ ਰਾਜਨ ਪ੍ਰੀਤ ਸਿੰਘ ਜੀ ਦਾ ਚਲੋ ਇਹ ਧਿਆਨ ਰੱਖੋ ਪਾਣੀ ਪੀ ਲੇ ਇੱਕ ਮਿੰਟ ਹਾਂਜੀ ਚਲੋ ਵੈਨੇਜ਼ੁਇਲਾ ਆਨਸਰ ਬਿਲਕੁਲ ਕਰੈਕਟ ਹੈ ਦਾ ਹੂ ਟੂ ਕਵਰ ਐਜ਼ ਅ ਚੀਫ ਹਾਈਡਰੋਗ੍ਰਾਫਰ ਟੂ ਦਾ ਗਵਰਨਮੈਂਟ ਆਫ ਇੰਡੀਆ ਬਹੁਤ ਇੰਪੋਰਟੈਂਟ ਸਵਾਲ ਹੋ ਜਾਂਦਾ ਚੀਫ ਹਾਈਡਰੋਗ੍ਰਾਫਰ ਟੂ ਗਵਰਨਮੈਂਟ ਆਫ ਇੰਡੀਆ ਦੀ ਪੋਸਟ ਨੂੰ ਕਿਹਨੇ ਸੰਭਾਲਿਆ ਹੈ ਸੰਦੀਪ ਸਿੰਘ ਅਦੀਰ ਅਰੋੜਾ ਵਿਨੇ ਬਦਵਾਰ ਜਾਂ ਫਿਰ ਐਮ ਐ ਗਣਪਤੀ ਆਪਾਂ ਕੱਲੀ ਗੱਲ ਕੀਤੀ ਸੀ ਗੈਮੇ ਗਣਪਤੀ ਐਨ ਐਸ ਜੀ ਦੇ ਨੇ ਬਾਕੀ ਤਿੰਨਾਂ ਤੋਂ ਫਿਰ ਕੌਣ ਹੋਊਗਾ ਸੰਦੀਪ ਸਿੰਘ ਅਦੀਰ ਅਰੋੜਾ ਵਿਨੇ ਬਦਵਾਰ ਕੀ ਹੋਊਗਾ ਅੰਦਰ ਇਹਦਾ ਅੰਤਰ ਹੋਊਗਾ ਬਿਲਕੁਲ ਠੀਕ ਹੈ ਅਦੀਰ ਅਰੋੜਾ ਹੋਊਗਾ ਤੇ ਮੇਰੇ ਕੋਲ ਸਭ ਤੋਂ ਪਹਿਲਾਂ ਫਿਰ ਤੋਂ ਆਨਸਰ ਆਇਆ ਹੈ ਸੁਮਨਦੀਪ ਸਿੰਘ ਜੀ ਦਾ ਆਇਆ ਤੇ ਦੂਜੇ ਰੈਂਕ ਤੇ ਦੂਜੇ ਰੈਂਕ ਤੇ ਆਇਆ ਮੇਰੇ ਕੋਲ ਹਰੀਸ਼ ਗਰਗ ਭਾਜੀ ਦਾ ਆਨਸਰ ਹਰੀਸ਼ ਗਰਗ ਭਾਜੀ ਦਾ ਹਜੇ ਵੀ ਲੇਕਿਨ ਸੈਕਿੰਡ ਰੈਂਕ ਤੇ ਤੁਸ਼ਾਰ ਅਰੋੜਾ ਬਣੇ ਹੋਏ ਨੇ ਚਲੋ ਕਿਹੜੇ ਸਪੋਰਟਿੰਗ ਇਵੈਂਟ ਨੇ ਕਿਹਾ ਵੀ ਅਸੀਂ ਸਪੈਕਟੇਟਰ ਅਲਾਉ ਨਹੀਂ ਕਰਾਂਗੇ ਕੋਈ ਦਰਸ਼ਕ ਅਲਾਉ ਨਹੀਂ ਕਰਨੇ ਆਪਾਂ ਆਪਣੇ ਜਿਹੜਾ ਆਰਗੇਨਾਈਜ਼ ਕਰਨ ਜਾ ਰਹੇ ਹਾਂ ਕਿਹੜੇ ਇਵੈਂਟ ਚ ਹੋਊਗਾ ਇਹ 2022 ਦੇ ਬੀਜਿੰਗ ਵਿంటర్ 올림픽 ਚ ਵਰਲਡ T20 ਵਰਲਡ ਕੱਪ ਵਿੱਚ US ਗ੍ਰੈਂਡ ਪ੍ਰਿਕਸ ਜਾਂ ਫਿਰ ਰਸ਼ੀਅਨ ਗ੍ਰੈਂਡ ਪ੍ਰਿਕਸ ਵਿੱਚ ਕਿੱਥੇ ਹੋਊਗਾ ਆਨਸਰ ਇਹਦਾ ਕੀ ਹੋਊਗਾ ਆਨਸਰ 2022 ਦਾ ਵਿੰਟਰ 올림픽ਸ T20 वर्ल्ड कप ग्रैंड प्रिक्स ਜਾਂ ਫਿਰ ਰਸ਼ੀਅਨ ग्रैंड प्रिक्स ਇਹਦਾ ਆਨਸਰ ਹੋ ਜਾਊਗਾ ਜੀ 2022 ਦੇ ਵਿੰਟਰ 올림픽ਸ ਵਿੱਚ ਕਿਹਾ ਅਸੀਂ ਇੱਕ ਵੀ ਦਰਸ਼ਕ ਨਹੀਂ ਕਰਨਾ ਬਹੁਤ ਹੀ ਅਜੀਬ ਜੀ ਗੱਲ ਐਕਚੁਅਲੀ ਕਿਉਂ ਇਹਨਾਂ ਵੱਲੋਂ ਹੀ ਕੋਰੋਨਾ ਫੈਲਿਆ ਤੇ ਇਹੀ ਕਹਿਣ ਲੱਗੇ ਵੀ ਅਸੀਂ ਨਹੀਂ ਕਿ ਬੁਲਾਣੇ ਦਰਸ਼ਕ ਕਿਉਂ ਕਿਉਂਕਿ ਤੁਸੀਂ ਕੋਵਿਡ ਫੈਲਾ ਦੋਗੇ ਕਹਿੰਦੇ ਵਾ ਸ਼ੇਰਾ ਵਾ ਹੈ ਮੇਰੇ ਕੋਲ ਆਇਆ ਸਭ ਤੋਂ ਪਹਿਲਾਂ ਆਨਸਰ ਸੁਮਨਦੀਪ ਸਿੰਘ ਦਾ ਆਇਆ ਤੇ 2022 ਉਹ ਤੋਂ ਬਾਅਦ ਆਇਆ ਤੁਸ਼ਾਰ अरोड़ा ਦਾ ਆਇਆ ਬਿਲਕੁਲ ਠੀਕ ਹੈ ਆਨਸਰ ਤੁਹਾਡੇ ਚਲੋ Who is the first F1 driver to win 100 F1 races? Important ਸਵਾਲ ਹੈ ਬਣਦਾ ਇਸ ਵਾਰ ਜੇ ਨਹੀਂ ਪੁੱਛਿਆ ਮੈਂ ਨਹੀਂ ਖੇਡਦਾ ਫਿਰ ਇਹਨਾਂ ਨਾਲ ਇਹ ਕੁਐਸਚਨ ਬਣਦਾ ਇਸ ਵਾਰ ਪੱਕਾ ਬਣਨਾ ਚਾਹੀਦਾ ਇਹਦਾ ਆਨਸਰ ਦੱਸੋ ਕੀ ਹੋਊਗਾ ਪਹਿਲਾ F1 ਡਰਾਈਵਰ ਜਿਨੇ 100 F1 ਰੇਸੀ ਜਿੱਤ ਲਈਆਂ ਲੂਇਸ ਹੈਮਿਲਟਨ ਮਾਈਕਲ ਸ਼ੂਮਾਕਰ ਮੈਕਸ ਵਰਸਟੈਪਨ ਜਾਂ ਫਿਰ ਐਸਟੇਬਾਨ ਓਕਨ ਇੰਪੋਰਟੈਂਟ ਸਵਾਲ ਹੋ ਜਾਂਦਾ ਤੇ ਇਹਦਾ ਆਨਸਰ ਹੋ ਜਾਊਗਾ ਜੇ ਲੂਇਸ ਹੈਮਿਲਟਨ ਤੇ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਆਇਆ ਐਜ਼ ਯੂਜੂਅਲ ਸੁਮਨਦੀਪ ਸਿੰਘ ਤੇ ਸੈਕੰਡ ਨੰਬਰ ਤੇ ਆਇਆ ਅਨਮੋਲ ਕੰਬੋਜ ਦਾ ਕੀਦਾ ਆ ਮੇਰੇ ਕੋਲ ਆਨਸਰ ਅਨਮੋਲ ਕੰਬੋਜ ਦਾ ਇਹ ਗੱਲ ਧਿਆਨ ਰੱਖਣੀ ਸਾਰਿਆਂ ਨੇ ਐਫ 1 ਰੇਸਰ ਲੂਈਸ ਹੈਮਿਲਟਨ ਨੇ ਯੂਕੇ ਤੋਂ ਬਿਲੋਂਗ ਕਰਦੇ ਨੇ ਜੇ ਤੁਹਾਡੇ ਕੋਲ ਸਵਾਲ ਆ ਗਿਆ ਵੀ ਐਫ 1 ਚ ਇਹ ਸਾਰੇ ਟੌਪ ਕੌਣ ਕਰ ਰਹੇ ਟੌਪ ਤੇ ਇਹ ਭਾਜੀ ਨੇ ਟੌਪ ਤੇ ਹੈ ਇੱਕ ਬੰਦੇ ਦਾ ਨਾਂ ਮੈਕਸ ਵਰਸਟੈਪਨ ਕੱਲ ਵੀ ਮੈਂ ਦੱਸਿਆ ਤੁਹਾਨੂੰ ਮੈਕਸ ਵਰਸਟੈਪਨ ਇਹ ਬੰਦੇ ਦਾ ਨਾਂ ਤੇ ਇਹ ਖੇਡਦਾ ਹੈ ਰੈਡ ਬੁੱਲ ਦੀ ਗੱਡੀ ਲੈ ਕੇ ਮੈਲ ਰੈਡ ਬੁੱਲ ਦੀ ਗੱਡੀ ਨਹੀਂ ਹੈ ਰੈਡ ਬੁੱਲ ਦੀ ਟੀਮ ਹੈ ਆਪਣੀ ਰੈਡ ਬੁੱਲ ਦੀ ਗੱਡੀ ਹੈ ਤੇ ਇਹ ਨੀਦਰਲੈਂਡਸ ਤੋਂ ਬਿਲੋਂਗ ਕਰਦਾ ਤਾਂ ਇਹ ਗੱਲ ਧਿਆਨ ਰੱਖਣੀ ਹੈ ਕਿਉਂਕਿ ਹੋਊਗਾ ਕਿ ਤੁਹਾਨੂੰ ਇਹ ਤਾਂ ਪਤਾ ਹੋਊਗਾ ਵੀ ਐਫ 1 ਰੇਸਿਸ 100 ਐਫ 1 ਰੇਸਿਸ ਜਿੱਤੀ ਹੈ ਕਿ ਨੇ ਲੂਈਸ ਹੈਮਿਲਟਨ ਨੇ ਜਿੱਤੀ ਹੈ ਤੇ ਸੋਚੋਗੇ ਤੁਸੀਂ ਹਾਂ ਜੀ ফার্স্ট ਪੋਜੀਸ਼ਨ ਤੇ ਵੀ ਇਹੀ ਹੋਣਾ ਬਟ ফার্স্ট ਪੋਜੀਸ਼ਨ ਤੇ ਇਸ ਵਾਰੀ ਮੈਕਸ ਵਰ ਸਟੈਪ ਪਣਾ ਹੈ ਇਹਦੇ ਵੱਲ ਆਪਾਂ ਧਿਆਨ ਰੱਖਣਾ ਹੈ ਚਲੋ ਕੀ ਨੀ ਅਨਾਉਂਸ ਕਰ ਦੇ ਚਲੋ ਨੇਮ ਆਫ ਇੰਡੀਆਸ ਫਰਸਟ ਜੈਂਡਰ ਨਿਊਟਰਲ ਹਿਊਮਨ ਪੈਪਿਲੋਮਾ ਵਾਇਰਸ ਵੈਕਸੀਨ ਨੇਮਡ ਗਰਡਾਸਿਲ 9 ਬਹੁਤ ਇੰਪੋਰਟੈਂਟ ਹੋ ਜਾਂਦਾ ਮੈਂ ਕਿਹਾ ਸੀ ਇੰਡੀਆ ਦੀ ਫਰਸਟ ਜੈਂਡਰ ਨਿਊਟਰਲ ਹਿਊਮਨ ਪੈਪਿਲੋਮਾ ਵਾਇਰਸ ਵੈਕਸੀਨ ਹੋ ਰਹੀ ਹੈ ਗਰਡਾਸਿਲ 9 ਹੈ ਇਹ ਕਿਹਨੇ ਬਣਾਈ ਹੈ ਸਨ ਫਾਰਮਾ ਡੀ ਆਰ ਡੀ ਓ ਇਸਰੋ ਜਾਂ ਫਿਰ ਐਮ ਐਸ ਡੀ ਫਾਰਮਾਸਿਊਟੀਕਲ ਸਨ ਫਾਰਮਾ ਡੀ ਆਰ ਡੀ ਓ ਇਸਰੋ ਜਾਂ ਫਿਰ ਐਮ ਐਸ ਡੀ ਫਾਰਮਾਸਿਊਟੀਕਲ ਤਾਂ ਇਹਦਾ ਅੰਤਰ ਹੋ ਜਾਂਦਾ ਜੀ ਐਮ ਐਸ ਡੀ ਫਾਰਮਾਸਿਊਟੀਕਲ ਤੇ ਇਹਦਾ ਅੰਤਰ ਮੈਨੂੰ ਦਿੱਤਾ ਹੈ ਐਮ ਐਸ ਡੀ ਦਿੱਤਾ ਹੈ ਤੁਸ਼ਾਰ ਅਰੋੜਾ ਨੇ ਦਿੱਤਾ ਹੈ ਤੁਸ਼ਾਰ ਅਰੋੜਾ ਨੇ ਜੋਤੀ ਡੋਗਰਾ ਕੀ ਹੱਦ ਹੋ ਗਈ ਇੱਕ ਵਾਰ 10 ਦੋ ਸਾਨੂੰ ਵੀ ਕੀ ਹੱਦ ਹੋ ਗਈ ਅਸੀਂ ਵੀ ਦੇਖ ਲਈਏ ਚਲੋ ਇਹਦਾ ਅੰਤਰ ਹੋ ਜਾਂਦਾ ਹੈ ਇਹ ਤਾਂ ਤੁਸ਼ਾਰ ਅਰੋੜਾ ਪਾਰੀ ਦੇ ਹੋਗੇ ਨੇ 7 ਤੇ ਸੁਮਨਦੀਪ ਦੇ ਹੋਗੇ ਨੇ 10 ਚਲੋ ਹੋਰ ਦੇਖਦੇ ਆ ਅੱਗੇ ਵਿਚ ਮਿਨਿਸਟਰੀ ਹੈਜ਼ ਲਾਂਚ ਦਾ ਪ੍ਰੋਗਰਾਮ ਡਿਜੀ ਸਕਸ਼ਮ ਇਨ ਐਸੋਸੀਏਸ਼ਨ ਵਿਦ ਮਾਈਕਰੋਸਾਫਟ ਫੇਰ ਕਹਿੰਦਾ ਪ੍ਰੀਵੀਅਸ ਈਅਰ ਪੇਪਰ ਪ੍ਰੀਵੀਅਸ ਈਅਰ ਤੱਕ ਇੱਕ ਹਿਮਾਚਲ ਦਾ ਕੋਆਪਰੇਟਿਵ ਬੈਂਕ ਦਾ ਪੇਪਰ ਆਇਆ ਸੀ ਉਹਦੇ ਅੰਦਰ ਇਹ ਸਵਾਲ ਪੁੱਛਿਆ ਗਿਆ ਸੀ ਵੀ ਵਿਚ ਮਿਨਿਸਟਰੀ ਹੈਜ਼ ਲਾਂਚ ਦਾ ਪ੍ਰੋਗਰਾਮ ਨੇਮ ਡਿਜੀ ਸਕਸ਼ਮ ਇਨ ਐਸੋਸੀਏਸ਼ਨ ਵਿਦ ਮਾਈਕਰੋਸਾਫਟ ਮਿਨਿਸਟਰੀ ਐਜੂਕੇਸ਼ਨ ਲੇਬਰ ਹਿਊਮਨ ਰਿਸੋਰਸ ਜਾਂ ਫਾਈਨੈਂਸ ਮਿਨਿਸਟਰੀ ਲੇਬਰ ਐਜੂਕੇਸ਼ਨ ਹਿਊਮਨ ਰਿਸੋਰਸ ਐਂਡ ਫਾਈਨੈਂਸ ਦਾ ਇਹਦਾ ਅੰਤਰ ਹੋ ਜਾਂਦਾ ਜੀ ਮਿਨਿਸਟਰੀ ਆਫ ਲੇਬਰ ਐਂਡ ਐਮਪਲੋਇਮੈਂਟ ਹੋ ਜਾਂਦਾ ਇਹਦਾ ਆਨਸਰ ਤੇ ਮੇਰੇ ਕੋਲ ਕਿਨੇ ਕੀਤਾ ਜੀ ਮਿਨਿਸਟਰੀ ਆਫ ਲੇ ਬਲਬ ਲਿਖ ਰਿਹਾ ਕੋਈ ਲਬ 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 ਮੇਰੇ ਕੋਲ ਲਾਇਆ ਸਭ ਤੋਂ ਪਹਿਲਾਂ ਇੱਕ ਤਾਂ ਆਇਆ ਮੇਰੇ ਕੋਲ ਸੁਮਨਦੀਪ ਸਿੰਘ ਦਾ ਤੇ ਦੇਖੋ ਲਾਈਨ ਤੋਂ ਦਿਖਾ ਦੇਣਾ ਤੁਹਾਨੂੰ ਸੁਮਨਦੀਪ ਸਿੰਘ ਨੇ ਲਿਖਿਆ ਲੇਬ ਥੱਲੇ ਉਹਦੇ ਤੁਸ਼ਾਰ ਅਰੋੜਾ ਨੇ ਲੇਬਰ ਤਾਂ ਇੱਕ ਇੱਕ ਅੱਗੇ ਉਹਨਾਂ ਦਾ ਸੁਮਨਦੀਪ ਸਿੰਘ ਦੇ 11 ਤੇ ਤੁਸ਼ਾਰ ਅਰੋੜਾ ਦੇ 8 ਤੁਸੀਂ ਦੇਖੋ ਅਗਲਾ ਕੁਐਸਚਨ ਅਗਲਾ ਕੁਐਸਚਨ ਦੇਖੋ ਕੀ ਕਹਿੰਦਾ ਕਹਿੰਦਾ ਜੀ ਰੀਸੈਂਟਲੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਵੀਟ ਰੈਵੋਲੂਸ਼ਨ ਦੀ ਗੱਲ ਕੀਤੀ ਸੀ ਇੰਪੋਰਟੈਂਟ ਸਵਾਲ ਹੋ ਜਾਂਦਾ ਤੁਹਾਨੂੰ ਪਹਿਲਾਂ ਤਾਂ ਸਾਰੇ ਯਾਦ ਹੋਣੇ ਚਾਹੀਦੇ ਤੁਹਾਨੂੰ ਗ੍ਰੀਨ ਹੋ ਗਿਆ ਵਾਈਟ ਹੋ ਗਿਆ 골ਡਨ ਹੋ ਗਿਆ ਬਲੈਕ ਹੋ ਗਿਆ ਤੇ ਇਹ ਹੁਣ ਆ ਗਈ ਗੱਲ ਸਵੀਟ ਰੈਵੋਲੂਸ਼ਨ ਦੀ ਤਾਂ ਇਹ ਕਿਹਦੇ ਨਾਲ ਰਿਲੇਟਡ ਹੈ ਦੇਖੋ ਜਰਾ 슈ਗਰ ਨਾਲ 슈ਗਰ ਕੇਨ ਨਾਲ ਸਵੀਟ ਪਟੇਟੋ ਜਾਂ ਫਿਰ ਹਨੀ ਨਾਲ ਕਿਹਦੇ ਨਾਲ ਰਿਲੇਟਡ ਹੈ 슈ਗਰ ਨਾਲ 슈ਗਰ ਕੇਨ ਨਾਲ ਸਵੀਟ ਪਟੇਟੋ ਜਾਂ ਫਿਰ ਹਨੀ ਨਾਲ ਇਹ ਰਿਲੇਟਡ ਹੈ ਜੀ ਹਨੀ ਨਾਲ ਤੇ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਆਇਆ ਰਾਜਨ ਪ੍ਰੀਤ ਸਿੰਘ ਦਾ ਮੇਰੇ ਕੋਲ ਸਭ ਤੋਂ ਪਹਿਲਾ ਕਰੈਕਟ ਆਨਸਰ ਹੈ ਰਾਜਨ ਪ੍ਰੀਤ ਸਿੰਘ ਵੀਰੇ ਵੈਰੀ ਗੁੱਡ ਸਵੀਟ ਰੈਵੋਲੂਸ਼ਨ ਕਿਉਂਕਿ ਮੈਂ ਕਿਹਾ ਸੀ ਸੈਂਟਰ ਗਵਰਨਮੈਂਟ ਪੀਐਮ ਮੋਦੀ ਸਾਹਿਬ ਹੋਗੇ ਸਾਡੇ ਰਾਸ਼ਟਰਪਤੀ ਸਾਡੇ ਉਪ ਰਾਸ਼ਟਰਪਤੀ ਉਹਨਾਂ ਨੂੰ ਜ਼ੁਖਾਮ ਵੀ ਹੁੰਦਾ ਸਾਨੂੰ ਲਿਖਣਾ ਪੈ ਜਾਣਾ ਕਿ ਵੀ ਕਿਹੜੇ ਵਾਇਰਸ ਤੋਂ ਹੋਇਆ ਸੀ ਮਜ਼ਾਕ ਕਰ ਰਿਹਾ ਇੰਨੀ ਡੈਪਥ ਤੇ ਨਹੀਂ ਜਾਣਾ ਬਟ ਸਾਨੂੰ ਉਹ ਸਾਰੀਆਂ ਨਿਊਜ਼ ਸਾਡੇ ਲਈ ਬਹੁਤ ਇੰਪੋਰਟੈਂਟ ਨੇ ਚਲੋ ਕਿਹੜੀ ਸਟੇਟ ਨੇ ਅ alloate ਕੀਤੇ 445 ਕਰੋੜ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ ਮਤਲਬ ਕਿ ਬਿਜਲੀ ਘਰਾਂ ਨੂੰ ਕਿਹਾ ਕਹਦੇ <li>to increase the ground clearance to prevent elephant electrocution ਹੁੰਦਾ ਕਿ ਸੀ ਵੀ ਜਿਹੜੀ ਬਿਜਲੀ ਦੀ ਤਾਰਾਂ ਸੀ ਉਹ ਘੱਟ ਹਾਈਟ ਤੇ ਰਹਿੰਦੀਆਂ ਸੀ ਤਾਂ ਜਿਹੜਾ ਹਾਥੀ ਆਂਦੇ ਸੀ ਉਹ ਤੋਂ ਲੜ ਕੇ ਉਹ ਤੋਂ ਟੱਕਰ ਕੇ ਉਹਨਾਂ ਦੀ ਡੈਥ ਹੋ ਜਾਂਦੀ ਤਾਂ ਕਿਹੜੀ ਸਰਕਾਰ ਨੇ ਕਿਹਾ ਇੰਨੇ ਪੈਸੇ ਦੇਣ ਲੱਗੇ Odisha, Bihar, Jharkhand ਜਾਂ ਫਿਰ Karnataka Odisha, Bihar, Jharkhand ਜਾਂ ਫਿਰ Karnataka ਤਾਂ ਇਹਦਾ ਅੰਤਰ ਹੋ ਜਾਂਦਾ ਜੀ Odisha ਤਾਂ ਮੇਰੇ ਕੋਲ ਸਭ ਤੋਂ ਪਹਿਲਾਂ கரੈਕਟ ਆਨਸਰ ਉਡੀਸ਼ਾ ਇੱਕ ਤਾਂ ਉਹੀ ਗੱਲ ਸੁਮਨਦੀਪ ਸਿੰਘ ਦਾ ਆ ਤੇ ਦੂਜੀ ਵਾਰੀ ਮੇਰੇ ਕੋਲ ਉਡੀਸ਼ਾ ਆਨਸਰ ਆਇਆ ਹੈ ਗੁਰਮੀਤ ਸਿੰਘ ਭਾਜੀ ਦਾ ਆਂਦਰ ਗੁਰਮੀਤ ਸਿੰਘ ਭਾਜੀ ਦਾ ਇਸੇ ਗੱਲ ਤੇ ਇੱਕ ਵਾਰੀ ਸੈਸ਼ਨ ਨੂੰ ਕਰ ਦੋ ਸ਼ੇਅਰ ਕਿਉਂ ਕਰ ਦੋ ਸ਼ੇਅਰ ਵੈਸੀ ਕਰ ਦਿਆ ਕਰੋ ਜੇ ਕਰ ਸਕਦੇ ਤਾਂ ਕਿਤੇ ਕਰ ਦੋ ਮੰਮੀ ਪਾਪਾ ਨੂੰ ਕਹਿ ਦਿਓ ਤੁਸੀਂ ਵੀ ਖੋਲ ਕੇ ਵੇਜੋ ਸਰ ਨੇ ਕਿਹਾ ਵੀ ਸ਼ੇਅਰ ਕਰ ਦੋ ਦੇਖੋ ਮੈਂ ਤਾਂ ਇਹ ਐ ਵੀ ਨਹੀਂ ਕਹਿ ਸਕਦਾ ਵੀ ਮੈਂ ਤੁਹਾਨੂੰ ਤੁਸੀਂ 300 ਕਰੋ ਤਾਂ ਮੈਂ ਪੀਡੀਐਫ ਦੇ ਦੂੰਗਾ ਆਪਾਂ ਤਾਂ ਦੇਖੋ ਵੈਸੀ ਪੀਡੀਐਫ ਦੇ ਦੀ ਜੀ ਆਪਾਂ ਤਾਂ ਵੈਸੀ ਯਾਰ ਦਿਲ ਖੁਸ਼ ਕਰਨ ਨੂੰ ਕਹਿ ਦੇਣਾ ਵੀ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਕਿਉਂਕਿ ਪੀਡੀਐਫ ਤਾਂ ਤੁਹਾਨੂੰ ਪਤਾ ਆਪਾਂ ਵੈਸੇ ਹੀ ਫ੍ਰੀ ਦੇ ਦਿੱਤੀ ਆਪਾਂ ਨਹੀਂ ਕਹਿੰਦੇ ਵੀ 300 400 500 ਕਰ ਲਓ ਪੀਡੀਐਫ ਜੋ ਆਕਰ ਨੂੰ ਸਾਨੂੰ ਪਤਾ ਲੋਡ ਹੈ ਆਪਾਂ ਉਹ ਪ੍ਰੋਵਾਈਡ ਡੇਲੀ ਤੇ ਡੇਲੀ ਕਰਾ ਦਿੰਦੇ ਆ ਚਲੋ ਹਾਂਜੀ ਕਿਹੜੀ ਸਟੇਟ ਨੇ ਪ੍ਰੋਡਿਊਸ ਕੀਤੇ 90% ਇੰਡੀਆ ਦੀ ਵਾਲਨਟ ਪ੍ਰੋਡਕਸ਼ਨ ਵਾਲਨਟ ਦਾ ਮਤਲਬ ਹੁੰਦਾ ਅਖਰੋਟ ਤੇ ਇੱਕ ਸਟੇਟ ਹੈ ਜਿਹੜੀ 90% ਅਖਰੋਟ ਦੀ ਪ੍ਰੋਡਕਸ਼ਨ ਕਰਦੀ ਹੈ ਬਹੁਤ ਵੱਡੀ ਗੱਲ ਹੈ 90% ਅਖਰੋਟ ਇੰਡੀਆ ਤੋਂ ਇੱਕ ਸਟੇਟ ਤੋਂ ਆਉਂਦੇ ਕਿਹੜੀ ਸਟੇਟ ਹੋਗੀ ਉਹ ਜੰਮੂ ਹੋਗੀ ਹਿ ਜੰਮੂ ਹੋਗੀ ਹਿਮਾਚਲ ਹੋਗੀ ਉੱਤਰਾਖੰਡ ਹੋਗੀ ਜਾਂ ਫਿਰ ਲੇ ਹੋਗੀ ਤਾਂ ਇਹਦਾ ਅੰਤਰ ਕੀ ਹੋਗਾ ਇਹਦਾ ਅੰਤਰ ਹੋ ਜਾਗੇ ਹੋਗਾ ਜੀ ਜੇ ਐਂਡ ਕੇ ਸਰ ਮੇਰਾ ਆਇਆ ਹੈ ਗੁਰਮੀਤ ਤੂੰ ਪਹਿਲਾਂ ਚੈੱਕ ਕਰ ਮਨੀਸ਼ ਐਕਚੁਅਲੀ ਮੇਰੇ ਕੋਲ ਪਤਾ ਕਿ ਸਭ ਤੋਂ ਉੱਤੇ ਜਿਹੜਾ ਆਂਦਾ ਹੁੰਦਾ ਹੁੰਦਾ ਨਾ ਉਹੀ ਹੁੰਦਾ ਮੈਂ ਉਹੀ ਬੋਲ ਦਿੰਦਾ ਹੁੰਦਾ ਹੁੰਦਾ ਨਾ ਤਾਂ ਜੇ ਐਂਡ ਕੇ ਮੇਰੇ ਕੋਲ ਆਇਆ ਸਭ ਤੋਂ ਪਹਿਲਾਂ ਰਾਜਨਪ੍ਰੀਤ ਸਿੰਘ ਦਾ ਆਇਆ ਸਭ ਤੋਂ ਪਹਿਲਾਂ ਮੇਰੇ ਕੋਲ ਜੰਮੂ ਐਂਡ ਕਸ਼ਮੀਰ 90% ਆਫ ਇੰਡੀਆ ਦੀ ਵਾਲਨਟ ਪ੍ਰੋਡਕਸ਼ਨ ਅਗਲੇ ਸਵਾਲ RBI ਨੇ ਗ੍ਰਾਂਟ ਕੀਤਾ ਲਾਇਸੈਂਸ ਕਿਹੜੇ ਬੈਂਕ ਨੂੰ ਧਿਆਨ ਰੱਖੋ NAARCIL ਫੀਨੋ ਪੇਮੈਂਟ ਬੈਂਕ ਜਾਂ ਫਿਰ SBI ਜਾਂ ਫਿਰ ਕੋਈ ਵੀ ਨਹੀਂ ਇੰਪੋਰਟੈਂਟ ਸਵਾਲ ਹੋ ਜਾਂਦਾ ਮੇਰਾ ਬਸ ਮਕਸਦ ਇਹ ਆ ਤੁਹਾਨੂੰ NAARCIL ਬਾਰੇ ਦੱਸਣਾ ਨੈਸ਼ਨਲ ਐਸੈਟ ਰੀਕੰਸਟਰਕਸ਼ਨ ਕੰਪਨੀ ਲਿਮਟਿਡ ਇਹਨੂੰ ਆਪਾਂ ਬੈਡ ਬੈਂਕ ਵੀ ਕਹਿੰਦੇ ਆ ਤਾਂ ਇਹ ਗੱਲ ਧਿਆਨ ਰੱਖਣੀ ਹੈ ਤੁਸੀਂ ਇਹਨੂੰ ਆਪਾਂ ਬੈਡ ਬੈਂਕ ਵੀ ਕਹਿੰਦੇ ਆ ਕੀ ਕਹਿੰਦੇ ਇਹਨੂੰ ਬੈਡ ਬੈਂਕ ਇਹਦੀ ਫੁੱਲ ਫਾਰਮ ਨੋਟ ਕਰ ਲਓ ਨੈਸ਼ਨਲ ਇਹ ਤੁਹਾਡੇ ਕੋਲ ਪੇਪਰ 'ਚ ਆ ਸਕਦੀ ਹੈ ਨੈਸ਼ਨਲ ਐਸੈਟ ਰੀ कंपनी लिमिटेड एक गल ध्यान रखनी नैशनल एसिट एन ए आर नार, सल, नार, सी एल ए ਗੱਲ ਧਿਆਨ ਰੱਖਣੀ ਹੈ ਨਾਰਸਲ ਐਨਏਆਰਸੀਐਲ ਨੈਸ਼ਨਲ ਐਸੈਟ ਰੀਕਨਸਟਰਕਸ਼ਨ ਕੰਪਨੀ ਲਿਮਟਿਡ ਤੇ ਮੇਰੇ ਕੋਲ ਸਭ ਤੋਂ ਪਹਿਲਾਂ ਐਨਏਆਰਸੀਐਲ ਆਨਸਰ ਆਇਆ ਹੈ ਬਹੁਤ ਵਧੀਆ ਲੱਗ ਰਿਹਾ ਸਾਰੇ ਬੱਚੋ ਆਨਸਰ ਕਰਿਆ ਕਰੋ ਆਨਸਰ ਕਰਕੇ ਥੋੜਾ ਹੀ ਆਪਾਂ ਦੋਵੇਂ ਇੰਟਰੈਕਸ਼ਨ ਕਰਦੇ ਵਧੀਆ ਲੱਗਦਾ ਤਾਂ ਸਭ ਤੋਂ ਪਹਿਲਾਂ ਮੇਰੇ ਕੋਲ ਆਨਸਰ ਆਇਆ ਸੁੰਮਨਦੀਪ ਸਿੰਘ ਜੀ ਦਾ ਆਇਆ ਤੇ ਦੂਜੇ ਨੰਬਰ ਤੇ ਆਇਆ ਮੇਰੇ ਕੋਲ கரੈਕਟ ਆਨਸਰ ਹੈ ਆਰ ਐਸ ਦਾ ਬਹੁਤ ਵਧੀਆ ਬੱਚੇ ਆਰ ਐਸ ਦਾ ਆਰ ਐਸ ਦਾ ਆਨਸਰ ਹੈ ਤਾਂ ਲੱਗਣਾ ਨੈਸ਼ਨਲ ਐਸੈਟ ਰੀਕਨਸਟਰਕਸ਼ਨ ਕੰਪਨੀ ਲਿਮਟਿਡ ਕਿਹੜੀ ਸਪੇਸ ਏਜੰਸੀ ਨੇ ਸਾਇਕ ਮਿਸ਼ਨ ਪੇ ਜਿਹੜ ਵਿਚ ਇਸ ਗੋਇੰਗ ਟੂ ਵਿਜ਼ਿਟ ਅ ਜਾਇੰਟ ਐਸਟਰੋਇਡ ਕਾਲਡ ਸਾਇਕ ਬਹੁਤ ਵਧੀਆ ਕਹਿੰਦੇ ਜੀ ਸਾਇਕ ਮਿਸ਼ਨ ਕਿੱਥੇ ਜਾ ਰਿਹਾ ਸਾਇਕ ਐਸਟਰੋਇਡ ਤੇ ਜਾ ਰਿਹਾ ਤੇ ਕਿਹੜੀ ਸਪੇਸ ਏਜੰਸੀ ਨੇ ਭੇਜਿਆ ਹੈ ਨਾਸਾ ਨੇ ਇਸਰੋ ਨੇ ਜੈਕਸਾ ਜਾਂ ਫਿਰ ਕੋਈ ਵੀ ਨਹੀਂ ਨਾਸਾ ਇਸਰੋ ਜੈਕਸਾ ਜਾਂ ਫਿਰ ਕੋਈ ਵੀ ਨਹੀਂ ਤਾਂ ਇਹਦਾ ਆਨਸਰ ਹੋ ਜਾਊਗਾ ਜੀ ਇਹਦਾ ਆਨਸਰ ਕੀ ਹੋ ਜਾਊਗਾ ਇਹਦਾ ਆਨਸਰ ਹੋ ਜਾਊਗਾ ਨਾਸਾ ਇਹਦਾ ਆਨਸਰ ਹੋ ਜਾਊਗਾ ਨਾਸਾ ਤੇ ਸੁਮਨਦੀਪ ਸਿੰਘ ਜੀ ਦਾ ਸਭ ਤੋਂ ਪਹਿਲਾਂ ਫਿਰ ਆਨਸਰ ਆ ਗਿਆ ਦੂਜੇ ਨੰਬਰ ਤੇ ਆ ਮੇਰੇ ਕੋਲ ਹਰੀਸ਼ ਗਰਗ ਪਾ ਜੀ ਦਾ ਹਰੀਸ਼ ਗ ਇੱਕ ਵਾਰੀ ਸੈਸ਼ਨ ਨੂੰ ਇਸੇ ਗੱਲ ਤੋਂ ਕਰ ਦਿਓ ਲਾਈਕ ਕਿਉਂਕਿ ਲਾਈਵ ਆਏ ਹੋਏ ਨੇ 250 ਦੇ ਅਰਾਊਂਡ ਤੇ ਲਾਈਕ ਨੇ ਸਿਰਫ 150 ਬਹੁਤ ਘਟੀਆ ਗੱਲ ਹੈ ਬਹੁਤ ਗੰਦੀ ਗੱਲ ਹੈ ਘਾਟੋ ਘਾਟ 200 ਤਾਂ ਕਰ ਦਿਓ ਮਿੱਤਰੋ ਚਲੋ ਹਾਂਜੀ ਵੇ ਸਟੇਟ ਚੀਫ ਮਿਨਿਸਟਰ ਲਾਂਚ ਦਾ ਫੇਸ ਰਿਕੋਗਨੀਸ਼ਨ ਸੌਫਟਵੇਅਰ ਫਾਰ ਅਸਿਸਟਿੰਗ ਪੁਲਿਸ ਅਫੀਸ਼ਰ ਕਿਹੜੇ ਰਾਜ ਦੇ ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਦੀ ਜਾਂਚ ਵਿੱਚ ਸਹਾਇਤਾ ਲਈ ਚਿਹਰੇ ਦੀ ਪਛਾਣ ਕਰਨ ਵਾਲਾ ਸੌਫਟਵੇਅਰ ਲਾਂਚ ਕੀਤਾ ਹੈ ਫੇਸ ਰੈਕੋਗਨੀਸ਼ਨ ਸੌਫਟਵੇਅਰ ਲਾਂਚ ਕੀਤਾ ਬਹੁਤ ਵੱਡੀ ਡਿਵੈਲਪਮੈਂਟ ਹੈ ਤਾਂ ਕਿਨੇ ਕੀਤਾ ਹੈ ਕਰਨਾਟਕਾ ਨੇ ਤਾਮਿਲਨਾਡੂ ਨੇ ਕੇਰਲਾ ਜਾਂ ਫਿਰ ਨਿਊ ਡੈਲੀ ਕਰਨਾਟਕਾ ਤਾਮਿਲਨਾਡੂ ਕੇਰਲਾ ਜਾਂ ਫਿਰ ਨਿਊ ਡੈਲੀ ਤਾਂ ਇਹਦਾ ਅੰਤਰ ਹੋ ਜਾਂਦਾ ਜੀ ਤਾਮਿਲਨਾਡੂ ਹੋ ਜਾਂਦਾ ਤਾਮਿਲਨਾਡੂ ਤੇ ਮੇਰੇ ਕੋਲ ਆਨਸਰ ਹੈ ਫੇਸ ਸੁਮਨਦੀਪ ਸਿੰਘ ਜੀ ਦਾ ਆ ਗਿਆ ਸਭ ਤੋਂ ਪਹਿਲਾਂ ਤੇ ਦੂਜੇ ਨੰਬਰ ਤੇ ਆਇਆ ਹੈ ਤਾਮਿਲਨਾਡੂ ਆਇਆ ਹੈ ਪੀ ਕਪੂਰ ਦਾ ਆਇਆ ਮੇਰੇ ਕੋਲ ਤਾਮਿਲਨਾਡੂ ਕਿਹਦਾ ਆ ਪੀ ਕਪੂਰ ਦਾ ਆਇਆ ਧਿਆਨ ਰੱਖਣਾ ਤਮਿਲਨਾਡੂ ਦੇ ਚੀਫ ਮਿਨਿਸਟਰ ਲਾਂਚ ਕੀਤਾ ਹੈ ਫੇਸ ਰੈਕਗਨੀਸ਼ਨ ਜਿੱਦਾਂ ਫਿਲਮਾਂ 'ਚ ਹੁੰਦਾ ਨਾ ਸ਼ਕਲ ਦੇਖ ਕੇ ਬੰਦਾ ਪਛਾਣ ਲੈਂਦਾ ਉਹ ਵਾਲਾ ਕੰਮ ਕਰਨ ਜਾ ਰਹੇ ਨੇ ਇਹ ਚਲੋ ਹੂ ਹੈਜ਼ ਬੀਨ ਕਨਫਰਟਡ ਵਿਦ ਅ ਫੇਅਰ ਇੰਪੋਰਟੈਂਟ ਸਵਾਲ ਪਹਿਲਾਂ ਤਾਂ ਅਸੀਂ ਵੀ ਲੋਕ ਨਾ ਲੋਕਨਾਥ ਲੋਕਪ੍ਰੀਆ ਗੋਪੀਨਾਥ ਬੋਡੋਲੇ ਅਵਾਰਡ ਕਿਹੜੀ ਸਰਕਾਰ ਦੇ ਰਹੀ ਹੈ ਕਿਹੜਾ ਰਾਜ ਦੇ ਰਿਹਾ ਉਹ ਦੇ ਰਿਆ ਅਸਮ ਦਿੰਦਾ ਹੈ ਹੁਣ ਕਿਹਨੂੰ ਮਿਲਿਆ ਇਹ ਨਿਰੋਦ ਕੁਮਾਰ ਬਰੋਚ ਅਸਮ ਬ੍ਰਾਂਚ ਆਫ ਕਸਤੂਰਬਾ ਗਾਂਧੀ ਨੈਸ਼ਨਲ ਮੈਮੋਰੀਅਲ ਟਰਸਟ ਜਾਂ ਫਿਰ ਸ਼ੀਲੌਂਗ ਚੈਂਬਰ ਕੋਅਰ ਇਹ ਮੈਂ ਪਹਿਲਾਂ ਹੀ ਅਵਾਰਡਸ ਐਂਡ ਰਿਕੋਗਨੀਸ਼ਨ ਵਾਲੀ ਵੀਡੀਓ ਬਣਾ ਚੁੱਕਾ ਤੁਸੀਂ ਪੰਜਾਬ ਵੱਡਾ 247 ਤੇ ਦੇਖ ਸਕਦੇ ਹੋ ਉੱਥੇ ਪਈ ਹੋਈ ਹੈ ਆਲਰੇਡੀ ਪਈ ਹੋਈ ਹੈ ਤਾਂ ਇਹਦਾ ਅੰਤਰ ਹੋ ਜਾਊਗਾ 올 ਆਫ ਦਾ ਅਬੋਵ ਤੇ ਮੇਰੇ ਕੋਲ ਸਭ ਤੋਂ ਪਹਿਲਾਂ ਦਵਾਰੇ ਆਨਸਰ ਆਸਮਨਦੀਪ ਸਿੰਘ ਜੀ ਦਾ ਤੇ ਦੂਜੇ ਨੰਬਰ ਤੇ ਆ ਰਵੀਨਾ ਦਾ ਆਨਸਰ ਆ ਮੇਰੇ ਕੋਲ 올 ਚਲੋ ਜੀ ਹਾਂਜੀ ਵਿੱਚ ਡਾਕੂਮੈਂਟਸ ਵਰ ਰੀਸੈਂਟਲੀ ਲੀਕਡ ਥੈਟ ਐਕਸਪੋਜ਼ਡ ਦਾ ਸੀਕ੍ਰੀਟ ਵੈਲਥ ਆਫ ਸੈਵਰਲ ਵਰਲਡ ਲੀਡਰ ਪੋਲੀਟੀਸ਼ੀਅਨ ਐਂਡ ਬਿਲੀਅਨਰ ਹਾਲ ਹੀ ਵਿੱਚ ਕਿਹੜੇ ਦਸਤਾਵੇਜ਼ ਲੀਕ ਹੋਏ ਨੇ ਜਿਨ੍ਹਾਂ ਨੇ ਵਿਸ਼ਵ ਦੇ ਕਈ ਨੇਤਾਵਾਂ ਰਾਜਨੀਤਾਂਵਾਂ ਤੇ ਅਰਬ ਪਤੀਆਂ ਦੀ ਗੁਪਤ ਦੌਲਤ ਦਾ ਪਰਦਾਫਾਸ਼ ਕੀਤਾ ਹੈ ਬਹੁਤ ਇੰਪੋਰਟੈਂਟ ਸਵਾਲ ਹੋ ਜਾਂਦਾ ਪਨਾਮਾ ਪੰਡੋਰਾ ਜਾਂ ਫਿਰ ਪੈਗਸਸ ਪਨਾਮਾ ਪੰਡੋਰਾ ਜਾਂ ਫਿਰ ਪੈਗਸਸ ਤਾਂ ਇਹਦਾ ਅੰਤਰ ਹੋ ਜਾਗਾ ਜੀ ਪੰਡੋਰਾ ਪੀਪਰਸ ਹੋ ਜੂਗਾ ਇਹਦਾ ਆਨਸਰ ਪੰਡੋਰਾ ਪੀਪਰਸ ਹੋ ਜੂਗਾ ਤੇ ਮੇਰੇ ਕੋਲ ਸਭ ਤੋਂ ਪਹਿਲਾਂ ਕਰੈਕਟ ਆਨਸਰ ਕੀਤਾ ਸੁਮਨਦੀਪ ਸਿੰਘ ਜੀ ਨੇ ਕੀਤਾ ਤੇ ਦੂਜੇ ਨੰਬਰ ਤੇ ਮੇਰੇ ਕੋਲ ਸਹੀ ਆਨਸਰ ਕੀਤਾ ਹੈ ਪੰਡੋਰਾ ਰਵੀਨਾ ਦਾ ਆਨਸਰ ਹੈ ਮੇਰੇ ਕੋਲ ਉਤਨੀ ਰਵੀਨਾ ਹਾਂ ਸੁਮਨਦੀਪ ਸਿੰਘ ਤੋਂ ਬਾਅਦ ਆਇਆ ਰਵੀਨਾ ਦਾ ਕਰੈਕਟ ਆਨਸਰ ਇਹਦੇ ਅੰਦਰ ਜੀ ਅਮਿਤਾ ਬੱਟਨ ਜੈਕੀ ਸ਼ਰਾਫ ਅਨਿਲ ਅੰਬਾਨੀ ਵਰਗਿਆਂ ਦੇ ਨਾਮ ਵੀ ਨੇ ਤਾਂ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਨਿਊਜ਼ ਸੀ ਪੰਡੋਰਾ ਪੀਪਰਸ ਪਨਾਮਾ ਪੀਪਰ ਕਾਫੀ ਸਾਲ ਪਹਿਲਾਂ ਆਇਆ ਸੀ ਤੇ ਪੈਗਸਸ ਕੀ ਹੈ ਇੱਕ ਇਜ਼ਰਾਈਲ ਦਾ ਇੱਕ ਵਾਇਰਸ ਹੈ ਸੌਫਟਵੇਅਰ ਵਾਇਰਸ ਹੈ ਸਪਾਈਵੇਅ ਕਹਿੰਦੇ ਆ ਵਾਇਰਸ ਕਹਿੰਦਾ ਮੈਂ ਸਪਾਈਵੇਅ ਹੈ ਪੈਗਸਸ ਹਾਂਜੀ ਕਿਹੜੀ ਸਟੇਟ ਦੇ ਪ੍ਰਧਾਨ ਮੁੱਖ ਮੰਤਰੀ ਨੇ 10 ਪੁਆਇੰਟ ਵਿంటర్ ਐਕਸ਼ਨ ਪਲਾਨ ਕੱਢਿਆ ਹੈ ਟੂ ਟੈਕਲ ਪ੍ਰੋਬਲਮ ਆਫ 에ਅਰ ਪੋਲਿਊਸ਼ਨ ਇਹ ਤਾਂ ਕੱਲ ਮੈਂ ਵੈਸੀ ਕਰਾ ਚੁੱਕਾ ਤਾਂ ਜੀ ਕਿਹੜੀ ਸਟੇਟ ਦੇ ਚੀਫ ਮਿਨਿਸਟਰ ਨੇ 10 ਪੁਆਇੰਟ ਵਿంటర్ ਐਕਸ਼ਨ ਪਲਾਨ ਕੱਢਿਆ ਟੂ ਟੈਕਲ ਦਾ ਪ੍ਰੋਬਲਮ ਆਫ 에ਅਰ ਪੋਲਿਊਸ਼ਨ ਦਿੱਲੀ ਉੱਤਰ ਪ੍ਰਦੇਸ਼ ਮਹਾਰਾਸ਼ਟਰ ਜਾਂ ਵੈਸਟ ਬੰਗਾਲ ਦਿੱਲੀ ਉੱਤਰ ਪ੍ਰਦੇਸ਼ ਮਹਾਰਾਸ਼ਟਰ ਜਾਂ ਵੈਸਟ ਬੰਗਾਲ ਤਾਂ ਇਹਦਾ ਅੰਤਰ ਹੋ ਜਾਊਗਾ ਜੀ ਦਿੱਲੀ ਤੇ ਮੇਰੇ ਕੋਲ ਸਭ ਤੋਂ ਪਹਿਲਾਂ ਆਇਆ ਫਿਰ ਸੁਮਨਦੀਪ ਸਿੰਘ ਜੀ ਦਾ ਤੇ ਦੂਜਾ ਨੰਬਰ ਤੇ ਆਇਆ ਹੈ ਰਾਜਨਪ੍ਰੀਤ ਸਿੰਘ ਜੀ ਦਾ ਇਹ ਗੱਲ ਧਿਆਨ ਰੱਖਣੀ ਹੈ ਦਿੱਲੀ ਦਾ ਹੈ 10 ਪੁਆਇੰਟ ਐਕਸ਼ਨ ਪਲਾਨ ਤੇ ਦਿੱਲੀ ਨਹੀਂ ਕੀਤਾ ਹੈ ਕੀ ਕੀਤਾ ਹੈ 10 10 ਸੰਡੇ ਕੀ ਸੀ 10 ਹਫ਼ਤੇ ਸੌਰੀ 10 ਹਫ਼ਤੇ 10 ਰਵੀਵਾਰ ਦਾ ਸੰਡੇ ਕੋ ਤੇ 10 ਮਿੰਟ ਐਦਾਂ ਕਰਕੇ ਸੀ ਇਹਨਾਂ ਦਾ ਵੀ ਹਰ ਸੰਡੇ ਨੂੰ 10 ਵਿੰਟ ਕੱਢ ਕੇ ਹਰ ਹਫ਼ਤੇ ਦੇ ਹਰ ਸੰਡੇ ਨੂੰ 10 ਮਿੰਟ ਕੱਢ ਕੇ ਤੁਸੀਂ ਕਰਨਾ ਕਿ ਤੁਹਾਡੇ ਆਲੇ-ਦੁਆਲੇ ਜਿੰਨਾ ਵੀ ਪਾਣੀ ਪੂਣੀ ਕਿਤੇ ਜਮਾ ਹੋਇਆ, ਕੁੱਲਰ ਚ ਜਮਾ ਹੋਇਆ, ਗਮਲਿਆਂ ਜਮਾ ਹੋਇਆ। ਉਹਨੂੰ ਤੁਸੀਂ ਸਿੱਟਣਾ ਕਿਉਂ? ਕਿਉਂਕਿ ਡੇਂਗੀ ਤੋਂ ਬਚਣ ਲਈ। ਡੇਂਗੂ ਕਹਿੰਦੇ ਨੇ ਵੈਸੇ ਇਹਦੀ ਪਹੁੰਚ ਪ੍ਰੋਨਨਸੀਏਸ਼ਨ ਪ੍ਰੋਨਨਸੀਏਸ਼ਨ ਅੰਗਰੇਜ਼ੀ 'ਚ ਕਹਿੰਦੇ ਡੇਂਗੀ ਹੁੰਦੀ ਹੈ। ਡੇਂਗੂ ਨਹੀਂ ਕਹਿੰਦੇ। ਡੇਂਗੂ ਵੈਸੇ ਆਪ ਆਮ ਭਾਸ਼ਾ 'ਚ ਕਹਿੰਦੇ ਵੈਸੇ ਇਹਨੂੰ ਡੇਂਗੀ ਕਿਹਾ ਜਾਂਦਾ। ਤਾਂ ਉਹਨੂੰ ਬਚਾਉਣ ਲਈ ਮਤਲਬ ਲੋਕਾਂ ਨੂੰ ਅਵੇਅਰ ਕਰਨ ਲਈ ਸਫਾਈ ਲਈ ਇਹ ਦੇ ਲਈ ਇਹ ਇਹਨਾਂ ਦੀ ਉਹ ਸੀ ਪਹਿਲ। ਆ ਜੀ ਫਿਰ ਸੁਮਨਦੀਪ ਆ ਜੀ ਇਹ ਨੇ ਜੀ ਸੁਮਨਦੀਪ ਸਿੰਘ ਜਿਹੜੇ ਸਭ ਤੋਂ ਵੱਧ ਆਨਸਰ ਕਰ ਰਹੇ ਨੇ ਦੇਖ ਲਓ ਫੋਟੋ ਤੁਹਾਡੇ ਸਾਰਿਆਂ ਦੇ ਸਾਹਮਣੇ ਅੱਜ ਇਹ ਕੱਲ ਤੁਹਾਡੀ ਇੱਥੇ ਫੋਟੋ ਆ ਸਕਦੀ ਹੈ ਸੁਮਨਦੀਪ ਸਿੰਘ ਭਾਜੀ ਨੇ ਕੱਲ ਬਹੁਤ ਜ਼ਿਆਦਾ ਆਨਸਰ ਸਭ ਤੋਂ ਜ਼ਿਆਦਾ ਆਨਸਰ ਕੀਤੇ ਸੀ ਤੇ ਮੋਸਟ ਪ੍ਰੋਬੇਬਲੀ ਕੱਲ ਵੀ ਭਾਜੀ ਦੀ ਇਹੀ ਫੋਟੋ ਲੱਗਣ ਜਾ ਰਹੀ ਮੈਂ ਕਹਿੰਦਾ ਭਾਜੀ ਕੋਈ ਹੋਰ ਫੋਟੋ ਭੇਜ ਦਿਓ ਆਪਣੀ ਬੱਚਿਆਂ ਤੇ ਦੇਖ ਦੇਖ ਥੱਕ ਗਏ ਹੋਣੇ ਇੱਕ ਹੋਰ ਫੋਟੋ ਲਿਆ ਦਿਓ ਕਹਿੰਦੇ ਜੀ ਸੁਮਨਦੀਪ ਸਿੰਘ ਜੀ ਤੇ ਕੱਲ ਇੱਕ ਹੋਰ ਸਾਡੇ ਕੋਲ ਆਕਾਂਖਸ਼ਾ ਜਿਸੇ ਇਹਨਾਂ ਨੇ ਵੀ ਦਿੱਤੇ ਸੀ ਇਹ ਕਹਿੰਦੇ ਸੀ ਯਾਰ ਇੱਕ ਸਵਾਲ ਪਿੱਛੇ ਰਹਿ ਗਿਆ ਸੀ ਇਹਨਾਂ ਨੇ ਲੈਂਡ ਤੇ ਜਾ ਕੇ ਆਨਸਰ ਕਰਨੇ ਘੱਟ ਕਰਤੇ ਬਟ ਫਿਰ ਵੀ ਆਪਾਂ ਲੈ ਲਿਆ ਤਾਂ ਜੀ ਆकांक्षा ਗੁਪਤਾ ਦੇਵੀ ਬਟ ਕੱਲ ਤੋਂ ਫਿਰ ਇਦਾਂ ਹੀ ਕਰਦੇ ਆਪਾਂ ਦੋ ਦੋ ਫੋਟੋ ਲਵਾਉਣੇ ਹੈ ਨਾ ਠੀਕ ਹੈ ਨਾ ਗੱਲ ਦੋ ਦੋ ਫੋਟੋ ਲਵਾਇਆ ਕਰਾਂਗੇ ਕੱਲ ਤੋਂ ਚਲੋ ਇਹ ਧਿਆਨ ਰੱਖੋ ਸਾਰੇ ਤਾਂ ਜੀ ਕੁਐਸਚਨ ਕਰੋ ਫੋਟੋ ਤੁਹਾਡੀ ਸਾਹਮਣੇ ਹੋਗੀ YouTube ਤੇ ਸਾਰੇ ਦੇਖ ਸਕਦੇ ਹੋ Telegram ਤੇ ਵੀ ਪਈ ਹੋਈ ਹੈ ਤੇ YouTube ਤੇ ਵੀ ਪਈ ਹੋਈ ਹੈ ਚਲੋ ਤੇ ਅੱਜ ਇੱਕ ਨਵਾਂ ਬੈਚ ਸਾਰੇ ਸੁਣ ਕੇ ਜਾਓ ਨਵਾਂ ਬੈਚ ਹੈ ਪੀਪੀਐਸਸੀ ਕੋਆਪਰੇਟਿਵ ਇਨਸਪੈਕਟਰ ਦਾ ਬੈਚ ਸ਼ੁਰੂ ਹੋ ਚੁੱਕਾ ਹੈ ਤੁਸੀਂ ਵਾਇਰ ਕਰ ਸਕਦੇ ਹੋ ਲਾਈਵ ਕਲਾਸਿਸ ਹੋਣੀਆਂ ਅਸੀਂ ਸਾਰੇ ਪੜ੍ਹਾਣਗੇ ਕੋਡ ਯੂਜ਼ ਕਰਨਾ ਤੁਸੀਂ Y383 Y383 ਤੇ ਕੋਡ ਪੈਜਾਂ ਦਾ ਤੁਹਾਨੂੰ 1840 ਦਾ ਪੈਜਾਂ ਦਾ ਤੁਹਾਨੂੰ ਇਹ ਪੇਪਰ ਤੇ ਰਿਕਾਰਡਡ ਕਲਾਸਿਸ ਮਿਲ ਜਾਣਗੇ ਮੰਨ ਲਓ ਤੁਹਾਡੀ ਕੋਈ ਕਲਾਸ رہ ਜਾਂਦੀ ਹੈ ਤੁਸੀਂ ਇਹ ਕਰ ਸਕਦੇ ਹੋ ਇੱਕ ਵਾਰ ਅਰਮਾਨ ਸਰ ਹੋਣੇ ਮੈਥ ਵਾਲੇ ਇੱਕ ਗਗਨ ਸਰ ਜੀਐਸ ਵਾਲੇ ਨਿਕੇਤਾ ਮੈਡਮ ਇੰਗਲਿਸ਼ ਮੈਂ ਕਰਾਉਂਗਾ ਕਰੰਟ ਅਫੇਅਰ ਤੇ ਰਿਜੀ ਸਰ ਕਰਾਣਗੇ ਰੀਜ਼ਨਿੰਗ ਇਹ ਗੱਲ ਧਿਆਨ ਰੱਖਣੀ ਹੈ ਜੇ ਕੋਈ ਬੈਚ ਬਾਇ ਕਰਨਾ ਚਾਹੁੰਦਾ ਕੋਡ ਯੂਜ਼ ਕਰ ਲਵਾਏ 383 ਚਲੋ ਅੱਗੇ ਚੱਲਦੇ ਹਾਂ ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਆਈਐਫਸੀ ਨੇ ਅਪਾਇੰਟ ਕੀਤਾ ਕਿਨੂੰ ਐਜ਼ ਦਾ ਨਿਊ ਕੰਟਰੀ ਹੈੱਡ ਫਾਰ ਇੰਡੀਆ ਫੇਰ ਇੰਪੋਰਟੈਂਟ ਸਵਾਲ ਹੋ ਜਾਂਦਾ 5 ਸਟਾਰ ਸਵਾਲ ਲਾ ਲਓ ਪਹਿਲਾਂ ਤਾਂ IFC ਦੀ ਫੁੱਲ ਫਾਰਮ ਚੇਤੇ ਰੱਖੋ ਵੀ ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਸਰ ਫੁੱਲ ਫਾਰਮ ਹੈ ਦੀ ਇੰਨੀ ਗੱਲ ਧਿਆਨ ਰੱਖਣੀ ਹੈ ਫਿਰ ਉਹਨਾਂ ਨੇ ਕਿਹਨੂੰ ਅਪੋਇੰਟ ਕੀਤਾ ਐਸ ਦਾ ਨਿਊ ਕੰਟਰੀ ਹੈਡ ਇੰਡੀਆ ਲਈ ਵੈਂਡੀ ਵਰਨਰ ਪ੍ਰੇਸ਼ ਬੀ ਲਾਲ ਵਿਨੇ ਪ੍ਰਕਾਸ਼ ਜਾਂ ਫਿਰ ਜੂਨ ਜ਼ੈਂਗ ਕਲਾਸਿਸ ਬਸ ਹਫਤਾ ਦੇ ਦਿਓ ਸਾਨੂੰ ਹਫਤੇ ਦੇ ਕਿਉਂਕਿ ਸਾਰੀ ਐਡਮਿਸ਼ਨ ਹੋ ਜਾਣੀ ਹੈ ਤਾਂ ਇਹਦਾ ਅੰਤਰ ਕੀ ਹੋਊਗਾ ਇਹਦਾ ਅੰਤਰ ਹੋ ਜਾਊਗਾ ਜੀ ਵੈਂਡੀ ਵਰਨਰ ਹੋ ਜਾਊਗਾ ਤੇ ਮੇਰੇ ਕੋਲ ਸਭ ਤੋਂ ਪਹਿਲਾਂ ਕਰੈਕਟ ਆਨਸਰ ਹੈ ਜੋਤੀ ਡੋਗਰਾ ਦਾਇਆ ਨਹੀਂ ਜੋਤੀ ਡੋਗਰਾ ਨੇ ਤਾਂ ਵਿਨੀ ਲਿਖਿਆ ਹੈ ਵੈਂਡੀ ਵਰਨਰ ਤਾਂ ਕਿਸੇ ਨੇ ਵੀ ਨਹੀਂ ਲਿਖਿਆ ਵੈਂਡੀ ਵਰਨਰ ਲਿਖਿਆ ਗੁਰਮੀਤ ਸਿੰਘ ਨੇ ਲਿਖਿਆ ਡਬਲਯੂਈ ਤਾਂ ਜੀ ਵੈਂਡੀ ਵਰਨਰ ਹੋ ਜਾਂਦਾ ਅਨਸਰ ਆਈਐਫਸੀ ਦਾ ਇੰਡੀਆ ਦਾ ਹੈੱਡ ਬਣਾਇਆ ਗਿਆ ਹੈ ਵੈਂਡੀ ਵਰਨਰ ਨੂੰ ਚਲੋ ਕਿਹੜੀ ਮਿਨਿਸਟਰੀ ਨੇ ਆਰਗੇਨਾਈਜ਼ ਕੀਤੀ ਕਾਨਫਰੈਂਸ਼ਨ ਕਾਨਫਰੰਸ ਔਨ ਬੁੱਧਿਸਟ ਸਰਕਟ ਬਹੁਤ ਇੰਪੋਰਟੈਂਟ ਸਵਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੁਸ਼ੀਨਗਰ ਵਿੱਚ 에어ਪੋਰਟ ਵੀ ਬਣਿਆ ਉਹ ਉਹ ਵੀ ਕੀ ਹੈ ਮਹਾਤਮਾ ਬੁੱਧ ਤੋਂ ਰਿਲੇਟਿਡ ਜਗਾ ਹੈ ਤਾਂ ਇਹ ਵੀ ਦੇਖੋ ਬੁੱਧਿਸ ਸਰਕਟ ਕਿਹੜੀ ਮਿਨਿਸਟਰੀ ਨੇ ਲਾਂਚ ਕੀਤਾ ਆਰਗੇਨਾਈਜ਼ ਕੀਤੀ ਕਾਨਫਰੈਂਸ ਟੂਰਿਜ਼ਮ ਨੇ ਕਾਮਰਸ ਨੇ ਮਿਨਿਸਟਰੀ ਆ ਮਾਈਨੋਰਿਟੀ ਅਫੇਅਰ ਜਾਂ ਫਿਰ ਐਕਸਟਰਨਲ ਅਫੇਅਰ ਨੇ ਇਹਦਾ ਕੀ ਆਨਸਰ ਹੋ ਜੂਗਾ ਇਹਦਾ ਆਨਸਰ ਹੋ ਜੂਗਾ ਜੀ ਮਿਨਿਸਟਰੀ ਆਫ ਟੂਰਿਜ਼ਮ ਨੇ ਤੇ ਮੇਰੇ ਕੋਲ ਸਭ ਤੋਂ ਸਹੀ ਪਹਿਲਾ ਸਹੀ ਆਨਸਰ ਆਇਆ ਹੈ ਬਹੁਤ ਛੇਤੀ ਨਿਕਲਣ ਲੱਗੇ ਆਨਸਰ ਇੱਕ ਤਾਂ ਸੁਮਨਦੀਪਾ ਜੀ ਦਾ ਆਇਆ ਫਿਰ ਤੇ ਦੂਜਾ ਆਇਆ ਜੋਤੀ ਡੋਗਰਾ ਦਾ ਆਨਸਰ ਆ ਮੇਰੇ ਕੋਲ ਸੈਕਿੰਡ ਨੰਬਰ ਤੇ ਜੋਤੀ ਡੋਗਰਾ ਦਾ ਹਜੇ ਵੀ ਸੈਕਿੰਡ ਤੇ ਤੁਸ਼ਾਰ ਅਰੋੜਾ ਨੇ ਫਰਸਟ ਤੇ ਸੁਮਨ ਨੇ ਸੁਮਨਦੀਪਾ ਜੀ ਨੇ ਚਲੋ Tata Power ਐਂਟਰ ਕੀਤਾ ਇੱਕ ਪਾਰਟਨਰਸ਼ਿਪ ਵਿਦ ਕਿਹਦੇ ਲਈ ਫਾਰ EV ਯਾਨੀ ਕਿ ਇਲੈਕਟ੍ਰਿਕ ਵੀਕਲ ਚਾਰਜਿੰਗ ਇਨਫਰਾਸਟ੍ਰਕਚਰ ਲਈ ਕਿਹਦੇ ਨਾਲ ਟਾਈ ਅਪ ਕੀਤਾ ਹੈ Tata Power ਨੇ ਕਿਹਦੇ ਨਾਲ ਟਾਈ ਅਪ ਕੀਤਾ ਹੈ TVS ਮੋਟਰ Bajaj Automarucci Suzuki ਜਾਂ ਫਿਰ Mahindra TVS ਮੋਟਰ Bajaj Automarucci Suzuki ਜਾਂ ਫਿਰ Mahindra ਤਾਂ ਇਹਦਾ ਅੰਤਰ ਹੋ ਜਾਂਦਾ ਜੀ TVS ਮੋਟਰਸ ਨਾਲ ਕੀਤਾ ਹੈ Tata ਆਵਰ ਨੇ ਆਨਸਰ ਆਇਆ ਸਭ ਤੋਂ ਪਹਿਲਾਂ ਸੁਮਨਦੀਪ ਸਿੰਘ ਤੇ ਸੈਕਿੰਡ ਨੰਬਰ ਤੇ ਆਇਆ ਮੰਗਲਾ ਦੇਵੀ ਦਾ ਛੇਤੀ ਛੇਤੀ ਸਾਰੇ ਬੈਕਅਪ ਕਰੋ ਹਿੰਮਤ ਰੱਖੋ ਸੈਸ਼ਨ ਨੂੰ ਲਾਈਕ ਸ਼ੇਅਰ ਤਾਂ ਆਪਣੇ ਹਿਸਾਬ ਨਾਲ ਕਰਦੇ ਰਹੋ ਬਟ ਆਨਸਰ ਵਾਲੇ ਵੀ ਧਿਆਨ ਰੱਖੋ ਵੀ ਸਹੀ ਸਭ ਤੋਂ ਤੇਜ਼ ਆਨਸਰ ਕਿੱਦਾਂ ਦਿੱਤਾ ਜਾਵੇ ਕਿਉਂਕਿ ਕਰੰਟ ਅਫੇਅਰ ਚ ਮੈਂ ਨਹੀਂ ਚਾਹੁੰਦਾ ਤੁਸੀਂ ਜਾ ਕੇ ਅਟਲੀਸਟ ਮੇਰੇ ਤੋਂ ਜਿਹੜੇ ਪੜ੍ਹ ਕੇ ਜਾ ਰਹੇ ਨੇ ਮੈਂ ਨਹੀਂ ਚਾਹੁੰਦਾ ਕੋਈ ਆਪਣਾ ਉੱਥੇ ਟਾਈਮ ਵੇਸਟ ਕਰੇ ਕਰੰਟ ਅਫੇਅਰ ਦਾ ਸਵਾਲ ਹੋਣਾ ਚਾਹੀਦਾ ਦੇਖਿਆ ਟਿਕ ਦੇਖਿਆ ਟਿਕ ਦੇਖਿਆ ਟਿਕ ਗੋਲਾ ਭਰ ਤਾਂ ਚਲੋ ਮੈਂ ਇਸ ਚ ਆਪਣਾ ਟਾਈਮ ਸਪੈਂਡ ਕਰੋ ਰੀਜ਼ਨਿੰਗ ਮੈਂ ਨਹੀਂ ਚਾਹੁੰਦਾ ਇਹਦੇ ਤੁਹਾਡਾ ਟਾਈਮ ਵੇਸਟ ਹੋ ਕਿਉਂਕਿ ਇਹ ਨੇ ਫ੍ਰੀ ਦੇ ਨੰਬਰ ਹੁੰਦੇ ਆ ਇਹ ਮੈਂ ਜਿੱਦਾਂ ਦੇ ਰਿਵਿਜ਼ਨ ਕਰਾ ਰਿਹਾ ਮੈਂ ਨਹੀਂ ਚਾਹੁੰਦਾ ਵੀ ਕੋਈ ਵੀ ਇੱਥੇ ਟਾਈਮ ਵੇਸਟ ਕਰੇ ਆਪਣਾ ਠੀਕ ਹੈ ਜੀ ਚਲੋ ਹਾਂਜੀ ਹੈਗੀ ਹੈ ਨੈਗੇਟਿਵ ਮਾਰਕਿੰਗ ਇਹ ਨੋਟ ਕਰ ਲਓ ਸਕਰੀਨਸ਼ਾਟ ਲੈ ਲਓ ਕੀ ਕਰਨਾ ਤੁਸੀਂ ਜਿੱਦਾਂ ਵੀ ਕਰ ਰਹੋ ਬ੍ਰਾਂਡ ਅੰਬੈਸਡਰ ਨੇ ਇੰਪੋਰਟੈਂਟ ਇੰਪੋਰਟੈਂਟ ਥੋੜੇ ਅੱਧੇ ਇਹ ਨੇ ਅੱਧੇ ਤੁਹਾਨੂੰ ਕੱਲ ਕਰਾਇਆ ਜਾਣੇਗਾ ਤਾਂ ਹੀ ਕਹਿਣਾ ਵੀ ਕਲਾਸ ਕੋਈ ਮਿਸ ਨਾ ਕਰਿਓ ਮੈਨੂੰ ਨਹੀਂ ਪਤਾ ਸੀ ਮੈਂ ਕੱਲੇ ਕਲਾਸ ਕਰਾਉਂਗਾ ਮੈਨੂੰ ਨਹੀਂ ਪਤਾ ਮੈਂ ਕੱਲ ਕਲਾਸ ਕੀ ਕਰਾਉਂਗਾ ਤਾਂ ਇਹਦੇ ਅਮਰਤਾਂਜਨ ਹੈਲਥ케ਅਰ ਬਜਰੰਗ ਪੂਨੀਆ ਡਾਬਰ ਗੁਲਾਬਰੀ ਦਿਸ਼ਾ ਪਾਟਨੀ ਐਨਬੀਏ ਰਣਵੀਰ ਸਿੰਘ ਏ6 ਰਵਿੰਦਰ ਜੜੇਜਾ ਵਨ ਪਲੱਸ ਦੇ ਜਸਪ੍ਰੀਤ ਬੂਮਰਾ ਫਾਇਰ ਬੋਰਡ ਦੇ ਵਿਰਾਟ ਕੋਹਲੀ ਫਿਨੋ ਪੇਮੈਂਟ ਬੈਂਕ ਦੇ ਪੰਕਜ ਤ੍ਰਿਪਾਠੀ ਮੋਟੋ ਜੀਪੀ ਇੰਡੀਆ ਦੇ ਮੋਟੋ ਜੀਪੀ ਇੰਡੀਆ ਜੌਨ ਇਬਰਾਹਮ ਟਾਟਾ ਏਆਈ ਦੇ ਨੀਰਜ ਚੋਪੜਾ ਇਕਵਿਟਾ ਸਮਾਲ ਫਾਈਨੈਂਸ ਬੈਂਕ ਦੇ ਰਾਨੀ ਰਾਮਪਾਲ ਐਂਡ ਸਮ੍ਰਿਤੀ ਮੰਧਾਨਾ ਸਮ੍ਰਿਤੀ ਮੰਧਾਨਾ एमवी ਤੇ ਐਡੀਡਾਸ ਦੀ ਮੀਰਾ ਬਾਈ ਚਾਨੂ ਪੈਪਸਿਕੋ ਦੀ ਸ਼ਫਾਲੀ ਵਰਮਾ ਕ੍ਰਿਕਟਰ ਨੇ 17 ਸਾਲ 100 ਦਿਨ ਸਭ ਤੋਂ ਯੰਗਸ਼ਟ ਕ੍ਰਿਕਟਰ ਇਨ ਇੰਡੀਆ ਬੇਟੀ ਬਚਾਓ ਬੇਟੀ ਪੜਾਓ ਅਰਵਾਰਾਸ਼ਤਾਨ ਦੀ ਬ੍ਰਾਂਡ ਐਮਬੈਡਰ ਅਵਨੀ ਲਖਰ ਅਤੇ ਯੂਕੇ ਟੂਰਿਜ਼ਮ ਐਂਡ ਕਲਚਰ ਦੇ ਨੇ ਪਵੰਦੀ ਪਰਾਜਨ ਇੰਡੀਅਨ ਆਈਡਲ ਦੇ ਵਿਨਰ ਨੇ ਇਸ ਸਾਲ ਦੇ ਇੰਡੀਅਨ ਆਈਡਲ ਦੇ ਵਿਨਰ ਨੇ ਇਹ ਗੱਲਾਂ ਧਿਆਨ ਰੱਖਣੇ ਤੁਸੀਂ ਬਹੁਤ ਇੰਪੋਰਟੈਂਟ ਹੈ ਹਾਂਜੀ ਹਾਂਜੀ ਲੋ ਲੋ ਸਕਰੀਨਸ਼ਾਟ ਲੋ ਦੱਬ ਕੇ ਲੋ ਹਾਂਜੀ ਹਾਂਜੀ ਬਜਰੰਗ ਪੂਨੀਆ ਐਂਡ ਮੀਰਾ ਬਾਈ ਚਾਨੂ CHN ਲਿਖ ਦੇਣਾ ਮੈਂ ਨਾ ਸਾਈਕੋ ਮੇਰਾ ਬਾਈ ਚਨੂ ਫੁੱਲ ਨਾ ਨਾ ਪੂਰਾ ਨਾ ਨਾ ਦਵੇ ਸੇ ਕਲਾਸ ਟਾਈਮਿੰਗ ਡੋਏ ਕਾਸ਼ੂ ਕਲਾਸ ਟਾਈਮਿੰਗ ਹੁੰਦੀ ਹੈ ਡੇਲੀ ਰੋਜ਼ ਸਵੇਰੇ 8am ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ ਡੋ ਰੋਜ਼ ਸਵੇਰੇ ਡੇਲੀ 8am ਕਰੰਟ ਅਫੇਅਰ ਇਹ ਕਦੇ ਇਹ ਤੁਸੀਂ ਮਿਸ ਕਰਨਾ ਜੇ ਤੁਸੀਂ ਸੀਰੀਅਸ ਹੋ ਪੇਪਰ ਲਈ ਤੁਸੀਂ ਆਪਣੀ ਤਿਆਰੀ ਹੋਰ ਤਗੜੀ ਕਰਨਾ ਚਾਹੁੰਦੇ ਹੋਰ ਵਧੀਆ ਕਰਨਾ ਚਾਹੁੰਦੇ ਹੋ ਤਾਂ 8am ਕਰੰਟ ਅਫੇਅਰ ਦੀ ਕਲਾਸ ਮੇਰੇ ਅਕੋਰਡਿੰਗ ਤੁਸੀਂ ਨਾ ਕਰੋ ਮਿਸ ਪੀਪੀਐਸਸੀ ਵਿੱਚ ਇਸ ਪਰ ਕੋਆਪਰੇਟਿਵ ਇਨਸਪੈਕਟਰ ਚ 네ਗੇਟਿਵ ਮਾਰਕਿੰਗ ਹੈਗੀ ਹੈ ਚਲੋ ਅਗਲੇ ਸਵਾਲ ਚੱਲਦੇ ਵਾਟ ਇਜ਼ ਇੰਡੀਆਜ਼ ਰੈਂਕ ਇਨ ਪਾਸਪੋਰਟ ਇੰਡੈਕਸ ਰੈਂਕਿੰਗ ਰਿਲੀਜ਼ ਰੀਸੈਂਟਲੀ ਤਾਂ ਜੀ ਪਾਸਪੋਰਟ ਰੈਂਕਿੰਗ ਜਿਹੜੀ ਰੀਸੈਂਟਲੀ ਰਿਲੀਜ਼ ਕੀਤੀ ਹੈ ਹੈਨਲੀ ਪਾਸਪੋਰਟ ਰੈਂਕਿੰਗ ਉਹਦੀ ਇਹਦੇ ਅੰਦਰ ਇੰਡੀਆ ਦੀ ਰੈਂਕ ਕਿੰਨੀ ਆਈ ਹੈ 96 90 84 ਜਾਂ 80 ਤਾਂ ਇਹਦਾ ਅੰਤਰ ਹੋ ਜਾਊਗਾ ਜੀ ਇੰਡੀਆ ਦੀ ਰੈਂਕ ਆਈ ਹੈ 91st ਪੋਜੀਸ਼ਨ ਤੇ ਆ ਰੱਖਣੀ ਸਾਨੂੰ ਫਸਟ ਪੋਜੀਸ਼ਨ ਆਈ ਹੈ ਜਾਪਾਨ ਐਂਡ ਸਿੰਗਾਪੁਰ ਦੀ ਜੇ ਕਿਸ ਨੇ ਹੋਜੀ ਹੋਰ ਵੀਡੀਓ ਦੇਖਣੀ ਹੈ ਵੀ ਰੈਂਕ ਇੰਡੈਕਸ ਪਾਸਪੋਰਟ ਇੰਡੈਕਸ ਹੋ ਗਿਆ ਦੂਜੇ ਇੰਡੈਕਸ ਹੋ ਗਏ ਰਿਪੋਰਟਸ ਰੈਂਕਾਂ ਹੋ ਗਈਆਂ ਉਹਦੇ ਲਈ ਇੱਕ ਅੱਡ ਤੋਂ ਵੀਡੀਓ ਬਣੀ ਪਈ ਹੈ ਰਿਪੋਰਟਸ ਰੈਂਕਸ ਐਂਡ ਇੰਡੈਕਸਿਸ ਉਹ ਵੀ ਕਿੱਥੇ ਪੰਜਾਬ ਵੱਡਾ 247 ਤੇ ਪਈ ਹੋਈ ਹੈ ਤੇ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਆਇਆ ਹੈ ਨਾਇੰਟੀ ਸੁਪ੍ਰੀਤ ਸੁਮਨਦੀਪ ਸਿੰਘ ਤੇ ਸੁਪ੍ਰੀਤ ਕੌਰ ਦਾ ਆ ਸੁਮਨਦੀਪ ਸਿੰਘ ਤੇ ਸੁਪ੍ਰੀਤ ਕੌਰ ਹਜੇ ਵੀ ਟੌਪ 2 ਚ ਨੇ ਸੁਮਨਦੀਪ ਸਿੰਘ ਤੇ ਤੁਸ਼ਾਰ ਅਰੋੜਾ ਚਲੋ ਹਾਂ ਵਾਟ ਇਜ਼ ਦਾ ਨੇਮ ਆਫ ਦਾ ਵਿਸਲ ਬਲੋਅਰ ਜਿਹਨੇ ਪ੍ਰੋਵਾਈਡ ਕੀਤੀ ਕੁਝ ਇੰਟਰਨਲ ਡਾਕੂਮੈਂਟ ਫੇਸਬੁੱਕ ਦੇ ਰਿਗਾਰਡਿੰਗ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਜਾਇੰਟ ਯਾਨੀ ਕਿ ਫੇਸਬੁੱਕ ਨੂੰ ਕ੍ਰਾਈਸਿਸ ਚ ਪਾਤਾ ਮਤਲਬ ਕਿ ਮੁਸ਼ਕਿਲ ਚ ਪਾਤਾ ਵਿਸਲ ਬਲੋਅਰ ਦਾ ਮਤਲਬ ਹੁੰਦਾ ਵੀ ਪਹਿਲਾਂ ਉੱਥੇ ਕੰਮ ਕਰਦੀ ਹੁੰਦੀ ਸੀ ਉਹਨੂੰ ਕੁਝ ਲੱਗਿਆ ਵੀ ਉੱਥੇ ਕੁਝ ਪੁੱਠਾ ਕੰਮ ਹੋ ਰਿਹਾ ਉਹਨੇ ਬਾਹਰ ਜਾ ਕੇ ਜੌਬ ਛੱਡ ਕੇ ਸਾਰਾ ਕੁਝ ਦੱਸਤਾ ਉਹਨਾਂ ਦਾ ਨਾਂ ਕੀ ਹੈ ਫਰਾਂਸਿਸ ਹੋਹਨ ਸਨੋਡਨ ਜਾਂ ਫਿਰ ਜੂਲੀਅਸ ਅਸਾਂ ਜਾਂ ਫਿਰ ਨਨ ਆਫ ਦਾ ਅਬਵ ਕੀ ਹੋਊਗਾ ਇਹਦਾ ਆਨਸਰ ਤਾਂ ਇਹਦਾ ਅੰਸਰ ਹੋ ਜਾਊਗਾ ਜੀ ਫ੍ਰਾਂਸਿਸ ਹੋਹਨ ਹੋ ਜਾਊਗਾ ਅੰਸਰ ਤੇ ਪਹਿਲਾ ਅੰਸਰ ਸੁਮਨਦੀਪ ਸਿੰਘ ਦਾ ਤੇ ਦੂਜੇ ਨੰਬਰ ਤੇ ਆ ਮਨੀਸ਼ਾ ਸ਼ਰਮਾ ਦਾ ਅੰਸਰ ਹੈ ਵੈਰੀ ਗੁੱਡ ਤਾਂ ਫ੍ਰਾਂਸਿਸ ਹੋਹਨ ਹੋ ਜਾਊਗਾ ਅੰਸਰ ਫੇਸਬੁੱਕ ਦਾ ਨਾਮ ਹੁਣ ਬਦਲ ਕੇ ਹੋ ਚੁੱਕਾ ਹੈ ਮੈਟਾ ਇਹ ਵੀ ਧਿਆਨ ਰੱਖਣਾ ਐਮ ਈ ਟੀ ਏ ਮੈਟਾ ਕਹੋ ਕੋਈ ਕਹਿੰਦੇ ਮੀਟਾ ਕਹਿੰਦੇ ਤੁਹਾਡੀ ਮਰਜ਼ੀ ਹੈ ਜੋ ਵੀ ਕਹੋ ਐਮ ਈ ਟੀ ਏ ਹੋ ਚੁੱਕਾ ਹੈ ਇਹਦਾ ਅੰਸਰ ਚਲੋ ਜੀ ਇਹ 711 ਹੈਜ਼ ਐਂਟਰਡ ਇਨਟੂ ਅ ਫਰੈਂਚਾਈਜ਼ੀ ਐਗਰੀਮੈਂਟ ਵਿਦ ਹੂਮ ਟੂ ਲਾਂਚ ਇਟਸ ਕਨਵੀਨੀਅੰਸ ਸਟੋਰਸ ਤਾਂ ਜੀ 711 ਬਹੁਤ ਹੀ ਫੇਮਸ ਯੂ ਐਸ ਏ ਯਾਨੀ ਕਿ ਯੂਨਾਈਟਿਡ ਸਟੇਟ ਆਫ ਅਮਰੀਕਾ ਦੀ ਇੱਕ ਚੇਨ ਹੈ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੰਡੀਆ ਵਿੱਚ ਸਟੋਰ ਖੋਲਣਾ ਤੇ ਪਹਿਲਾ ਸਟੋਰ ਖੋਲਣ ਜਾ ਰਹੇ ਮੁੰਬਈ ਵਿੱਚ ਖੋਲਣ ਜਾ ਰਹੇ ਆ ਤਾਂ ਇਹਨਾਂ ਨੇ ਇੰਡੀਆ ਵਿੱਚ ਕਿਹਦੇ ਨਾਲ ਟਾਈ ਅਪ ਕੀਤਾ ਰਿਲਾਇੰਸ ਐਡੀਡਾਸ ਪਤੰਜਲੀ ਜਾਂ ਫਿਰ ਕੋਈ ਵੀ ਨਹੀਂ ਰਿਲਾਇੰਸ ਐਡੀਡਾਸ ਪਤੰਜਲੀ ਜਾਂ ਫਿਰ ਕੋਈ ਵੀ ਨਹੀਂ ਤਾਂ ਇਹਦਾ ਆਨਸਰ ਹੋ ਜਾਊਗਾ ਜੀ ਰਿਲਾਇੰਸ ਨਾਲ ਕੀਤਾ ਹੈ ਤਾਂ ਸਾਡੇ ਕੋਲ ਆਨਸਰ ਰਿਲਾਇੰਸ ਆਇਆ ਹੈ ਰਾਜਨਪ੍ਰੀਤ ਸਿੰਘ ਜੀ ਦਾ ਆਇਆ ਉਸ ਤੋਂ ਪਹਿਲਾਂ ਮਨੀਸ਼ਾ ਸ਼ਰਮਾ ਦਾ ਆਇਆ ਸਭ ਤੋਂ ਪਹਿਲਾਂ ਉਸ ਤੋਂ ਪਹਿਲਾਂ ਵੀ ਆਏ ਹੋਏ ਨੇ ਸੌਰੀ ਤਾਂ ਜੀ ਮੇਰੇ ਕੋਲ ਸਭ ਤੋਂ ਪਹਿਲਾਂ ਆਇਆ ਹੈ ਪ੍ਰੀਤ ਸੰਧੂ ਦਾ ਆਨਸਰ ਹੈ ਮੇਰੇ ਕੋਲ ਸਭ ਤੋਂ ਪਹਿਲਾਂ ਰਿਲਾਏ ਲਿਖਿਆ ਉਹਨਾਂ ਨੇ ਪ੍ਰੀਤ ਸੰਧੂ ਜੀ ਦਾ ਸਭ ਤੋਂ ਪਹਿਲਾਂ ਮੇਰੇ ਕੋਲ ਆਨਸਰ ਆਇਆ ਹੈ 7 11 ਹੋ ਜਾ ਰਿਹਾ ਹੈ 8 ਜਾ ਰਿਹਾ ਹੈ ਪਾਰਟਨਰਸ਼ਿਪ ਵਿਦ ਰਿਲਾਇੰਸ ਨਾਲ ਚਲੋ who has been chosen as the new iisai chief kene sir assi ki karna hai saida pakistan di agency va tahe ta sade li important tonu pata hai sade har tha te interfere karna ohna ne har kam te ta ji idhar sade li paper li vi sade li thoda re important ho janda ta nave iisai chief kaun ne nadim anjum faiz ahmed mullah habatul akhund zada ya fir hasan akhund ta ehda answer ki ho jauga ehda answer ho jauga ji nadim anjum banaya kaun banaya hai nadim banaya hai iisai da ਹੈੱਡ ਬਣਿਆ ਤੇ ਮੇਰੇ ਕੋਲ ਸਭ ਤੋਂ ਪਹਿਲਾਂ ਨਦੀਮ ਆਨਸਰ ਦਿੱਤਾ ਹੈ ਸੁਮਨਦੀਪ ਸਿੰਘ ਨੇ ਤੇ ਸੈਕੰਡ ਨੰਬਰ ਤੇ ਆਨਸਰ ਦਿੱਤਾ ਹੈ ਮੈਨੂੰ ਗਿਆਨਿੰਦਰ ਕੌਰ ਜੀ ਨੇ ਦਿੱਤਾ ਨਦੀਮ ਅੰਜੂ ਆਨਸਰ ਵੈਰੀ ਗੁੱਡ ਚਲੋ ਕਿਹੜੀ ਸਟੇਟ ਦੇ ਪੋਸਟ ਆਫਿਸ ਨੇ ਰੀਨੇਮ ਕਰਤਾ ਆਪਣਾ ਪੋਸਟ ਆਫਿਸ ਇਨ ਦਾ ਆਨਰ ਆਫ ਕੋਪ ਸੰਦੀਪ ਸਿੰਘ ਢਾਲੀਵਾਲ ਇਹ ਯੂਐਸਟੀ ਦੀ ਗੱਲ ਹੋ ਰਹੀ ਹੈ ਇੱਕ ਸਾਡੇ ਇੰਡੀਅਨ ਅਮਰੀਕਨ ਨੇ ਨਾਂ ਉਹਨਾਂ ਦਾ ਸੰਦੀਪ ਸਿੰਘ ਢਾਲੀਵਾਲ ਇਹਨਾਂ ਦਾ ਮਰਡਰ ਕਰਤਾ ਸੀ ਇਹਨਾਂ ਤੇ ਫਾਇਰਿੰਗ ਕਰਤੀ ਸੀ ਸ਼ਹੀਦ ਹੋ ਗਏ ਸੀ ਇਹ ਤਾਂ ਇਹਨਾਂ ਦੇ ਨਾਂ ਤੋਂ ਇੱਕ ਪੋਸਟ ਆਫਿਸ ਰੱਖਤਾ ਕਿਹੜੀ ਸਟੇਟ ਨੇ ਆਪਣਾ ਰੀਨੇਮ ਕਰਤਾ ਪੋਸਟ ਆਫਿਸ ਹਿਊਸਟਨ ਨਿਊਯਾਰਕ ਵਾਸ਼ਿੰਗਟਨ ਜਾਂ ਫਿਰ ਟੈਕਸਸ ਹਿਊਸਟਨ ਨਿਊਯਾਰਕ ਵਾਸ਼ਿੰਗਟਨ ਜਾਂ ਫਿਰ ਟੈਕਸਸ ਤਾਂ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਹੈ ਦੁਬਾਰੇ ਉਹੀ ਸੁਮਨਦੀਪ ਸਿੰਘ ਦਾ ਤੇ ਦੂਜੇ ਨੰਬਰ ਤੇ ਹੈ ਸੋਨੂ ਜਿੰਦਲ ਦਾ ਹਿਊਸਟਨ ਹੋ ਜਾਂਦਾ ਆਨਸਰ ਸੋਨੂ ਜਿੰਦਲ ਸ ਵੇਰ ਹੈ ਦਾ ਆਰਕੀਓਲੋਜਿਸਟ ਅਨਹਰ ਦਾ 2700 ਸਾਲ ਪੁਰਾਣਾ ਟਾਇਲ ਟਾਇਲਟ 2700 ਸਾਲ ਪੁਰਾਣਾ ਟਾਇਲਟ ਲੱਭਿਆ ਆ ਆਰਕੀਓਲੋਜਿਸਟ ਨੇ ਤੇ ਕਿੱਥੇ ਲੱਭਿਆ ਹੈ ਜੇਰੂਸਲੇਮ ਵੈਟਿਕਨ ਸਿਟੀ ਜਨੀਵਾ ਜਾਂ ਕਿਤੇ ਵੀ ਨਹੀਂ ਜੇਰੂਸਲੇਮ ਵੈਟਿਕਨ ਸਿਟੀ ਜਨੀਵਾ ਜਾਂ ਫਿਰ ਕਿਤੇ ਵੀ ਨਹੀਂ ਤਾਂ ਇਹਦਾ ਆਨਸਰ ਹੋ ਜਾਏਗਾ ਜੀ ਜੇਰੂਸਲੇਮ ਵਿਖੇ ਤੇ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਹੈ ਸੁਮਨਦੀਪ ਸਿੰਘ ਦਾ ਦੁਬਾਰੇ ਤੇ ਦੂਜੇ ਨੰਬਰ ਤੇ ਵੀ ਜੇਰੂਸਲੇਮ ਉਦਾ ਹੀ ਆਇਆ ਆ ਕੀ ਕਰ ਰਹੇ ਸਾਰੇ ਪ੍ਰੀਤ ਸੰਧੂ ਦਾ ਆਇਆ ਬਸ ਇਸੇ ਗੱਲ ਤੇ ਇਹ ਵੀਡੀਓ ਨੂੰ ਕਰ ਦੋ ਲਾਈਕ ਤੇ ਲਾਈਕ ਨੂੰ ਪਹੁੰਚਾ ਦਿਓ 200 ਹੁਣ 191 ਹੋ ਗਏ ਨੇ ਲਾਈਕ ਨੂੰ ਕਰ ਦੋ 200 ਦੇਖੋ ਮੈਂ ਤਾਂ ਉਹੀ ਗੱਲ ਮੈਂ ਤਾਂ ਇਹ ਵੀ ਨਹੀਂ ਕਹਿ ਸਕਦਾ ਵੀ ਤੁਸੀਂ ਲਾਈਕ ਕਰ ਦੋ ਲਾਈਵ ਲਿਆ ਦਿਓ ਇਹਨੇ ਪੀਡੀਐਫ ਦੇ ਦੇ ਦਿੰਦਾ ਮੈਂ ਪੀਡੀਐਫ ਤੁਹਾਨੂੰ ਵੈਸੇ ਵੀ ਆਪਾਂ ਦੇਣੀ ਹੈ ਹੈਨਾ ਚਲੋ ਕੋਇਜ਼ ਆ ਫਰਸਟ ਇੰਡੀਅਨ ਔਮਨ ਰੈਸਲਰ ਟੂ ਰੀਚ ਵਰਲਡ ਚੈਂਪੀਅਨਸ਼ਿਪ ਦਾ ਫਾਈਨਲ ਪਹਿਲੀ ਇੰਡੀਅਨ ਔਮਨ ਰੈਸਲਰ ਜਿਹੜੀ ਕੀ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਤੱਕ ਪਹੁੰਚੀ ਹੈ ਕੀ ਨਾ ਉਹਨਾਂ ਦਾ ਸਾਖਸ਼ੀ ਮਲਿਕ ਅੰਸ਼ੂ ਮਲਿਕ ਗੀਤਾ ਫੋਗੜ ਜਾਂ ਫਿਰ ਮੀਰਾਬਾਈ ਚਾਨੂ ਇੰਪੋਰਟੈਂਟ ਸਵਾਲ ਹੋ ਜਾਂਦਾ ਕਿਉਂ ਕਿ ਫਰਸਟ ਇੰਡੀਅਨ ਔਮਨ ਰੈਸਲਰ ਟੂ ਰੀਚ ਦਾ ਵਰਲਡ ਚੈਂਪੀਅਨਸ਼ਿਪ ਫਾਈਨਲ ਸਾਖਸ਼ੀ ਮਲਿਕ ਅੰਚੂ ਮਲਿਕ ਗੀਤਾ ਫੋਗੜ ਤੇ ਮੀਰਾਬਾਈ ਚਾਨੂ ਤਾਂ ਇਹਨਾਂ ਦਾ ਅੰਤਰ ਹੋ ਜਾਊਗਾ ਮੀਰਾਬਾਈ ਚਾਨੂ ਇਹਨਾਂ ਨੂੰ ਉੱਥੇ ਸਿਲਵਰ ਮੈਡਲ ਮਿਲ ਸਮੁੰਦੇ ਭਾਜੀ ਚੱਕਰ ਕੀ ਮੈਨੂੰ ਪਹਿਲਾਂ ਦੱਸੋ ਤੁਸੀਂ ਕੀ ਕਰਤਾ ਪੀਡੀਐਫ ਵਗੈਰਾ ਲੈ ਲਈਗੇ ਤੁਸੀਂ ਅਡਾ 24a7 ਨਾਲ ਨਾਲ ਗੱਲ ਗੁੱਲ ਕਰ ਲਈ ਕਿ ਮੇਰਾ ਕਈ ਤਾਂ ਲੈਪਟਾਪ ਤਾਂ ਨਹੀਂ ਤੁਸੀਂ ਹੈਕ ਕੀਤਾ ਵੀ ਰਾਤੀ ਤੁਸੀਂ ਕੁਐਸਚਨ ਦੇਖ ਲਏ ਸੀ ਤੇ ਦੂਜੇ ਨੰਬਰ ਤੇ ਕੀਤਾ ਅਨਸਰ ਆकांक्षा ਗੁਪਤਾ ਨੇ ਲਾਸਟ ਕੁਐਸਚਨਰ ਤਾਂ ਕਿਹੜੀ ਸਪੇਸ ਏਜੰਸੀ ਨੇ ਡਿਸਾਈਡ ਕੀਤਾ ਵੀ ਉਹ ਇੱਕ ਐਸਟਰਾਇਡ ਹੈ ਜਿਹੜਾ ਹੋ ਸਕਦਾ ਪੋਸੀਬਲੀ ਅਰਥ ਵੱਲ ਨੂੰ ਆ ਰਿਹਾ ਹੋਵੇ ਤੇ ਅਰਥ ਨਾਲ ਟਕਰਾ ਸਕਦਾ ਤਾਂ ਕਿਹੜੀ ਸਪੇਸ ਏਜੰਸੀ ਨੇ ਕਿਹਾ ਸੀ ਉਸ ਐਸਟਰਾਇਡ ਨੂੰ ਹੀ ਆਸੀ ਪੜਾਕਾ ਪਾ ਦੇਣਾ ਤਾ ਕਿਹੜੀ ਸਪੇਸ ਏਜੰਸੀ ਨੇ ਕੀਤਾ ਨਾਸਾ ਨੇ ਇਸਰੋ ਨੇ ਜਾਕਸਾ ਜਾਂ ਫਿਰ ਰੋਸ ਕੋਸਮੋਸ ਨੇ ਨਾਸਾ ਨੇ ਇਸਰੋ ਨੇ ਜਾਕਸਾ ਨੇ ਜਾਂ ਫਿਰ ਰੋਸ ਕੋਸਮੋਸ ਨੇ ਤਾਂ ਇਹਦਾ ਅੰਤਰ ਹੋ ਜਾਊਗਾ ਜੀ ਨਾਸਾ ਕਰਨ ਜਾ ਰਹੀ ਹੈ ਕੰਮ ਤਾਂ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਸੁਮਨਦੀਪ ਸਿੰਘ ਦਾ ਆਇਆ ਤੇ ਸੈਕਿੰਡ ਨੰਬਰ ਤੇ ਹੈ ਮੰਗਲਾ ਦੇਵੀ ਦਾ ਤਾਂ ਜੀ ਅੱਜ ਵੀ ਸਭ ਤੋਂ ਜ਼ਿਆਦਾ ਆਨਸਰ ਆਏ ਨੇ ਮੇਰੇ ਕੋਲ ਸੁਮਨਦੀਪ ਸਿੰਘ ਜੀ ਦੇ ਆਏ ਨੇ ਤੇ ਬੱਚਿਆਂ ਦੇ ਬਹੁਤ ਮਲਾਲ ਤੋਂ ਬਾਅਦ ਕਹਿੰਦੇ ਜੀ ਸਰ ਇਹਨਾਂ ਦੇ ਹੀ ਸਭ ਤੋਂ ਜ਼ਿਆਦਾ ਆਂਦੇ ਨੇ ਬਹੁਤ ਵਧੀਆ ਗੱਲ ਹੈ ਵੀਰੇ ਬਧਾਈਆਂ ਤੁਹਾਨੂੰ ਸੈਕਿੰਡ ਨੰਬਰ ਤੇ ਇਸ ਵਾਰ ਆਏ ਨੇ ਤੁਸ਼ਾਰ ਅਰੋੜਾ ਭਾਜੀ ਤੁਸ਼ਾਰ ਅਰੋੜਾ ਭਾਜੀ ਤੁਸ਼ਾਰ ਅਰੋੜਾ ਐ ਕਰੋ ਆਪਣੇ ਟੈਲੀਗ੍ਰam ਹੈਂਡਲ ਦੇ ਦਿਓ ਤੁਹਾਡੀ ਫੋਟੋ ਚੱਕ ਕੇ ਕੱਲ ਅਸੀਂ ਉੱਥੇ ਪੁੱਟ ਕਰ ਦਿੰਨੇ ਆ ਤੇ ਹੁਣ ਜਾਇਓ ਨਾ ਹਜੇ ਖਤਮ ਨਹੀਂ ਹੋਇਆ ਹਜੇ ਕਹਿੰਦੇ ਮੂਸੇ ਵਾਲਾ ਹਜੇ ਮੁੱਕਿਆ ਨਹੀਂ ਰੁਕੋ ਹਜੇ ਮੁੱਕਿਆ ਨਹੀਂ ਕਿੱਥੇ ਗਿਆ YouTube ਤੇ ਮੈਂ ਤੁਹਾਡੇ ਕੋਲ ਇੱਕ ਕੁਐਸਚਨ ਪੁੱਛਿਆ ਸੀ ਸਾਰਿਆਂ ਤੋਂ ਮੈਂ ਕੁਐਸਚਨ ਪੁੱਛਿਆ ਸੀ ਇਹ ਅਸੀਂ ਅਸੀਂ ਅਜੇ ਚੱਲ ਰਹੇ ਹਾਂ ਲਾਈਵ ਅਜੇ ਕੱਲ ਅਸੀਂ ਕੁਐਸਚਨ ਪੁੱਛਿਆ ਸੀ ਕਿ ਕੁਐਸਚਨ ਪੁੱਛਿਆ ਸੀ ਕਿ ਹੁਣ ਨਵਾਂ ਨਵਾਂ ਰਿਪਬਲਿਕ ਇੰਡੀਆ ਦਾ ਸੌਰੀ ਵਰਲਡ ਦਾ ਨਵਾਂ ਰਿਪਬਲਿਕ ਕੌਣ ਬਣਿਆ ਤਾਂ ਲੇਟੈਸਟ ਰਿਪਬਲਿਕ ਬਣਿਆ ਵਰਲਡ ਦਾ ਉਹਦਾ ਨਾਂ ਹੈ ਬਾਰਬੇਡੋਸ ਤਾਂ ਬਾਰਬੇਡੋਸ ਦਾ ਮੈਂ ਪੁੱਛਿਆ ਸੀ ਵੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਦਾ ਨਾਂ ਕੀ ਹੈ ਤਾਂ ਇਹ ਬੱਚਿਆਂ ਨੇ ਆਨਸਰ ਕੀਤੇ ਨੇ ਬਹੁਤ ਵਧੀਆ ਜਿਹੜੇ ਪੀਡੀਐਫ ਮੰਗਦੇ ਨੇ ਪੀਡੀਐਫ ਵਾਲੇ ਸੁਣ ਕੇ ਜਾਓ ਪੀਡੀਐਫ ਕਿੱਥੇ ਆਂਦੀ ਹੈ ਇੱਕ ਤਾਂ ਡਿਸਕ੍ਰਿਪਸ਼ਨ ਦੇਖੋ ਲਿਖਿਆ ਗੈਟ ਪੀਡੀਐਫ ਤੇ ਬਾਕੀ ਜੇ ਨਹੀਂ ਇੱਥੇ ਕਰਨਾ ਥੱਲੇ ਆਓ ਥੱਲੇ ਕਮੈਂਟਸ ਤੇ ਦੇਖੋ ਪਹਿਲਾ ਕਮੈਂਟ ਹੈ ਇਧਰ ਪੀਡੀਐਫ ਤੁਹਾਡੇ ਲਈ ਅਵੇਲੇਬਲ ਹੁੰਦੀ ਹੈ ਤੇ ਮੇਰੇ ਕੋਲ ਬਹੁਤਾਂ ਨੇ ਆਨਸਰ ਕੀਤਾ ਇੰਗਲਿਸ਼ ਵਿੱਚ ਦੀਪਿਕਾ ਬਿਲਾਂਡੀ ਮਨੀਸ਼ਾ ਸ਼ਰਮਾ ਨੇ ਦੋ ਵਾਰ ਆਨਸਰ ਕੀਤਾ ਸੁਮਨਦੀਪ ਸਿੰਘ ਬੀਟੀਐਸ ਆਰਮੀ ਜੋਤੀ ਡੋਗਰਾ ਆਕਾਂਸ਼ਾ ਗੁਪਤਾ ਸ੍ਰਿਸ਼ਟੀ ਸ਼ਰਮਾ ਵਾਸੂ ਅਨੇਜਾ ਇੰਦੂ ਕੰਬੋਜ ਪ੍ਰਿਆੰਕਾ ਹਬਲ ਬਵਲ ਵਾਓ ਨਾਜ਼ੀਆ ਸਮਾ ਸਰਦਾਰਨੀ ਜੀ ਪਵਨਪ੍ਰੀਤ ਕੌਰ ਤਾਲੀਵਾਲ ਸਿਮਰਨ शुभ जसकीवा रॉकी खेतन महाजन मेनप्रीत कौर तलीवाल सिमरन सरनजीत कौर अमित शर्मा एचजे एंटरटेन लड्डी ਤੇ प्रीत ओलक ਇਹਨਾਂ ਨੇ ਸਾਰਿਆਂ ਨੇ ਆਨਸਰ ਕੀਤੇ ਬਿਲਕੁਲ ਸਹੀ ਆਨਸਰ ਕੀਤਾ ਸਭ ਤੋਂ ਵਧੀਆ ਮੈਨੂੰ ਆਨਸਰ ਕੀਦਾ ਲੱਗਿਆ ਸਭ ਤੋਂ ਵਧੀਆ ਆਨਸਰ ਲੱਗਿਆ ਮੈਨੂੰ ਇੱਕ ਤਾਂ ਮਨੀਸ਼ਾ ਸ਼ਰਮਾ ਦਾ ਇੱਕ ਬਾਰ ਮੀ ਟੋਸ ਇੱਕ ਲੱਗਿਆ ਇੰਗਲਿਸ਼ ਵਿੱਚ ਦੀਪਿਕਾ ਬਲਾਂਡੀ ਨੇ ਇਹਨਾਂ ਨੇ ਪੂਰਾ ਡਿਟੇਲ ਦੱਸਤਾ 12ਵੇਂ ਟੋਸ ਦੀ ਕੈਪੀਟਲ ਵਾਸਤੇ ਬ੍ਰਿਜਟਾਊਨ ਕਰਨ ਸੀ ਦੱਸਤੀ 12ਵੇਂ ਟੈਂ ਡਾਲਰ ਯੂਨ ਤੇ ਕਦੋਂ ਐਡਮਿਟ ਹੋਏ 1966 ਪੀਐਮ ਦੱਸਤਾ ਮੋਟਲ ਮੀਆ ਮੋਰਟਲ ਤੇ ਪ੍ਰੈਜ਼ੀਡੈਂਟ ਸੈਂਟਰਾ ਮੇਸਨ ਉਦਾਂ ਹੀ ਮਨੀਸ਼ਾ ਸ਼ਰਮਾ ਨੇ ਵੀ ਵਿਚਾਰ 12ਵੇਂ ਡੋਜ਼ੀ ਪ੍ਰੈਜ਼ੀਡੈਂਟ ਬਣਨੇ ਨੇ ਸੈਂਟਰਾ ਮੇਸਨ ਫ੍ਰਮ 3 ਨਵੰਬਰ ਤੇ ਪ੍ਰਧਾਨ ਮੰਤਰੀ ਨਰਮੀਆ ਮੋਰਟਲ ਫ੍ਰਮ 2018 ਤਾਂ ਬਹੁਤ ਵਧੀਆ ਲੱਗਿਆ ਐਦਾਂ ਹੀ ਕਰੀ ਜਾਓ ਦੇਖ ਹੁੰਦਾ ਕੀ ਹੈ ਇੱਕ ਤਾਂ ਤੁਹਾਡੇ ਲਈ ਕੀ ਹੁੰਦਾ ਤੁਹਾਡੇ ਲਈ ਫਾਇਦਾ ਕੀ ਹੁੰਦਾ ਤੁਹਾਡੇ ਲਈ ਇਹੋ ਜਿਹਾ ਕੁਸਚਨ ਨੇ ਇੱਕ ਤਾਂ ਤੁਸੀਂ ਇਹ ਵਾਲਾ ਕੁਸਚਨ ਭੁੱਲੋਗੇ ਨਹੀਂ ਬਾਕੀ ਕੀ ਹੈ ਬਾਕੀ ਤੁਸੀਂ ਪਰਫਾਰਮ ਕਰੋ ਤੁਸੀਂ ਇੱਕ ਸਟੈਪ ਲਓ ਅੱਗੇ ਅਸੀਂ ਤੁਹਾਡੇ ਲਈ ਦੋ ਸਟੈਪ ਲੈਣ ਨੂੰ ਤਿਆਰ ਆ ਬਾਕੀ ਗੱਲ ਇੱਕ ਪੀਪੀਐਸਸੀ ਕੋਆਪਰੇਟਿਵ ਇਨਸਪੈਕਟਰ ਬਾਰੇ ਬੱਚੇ ਬਾਰ ਬਾਰ ਪੁੱਛੀ ਜਾ ਰਹੇ ਨੇ ਪੀਪੀਐਸਸੀ ਕੋਆਪਰੇਟਿਵ ਇਨਸਪੈਕਟਰ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਜੀ ਅੱਡਾ 247 ਸਟੋਰ ਤੇ ਤੁਹਾਡੇ ਲਈ ਐਪ ਪਈ ਹੋਈ ਹੈ ਤੁਹਾਡੀ ਸੌਰੀ ਪੈਕ ਪਿਆ ਹੋਇਆ ਇਧਰ ਤੁਸੀਂ 올 ਕੋਰਸੇ ਜਾ ਕੇ ਸਟੇਟ ਐਗਜ਼ਾਮ ਜਾ ਕੇ ਪੰਜਾਬ ਸਟੇਟ ਐਗਜ਼ਾਮ ਤੇ ਟੈਪ ਕਰੋ ਇੱਥੇ ਪਿਆ ਕੁਝ ਵੀ ਬਾਏ ਕਰਨਾ ਹੋਵੇ ਕੁਝ ਵੀ ਬਾਏ ਕਰਨਾ ਹੋਵੇ ਇਹ ਮੈਂ ਤੁਹਾਨੂੰ ਭਾਵੇਂ ਟੈਟ ਹੋ ਗਿਆ ਭਾਵੇਂ 트리플 ਐਸ ਪੀ ਕਲਰਕ ਹੋ ਗਿਆ ਹੁਣ ਤਾਂ ਚਲੋ ਪੀਪੀਐਸਸੀ ਕੋਆਪਰੇਟਿਵ ਇਨਸਪੈਕਟਰ ਹੋ ਗਿਆ ਕੋਡ ਯੂਜ਼ ਕਰ ਲਿਓ Y383 Y3 सो Y383 ਇਹ ਕੋਡ ਤੇ ਐਕਸਟਰਾ ਡਿਸਕਾਊਂਟ ਮਿਲਦਾ ਇਹ ਤਾਂ ਤੁਹਾਨੂੰ ਇਹ ਪੈਜੂਗਾ 1600 ਦਾ ਇਹ ਵੀ ਪੈਜੂਗਾ 1600 ਦਾ ਇਹ ਵੀ ਪੈਜੂਗਾ 1600 ਦਾ ਤੇ ਕੋਆਪਰੇਟਿਵ ਇਨਸਪੈਕਟਰ ਵਾਲਾ ਪੈਜੂਗਾ ਤੁਹਾਨੂੰ 1840 ਦਾ ਕੋਡ ਕੀ ਹੈ Y383 ਚਲੋ ਜੀ ਆਪਾਂ ਹੁਣ ਰੈਪ ਅਪ ਕਰਦੇ ਆ ਅੱਜ ਦਾ ਕੁਐਸਚਨ ਇੱਕ ਮਿੰਟ ਆਹ ਓਹੋ ਮੈਂ ਤਾਂ ਇੱਕ ਦਿਨਾਂ ਇਹਨਾਂ ਦਿਨਾਂ ਮਾਈਕ ਚੋਲ ਚ ਘੱਡੇ ਗ ਜਾਣਾ ਹਾਂਜੀ ਅੱਜ ਦਾ ਕੁਐਸਚਨ ਇੱਕ ਮਿੰਟ ਮੈਨੂੰ ਦੇਖਣ ਦੋ ਯਾਰ ਕੀ ਕੁਐਸਚਨ ਦੇਈ ਥੋ ਵਧੀਆ ਦੇ ਕੁਐਸਚਨ ਦੇ ਕੇ ਫਾਇਦਾ ਥੋਨੂੰ ਸੌਖਾ ਕੁਐਸਚਨ ਤੁਹਾਨੂੰ ਦੇਣਾ ਕੋਈ ਨਹੀਂ ਮੈਂ ਤਾਂ ਜੀ ਚਲੋ ਸੌਖਾ ਦੇਈਏ ਥੋੜਾ ਨਾ ਕਿਉਂਕਿ ਤੁਹਾਡੀ ਰਿਵੀਜ਼ਨ ਵੀ ਹੋ ਜੂਗੀ ਪੁਰਾਣਾ ਸਵਾਲ ਦੇ ਰਿਹਾ ਕੁਐਸਚਨ ਅੱਜ ਦਾ ਕੀ ਹੈ ਅੱਜ ਦਾ ਕੁਐਸਚਨ ਹੈ ਅੱਜ ਦਾ ਕੁਐਸਚਨ ਹੈ ਇੰਡੀਆ ਦਾ इंडियाज हाई स्पीड ट्रैक ਹੈ ਇੱਕ ਇਹ ਦੱਸ ਦੇਣਾ ਤੁਹਾਨੂੰ ਐਮਪੀ ਚ ਕਿਤੇ ਉਹਦਾ ਨਾਮ ਦੱਸਣਾ ਹੈ ਨੇਮ ਦੱਸਣਾ ਹੈ ਉਹਦਾ ਉਹਦੀ ਲੈਂਥ ਦੱਸਣੀ ਹੈ ਤੇ ਉੱਥੇ ਜਿਹੜੀ ਟੈਸਟਿੰਗ ਹੋਈ ਸੀ ਉੱਥੇ ਸਪੀਡ ਕਿੰਨੀ ਗਈ ਸੀ ਸਪੀਡ ਵੀ ਦੱਸਣੀ ਆ ਤੁਸੀਂ ਏ ਤਿੰਨ ਚੀਜ਼ਾਂ ਦੱਸਣੀਆਂ ਤੁਸੀ ਤੇ ਬਾਕੀ ਤੁਹਾਡੀ ਸ਼ਰਤ ਹੈ ਕੋਈ ਵਧੀਆ ਜਿਹੜਾ ਆਨਸਰ ਕਰੂਗਾ ਉਹਨੂੰ ਆਪਾਂ ਅਲੱਗ ਤੋਂ ਸ਼ਾਊਟ ਆਊਟ ਦਵਾਂਗੇ ਜਿੱਦਾਂ ਇੰਗਲਿਸ਼ ਵਿੱਚ ਦੀਪਿਕਾ ਬੇਲਾਂਡੀ ਤੇ ਮਨੀਸ਼ਾ ਸ਼ਰਮਾ ਦਾ ਵਧੀਆ ਆਨਸਰ ਲੱਗਿਆ ਮੈਨੂੰ ਤਾਂ ਮੈਂ ਉਹਨਾਂ ਦਾ ਆਨਸਰ ਵੀ ਰੀਡ ਕੀਤਾ ਪ੍ਰੋਪਰ ਤੇ ਬਾਕੀ ਇਹ ਦੱਸਣਾ ਜਿਹੜਾ ਇੰਡੀਆ ਦਾ ਹਾਈ ਸਪੀਡ ਟਰੈਕ ਹੈ ਐਮਪੀ ਚ ਹੈ ਕਿਤੇ ਨਾਂ ਦੱਸਣਾ ਉਹਦੀ ਲੈਂਥ ਦੱਸਣੀ ਹੈ ਤੇ ਉੱਤੇ ਜਿਹੜੀ ਟੈਸਟਿੰਗ ਹੋਈ ਹੈ ਹਾਈ ਸਪੀਡ ਕਿੰਨੀ ਗਈ ਹੈ ਠੀਕ ਹੈ ਜੀ ਤੇ ਬਾਕੀ ਮਿਲਦੇ ਹਾਂ ਕੱਲ ਸਵੇਰੇ ਦੁਬਾਰੇ 8 ਵਜੇ ਕਰੰਟ ਅਫੇਅਰ ਦੀ ਕਲਾਸ ਜਿਹੜਾ ਜਿਹੜਾ ਤਿਆਨਰ ਕੋ ਸੱਚੀ ਕਾਲ 올 द बेस्ट